ਹੈਗਾ ਕਿਉਂਕਿ ਆਸਟ੍ਰੇਲੀਆ ਦਾ ਜਿਹੜਾ ਵੈਦਰ ਹੈ ਟੋਟਲੀ ਡਿਫਰੈਂਟ ਹੁੰਦਾ ਹੈ ਜੀ ਇੰਡੀਆ ਦੇ ਹਿਸਾਬ ਨਾਲ, ਕਿਉਂਕਿ ਜਿਹੜੀ ਇਹ ਨਾਨਕ ਸਾਹੀ ਸੰਮਤ ਦੀ ਗੱਲ ਕਰ ਰਹੇ ਨੇ ਇਹ ਜੀ ਇੰਡੀਅਨ ਕੈਲੰਡਰ ਦੇ ਹਿਸਾਬ ਨਾਲ ਗੱਲ ਕਰ ਰਹੇ ਹੈ ਜੀ। ਔਰ ਮੈਂ ਕਈ ਵਾਰੀ ਸੋਚਦਾ ਨਾ ਕਿ ਜਿਹੜੇ ਤਿਉਹਾਰ ਨੇ ਆਪਣੇ ਲੋਹੜੀ ਵਗੈਰਾ, ਉਹ ਤਿਉਹਾਰ ਨਾ ਇੱਥੇ ਦੇ ਜਿਹੜੇ ਜਿਹੜੇ ਅਸੀਂ ਇੱਥੇ ਮਨਾਉਂਦੇ ਹਾਂ ਨਾ, ਉਹ ਇੱਥੋਂ ਦੇ ਵੈਦਰ ਦੇ ਹਿਸਾਬ ਦੇ ਨਾਲ ਡਿਜ਼ਾਈਨ ਕੀਤੇ ਹੋਣੇ ਚਾਹੀਦੇ ਨੇਗੇ, ਕਿਉਂਕਿ ਆਪਾਂ ਲੋਹੜੀ ਮਨਾਉਣੇ ਆ ਇੱਥੇ, ਉੱਥੇ ਸਰਦੀ ਹੁੰਦੀ ਹੈ, ਇੱਥੇ ਗਰਮੀ ਹੁੰਦੀ ਹੈ, ਹੁਣ ਗਰਮੀ ਦੇ ਵਿੱਚ ਕੀ ਸੇਕਿਆ ਜਾਵੇ ਹਨਾ। ਬਿਲਕੁਲ ਜੀ, 44 ਡਿਗਰੀ ਤੋਂ ਲੈ ਕੇ 46 ਡਿਗਰੀ ਤੱਕ ਆਪ ਦਾ ਜਿਹੜਾ ਆਪਣੀ ਬੋਡੀ ਦਾ ਤਾਪਮਾਨ ਹੁੰਦਾ ਉਹ ਹੀ ਇੰਨਾ ਹਾਈ ਹੁੰਦਾ ਕਿ ਬੋਨ ਫਾਇਰ ਕਰਨ ਦੀ ਜਿਹੜੀ ਬਿਲਕੁਲ ਵੀ ਇੱਕ 1% ਵੀ ਚਿੱਤ ਨਹੀਂ ਕਰਦਾ। ਤੇ ਇੱਥੇ ਫਿਰ ਤੁਹਾਨੂੰ ਕੀ ਲੱਗਦਾ ਗਰਮੀਆਂ ਦੇ ਵਿੱਚ ਕੀ ਹੋਣਾ ਚਾਹੀਦਾ ਹੈ? ਹਾਂ, ਇੱਥੇ ਗਰਮੀਆਂ ਦੇ ਵਿੱਚ ਗਰਮੀਆਂ ਵਾਲੇ ਨਵਾਂ ਕਾਰ ਹੋਲੀ, ਹਾਂ ਹੋਲੀ ਵਧੀਆ ਚਾਹੀਦੀ ਹੈ, ਹਾਂ ਹਰ ਤਿਉਹਾਰ ਤੇ ਹੋਲੀ ਹੋਣੀ ਚਾਹੀਦੀ ਹੈ ਜੀ। ਬਿਲਕੁਲ ਜੀ। ਔਰ ਆਸਟ੍ਰੇਲੀਆ ਇੱਕ ਉਦਾਂ ਦੀ ਕੰਟਰੀ ਹੈ ਜਿੱਥੇ ਜਿਹੜੇ ਕ੍ਰਿਸਮਸ ਹੁੰਦੀ ਹੈ, ਜੇ ਅਸੀਂ ਤਿਉਹਾਰਾਂ ਦੀ ਗੱਲ ਕਰੀਏ, ਕ੍ਰਿਸਮਸ ਦੇ ਕਾਰਡਸ ਉੱਤੇ ਸਨੋਮੈਨ ਨਹੀਂ ਹੁੰਦਾ ਜੀ, ਕਿਉਂਕਿ ਦਸੰਬਰ ਦਾ ਵੀ ਉਹੀ ਆਲਮ ਹੁੰਦਾ ਜੀ ਕਿ 44 ਡਿਗਰੀ ਗਰਮੀ ਹੈ, 45 ਡਿਗਰੀ ਗਰਮੀ ਹੈ, ਤੇ ਕਿੱਥੇ ਸਨੋਮੈਨ ਤੇ ਕਿੱਥੇ ਇੱਥੇ ਦੀ ਸਨੋਫਲੇਕਸ। ਖੈਰ, ਜਿਹੜੀ ਮੌਸਮ ਦੇ ਵਿੱਚ ਜਾਂ ਕੁਦਰਤੀ ਜਿਹੜੀ ਸਾਨੂੰ ਉਤਾਰ ਚੜਾਅ ਮਿਲਦੇ ਨੇ, ਗਰਮ ਠੰਡਾ, ਇਹ ਤਾਂ ਸਾਨੂੰ ਮਿਲਦੇ ਹੀ ਮਿਲਦੇ ਆ ਜੀ। ਪਰ ਜਿਹੜੇ ਸਾਨੂੰ ਵੈਸੇ ਦੁਨਿਆਵੀ ਤੱਤੇ ਠੰਡੇ ਉਤਾਰ ਚੜਾਅ ਮਿਲਦੇ ਆ, ਉਹ ਅੱਜ ਕੱਲ ਮਿਲਦੇ ਆ ਜੀ ਪੋਲੀਟਿਕਸ ਚ, ਪੋਲੀਟਿਕਸ ਦੇ ਵਿੱਚ। ਔਰ ਬੜਾ ਗਰਮ ਆ ਜੀ, ਪੂਰਾ ਅਖਾੜਾ ਗਰਮ ਆ। ਔਰ ਜਿੱਥੋਂ ਇੰਡੀਆ ਪਾਕਿਸਤਾਨ ਆਪਣਾ ਜਿਹੜਾ ਕੰਟੀਨੈਂਟਲ ਏਰੀਆ ਜਿਹੜਾ ਉਹ ਸਾਰਾ ਏਰੀਆ, ਉਹਦੇ ਵਿੱਚੋਂ ਜਿੰਨੀ ਵੀ ਸ਼ਖਸੀਅਤਾਂ ਇੱਥੇ ਆਉਂਦੀਆਂ ਨੇ, ਉਹ ਮਿਹਨਤ ਕਰਕੇ ਬਿਜ਼ਨਸ ਵੀ ਆਪਣੇ ਖੜੇ ਕਰਦੀਆਂ। ਔਰ ਵਾਕਈ ਕਹਿੰਦੇ ਜੀ, ਜਦੋਂ ਨੌਨ ਸਾਡੇ ਏਰੀਏ ਤੋਂ ਜਾਂ ਜਦੋਂ ਕਹਿ ਲਈਏ ਕਿ ਆਪਾਂ ਗੋਰਿਆਂ ਨੂੰ ਜਿੱਥੇ ਕਿਤੇ ਸਾਡੇ ਨਾਲ ਜੈਲਸ ਹੁੰਦੀ ਆ, ਉਹ ਇਸ ਗੱਲ ਤੇ ਹੁੰਦੀ ਆ ਵੀ ਇਹ ਸਾਲ 2 ਸਾਲ ਚ ਵੱਡੀ ਗੱਡੀ ਵੀ ਲਈ ਖੜੇ ਨੇ ਤੇ ਘਰ ਵੀ ਆਪਣਾ ਇਹਨਾਂ ਕੋਲ, ਤੇ ਉਹ ਸਾਰਾ ਮਿਹਨਤ ਦੀ ਬਦੌਲਤ ਹੁੰਦਾ ਗਾ, ਤੇ ਉਹ ਜਿਹੜੀ ਚੀਜ਼ ਪੂਰੀ ਜ਼ਿੰਦਗੀ ਦੇ ਵਿੱਚ ਉਹਨਾਂ ਦਾ ਇੱਕ ਸੁਪਨਾ ਹੁੰਦਾ ਸੀ, ਸਾਲ 2 ਸਾਲਾਂ ਦੇ ਵਿੱਚ ਪੂਰਾ ਕਰ ਲੈਂਦੇ ਆ। ਔਰ ਵਾਕਈ ਸਲਾਹਣਾ ਕਰਨੀ ਬਣਦੀ ਹੈ ਆਪਣੇ ਭਾਈਚਾਰੇ। ਬਿਲਕੁਲ ਜੀ। ਔਰ ਮੇਨ ਕਾਰਨ ਇਹ ਜਿਹੜੀ ਸਾਡੀ ਸਕਸੈਸ ਹੈਗੀ ਹੈ, ਇਟ ਡਜ਼ਨਟ ਮੈਟਰ ਵੀ ਅਸੀਂ ਕਿੱਥੋਂ ਆਏ ਹਾਂ, ਕਿਉਂਕਿ ਇੱਕ ਵਾਰੀ ਜਦੋਂ ਅਸੀਂ ਇੱਕ ਬਗਾਨੇ ਮੁਲਕ 'ਚ ਜਾਂ ਇੱਕ ਓਵਰਸੀਜ਼ ਕਿਸੇ ਮੁਲਕ ਦੇ ਵਿੱਚ ਜਾ ਕੇ ਪੈਰ ਧਰਦੇ ਹਾਂ ਤਾਂ ਇੱਕ ਟਾਈਮ 'ਤੇ ਆ ਕੇ ਸਾਰੇ ਇੱਕੋ ਹੀ ਹੋ ਜਾਂਦੇ ਹਾਂ ਜੀ। ਉਸ ਟਾਈਮ ਜਦੋਂ ਸਾਡੀ ਕਾਮਯਾਬੀ ਹੈਗੀ ਹੈ, ਉਹਦਾ ਜਿਹੜਾ ਮੇਨ ਕਾਰਨ ਹੈ ਉਹ ਜੀ ਸਾਡੀ ਡਿਟਰਮੀਨੇਸ਼ਨ ਹੈ, ਸਾਡਾ ਇੱਕ ਪੈਸ਼ਨ ਹੈਗਾ, ਇੱਕ ਡਿਟਰਮੀਨੇਸ਼ਨ ਹੈ ਟੂ ਬੀ ਸਕਸੈਸਫੁਲ। ਤੇ ਇਹ ਜਿਹੜੀ ਡਿਟਰਮੀਨੇਸ਼ਨ ਹੈਗੀ ਆ, ਇੱਕ ਪੈਸ਼ਨ ਹੈਗਾ ਏ, ਇੱਥੇ ਦੇ ਜਿਹੜੇ ਲੋਕਲ ਆਸਟ੍ਰੇਲੀਅਨਸ ਨੇ ਜਾਂ ਜਿਹੜੇ ਬੋਰਨ ਐਂਡ ਬ੍ਰੌਟ ਅਪ ਇੱਥੇ ਹੋਏ ਆ, ਉਹਨਾਂ ਨੇ ਕਾਫੀ ਇਸ ਚੀਜ਼ ਨੂੰ ਪਰਖਿਆ ਵੀ ਹੈ ਔਰ ਇਹਨੂੰ ਇਕਨੋਲੇਜ ਵੀ ਕੀਤਾ। ਤੇ ਉਹੀ ਕਾਰਨ ਜਿਹੜਾ ਹੈਗਾ, ਇਕਨੋਲੇਜਮੈਂਟ ਕਹਿ ਲਓ ਜਾਂ ਅਸੀਂ ਆਪਣੀ ਜਿਹੜੀ ਡੈਡੀਕੇਸ਼ਨ ਕਿਸੇ ਚੀਜ਼ ਨੂੰ ਦਿਖਾਉਂਦੇ ਹਾਂ ਜਾਂ ਆਪਣਾ ਹਾਰਡਵਰਕ ਜਦੋਂ ਅਸੀਂ ਆਪਣਾ ਦਿਖਾਉਂਦੇ ਹਾਂ, ਉਹੀ ਇੱਕ ਕਾਰਨ ਹੈਗਾ ਕਿ ਜਿਹੜੇ ਸਾਡੇ ਨਾਲ ਦੇ ਨੋ ਡਾਊਟ ਯਾ ਡਜ਼ਨਟ ਮੈਟਰ ਕਿ ਉਹ ਇੰਡੀਆ ਦੇ ਨੇ ਕਿ ਪਾਕਿਸਤਾਨ ਦੇ ਨੇ ਕਿ ਅਫਗਾਨਿਸਤਾਨ ਤੋਂ ਨੇ, ਕਿੱਥੋਂ ਐ, ਡਜ਼ਨਟ ਮੈਟਰ, ਜਦੋਂ ਸਾਡੇ ਆਪਣੇ ਇੱਕ ਏਦਾਂ ਦੀ ਪੋਜੀਸ਼ਨ ਤੇ ਜਾ ਕੇ ਬੈਠਦੇ ਨੇ ਕਿ ਅਸੀਂ ਉਹਨਾਂ ਨੂੰ ਦੇਖ ਕੇ ਕਹਿੰਦੇ ਹਾਂ ਵੀ ਹਾਂਜੀ ਇਹਨਾਂ ਤੋਂ ਕੁਛ ਸਿੱਖੋ, ਇਹ ਇਹਨਾਂ ਤੋਂ ਅਚੀਵਮੈਂਟ ਜਿਹੜੀ ਹੈ ਉਹ ਕਿੱਦਾਂ ਲੈਣੀ ਹੈ ਜ਼ਿੰਦਗੀ ਦੇ ਵਿੱਚ ਜਾਂ ਕਿਵੇਂ ਅਚੀਵ ਕਰਨਾ ਜਾਂ ਜਿਹੜੀ ਸਕਸੈਸ ਹੈਗੀ ਆ ਉਹ ਆਪਣੇ ਖੀਸੇ ਕਿੱਦਾਂ ਪਾਉਣੀ ਹੈ ਇਹਨਾਂ ਤੋਂ ਸਿੱਖੋ। ਤੇ ਜਿਹੜੀਆਂ ਉਹ ਸ਼ਖਸੀਅਤਾਂ ਹੁੰਦੀਆਂ ਨੇ ਕਿਸੇ ਸਟੇਜ ਤੇ ਜਾ ਕੇ ਯੰਗਸਟਰਸ ਲਈ ਇੱਕ ਆਈਡਲ ਦਾ ਕੰਮ ਕਰਦੀਆਂ ਨੇ, ਤੇ ਸਾਡੇ ਸਟੂਡੀਓ ਦੇ ਵਿੱਚ ਰੋਬੀ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਏਦਾਂ ਦੀਆਂ ਹੀ ਸ਼ਖਸੀਅਤਾਂ ਦਾ ਅਸੀਂ ਅੱਜ ਦੋਸਤੋ ਤੁਹਾਡੇ ਨਾਲ ਰਾਬਤਾ ਕਰਵਾਉਣਾ। ਅੱਜ ਦੇ ਪ੍ਰੋਗਰਾਮ ਨੂੰ ਇਲੈਕਸ਼ਨ ਦੇ ਨਾਲ ਵੀ ਜੋੜ ਕੇ ਦੇਖ ਸਕਦੇ ਹਾਂ ਕਿਤੇ ਨਾ ਕਿਤੇ, ਪਰ ਵੱਡੀ ਗੱਲ ਇਹ ਆ ਕਿ ਜਿੱਦਾਂ ਸਿੱਖ ਧਰਮ ਦੇ ਨਾਲ ਜੁੜੇ ਹੋਏ ਲੋਕ ਜਦੋਂ ਕੋਈ ਸਰਦਾਰ ਦੀ ਕਿਤੇ ਫੋਟੋ ਲੱਗੀ ਦੇਖਦੇ ਆ ਕਿਸੇ ਜਿਹੜਾ ਖੰਭੇ ਦੇ ਉੱਪਰ, ਹਾਂ ਖੰਭੇ ਦੇ ਉੱਪਰ ਵੀ ਹਾਂ ਤੁਸੀਂ ਵੋਟ ਪਾਓ, ਉਹ ਚਾਹੇ ਕਿਸੇ ਪਾਰਟੀ ਵੱਲੋਂ ਵੀ ਆ, ਕਿਸੇ ਖਿੱਤੇ ਵੱਲੋਂ ਖੜਾ ਹੋ ਕਿਸੇ ਵੀ ਪਾਰਟੀ ਦਾ ਨੁਮਾਇੰਦਾ ਹੈਗਾ, ਪਰ ਮਾਨ ਨਾਲ ਸਿਰ ਸਭ ਦਾ ਉੱਚਾ ਹੋ ਜਾਂਦਾ ਉਸ ਗੱਲ ਦੇ ਉੱਪਰ। ਔਰ ਇਹ ਬੜੀ ਵੱਡੀ ਗੱਲ ਹੈਗੀ ਜਦੋਂ ਤੁਹਾਡੇ ਭਾਈਚਾਰੇ ਦੇ ਲੋਕ ਅੱਜ ਪੋਲੀਟਿਕਸ ਦੇ ਵਿੱਚ ਖੜੇ ਨੇਗੇ, ਕਿਉਂਕਿ ਕੱਲ ਨੂੰ ਇਹ ਜਿਹੜੇ ਲੋਕ ਨੇਗੇ ਡਿਸੀਜਨ ਮੇਕਰ ਹੋਣਗੇ ਔਰ ਸਾਡੀ ਜਿਹੜੀ ਗੱਲ ਉੱਥੇ ਕਹਿ ਸਕਣਗੇ। ਔਰ ਆਸਟ੍ਰੇਲੀਆ ਦੀ ਜਿਹੜੀ ਵੋਟਿੰਗ ਬਹੁਤ ਛੋਟੀ ਗਿਣਤੀ ਆ, ਉਹ ਕਾਫੀ ਵੱਡੀ ਚੇਂਜ ਲਿਆਉਣ ਦੀ ਜਿਹੜੀ ਪਾਪੂਲੇਸ਼ਨ ਕਰਕੇ ਇੱਕ ਯੋਗਦਾਨ ਰੱਖਦੀ ਹੈ ਜੀ। ਆਪਾਂ ਆਪਣੇ ਨਾਲ ਜਿਹੜੇ ਇਜਾਜ਼ ਖਾਨ ਜੀ ਨੇ ਰਾਬਤਾ ਬਣਾਇਆ ਹੋਇਆ ਪ੍ਰੋਗਰਾਮ ਦੇ ਉੱਪਰ, ਉਹਨਾਂ ਨੂੰ ਆਪਾਂ ਇਸ ਤੋਂ ਪਹਿਲਾਂ ਕਿ ਆਪਾਂ ਉਹਨਾਂ ਨੂੰ ਜੀ ਆਇਆਂ ਨੂੰ ਆਖੀਏ ਜੀ, ਉਹ ਉਹਨਾਂ ਦੇ ਬਾਰੇ ਥੋੜਾ ਦੱਸ ਦੇਵਾਂ ਜੀ। ਫੈਸਲਾਬਾਦ ਦੇ ਵਿੱਚ ਬੋਰਨ ਹੋਏ ਜੀ, ਜਿਹੜਾ ਕਿ ਲਾਇਲਪੁਰ ਦੇ ਤੌਰ ਤੇ ਜਾਣਿਆ ਜਾਂਦਾ। 1993 ਦੇ ਵਿੱਚ ਆਸਟ੍ਰੇਲੀਆ ਆਇਆ ਜੀ,
ਜਿਹੜੀ ਲੀਗਲ ਕੁਆਲੀਫਿਕੇਸ਼ਨ ਸਿਡਨੀ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਪ੍ਰਾਪਤ ਕੀਤੀ ਹੈ 2000 ਦੇ ਵਿੱਚ। ਉਸ ਤੋਂ ਬਾਅਦ ਜਿਹੜੀ ਇੱਕ ਲਾਅ ਸੁਸਾਇਟੀ ਦੇ ਵਿੱਚ ਉਹ ਇਨਵੋਲਵ ਹੋ ਗਏ 2001 ਦੇ ਵਿੱਚ। ਉਹਨਾਂ ਨੇ ਆਪਣੀ ਜਿਹੜੀ ਇੱਕ ਲਾਅ ਫਰਮ ਹੈ ਜਿਹੜੀ ਉਹ ਚਲਾਈ ਹੈ ਜੁਰੀਜ਼ ਆਸਟ੍ਰੇਲੀਆ ਲਾਇਰਜ਼ ਇਨ ਹੈਰਿਸ ਪਾਰਕ ਦੇ ਵਿੱਚ ਉਹ ਆਪਣਾ ਕੰਮ ਕਰ ਰਹੇ ਨੇ ਔਰ ਪੋਲੀਟਿਕਸ ਦੇ ਵਿੱਚ ਬਹੁਤ ਐਕਟਿਵ ਨੇ। ਕਾਫੀ ਸਾਰੀ ਹੋਰ ਜਾਣਕਾਰੀ ਜਿਹੜੀ ਆਪਾਂ ਉਹਨਾਂ ਤੋਂ ਲਵਾਂਗੇ। ਦੂਸਰੇ ਪਾਸੇ ਸਾਡੇ ਨਾਲ ਰਾਬਤਾ ਬਣਾ ਹੋਇਆ ਗੁਰਦੀਪ ਸਿੰਘ ਜੀ ਹੋਰਾਂ ਨੇ ਐਕਸਪ੍ਰੈਸ ਅਪਰੂਵਲਸ ਨਾਂ ਦੀ ਇੱਕ ਜਿਹੜੀ ਸੰਸਥਾ ਉਹਨਾਂ ਨੇ ਜਿਹੜੀ ਚਲਾਈ ਹੋਈ ਹੈਗੀ ਉਹ ਉਸ ਦੇ ਬਾਰੇ ਚ ਵੀ ਆਪਾਂ ਉਹਨਾਂ ਤੋਂ ਜਾਣਕਾਰੀ ਪੂਰੀ ਲਵਾਂਗੇ। ਦੋਨਾਂ ਸਖਸ਼ਾਂ ਨੂੰ ਵਾਰੀ ਵਾਰੀ ਆਪਾਂ ਪ੍ਰੋਗਰਾਮ ਦੇ ਵਿੱਚ ਜੀਆਂ ਨੂੰ ਆਖਦੀ ਹੈ ਜੀ। ਜੀ ਬਿਲਕੁਲ ਜੀ, ਫੈਸਲਾਬਾਦ ਤੋਂ ਇੱਥੇ ਦਾ ਸਫ਼ਰ ਜੀ ਇਜਾਜ਼ ਖਾਨ ਜੀ ਦਾ। ਇਜਾਜ਼ ਖਾਨ ਜੀ ਜੀਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਵੈਲਕਮ ਕਹਿੰਦੇ ਹਾਂ ਜੀ। ਥੈਂਕ ਯੂ ਜੀ, ਥੈਂਕ ਯੂ ਫੋਰ ਇਨਵਾਈਟਿੰਗ ਮੀ ਜੀ। ਇਜਾਜ਼ ਖਾਨ ਜੀ ਦੇ ਨਾਲ ਹੀ ਗੁਰਦੀਪ ਸਿੰਘ ਜੀ ਨੇ ਵੀ ਸਾਡੇ ਨਾਲ ਰਾਬਤਾ ਬਣਾਇਆ ਹੋਇਆ। ਗੁਰਦੀਪ ਸਿੰਘ ਜੀ ਵੈਲਕਮ ਜੀ, ਜੀਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਮਸਤੇ, ਸਤਿ ਸ੍ਰੀ ਅਕਾਲ, ਗੁਡ ਈਵਨਿੰਗ ਜੀ, ਸ਼ੁਕਰੀਆ ਜੀ। ਸਰੋਤਿਆਂ ਨੂੰ ਦੱਸ ਦਈਏ ਇਜਾਜ਼ ਖਾਨ ਲੇਬਰ ਪਾਰਟੀ ਨੂੰ ਬਿਲੋਂਗ ਕਰਦੇ ਨੇ, ਲੇਬਰ ਪਾਰਟੀ ਵੱਲੋਂ ਜਿਹੜਾ ਇੱਥੇ ਸੀਟ ਦੇ ਉੱਪਰ ਖੜੇ ਨੇ ਔਰ ਆਪਣੇ ਵੱਲੋਂ ਪਰਫਾਰਮ ਕਰ ਰਹੇ ਨੇਗੇ, ਆਪਣੀ ਕਮਿਊਨਿਟੀ ਨੂੰ ਵੀ ਲੀਡ ਕਰ ਰਹੇ ਨੇਗੇ। ਗੁਰਦੀਪ ਸਿੰਘ ਲਿਬਰਲ ਪਾਰਟੀ ਵੱਲੋਂ ਦੋ ਮੁੱਖ ਪਾਰਟੀਆਂ, ਦੋਨਾਂ ਮੁੱਖ ਪਾਰਟੀਆਂ ਦੇ ਦੋ ਕਿਰਦਾਰ ਸਾਡੇ ਨਾਲ ਇਸ ਵਕਤ ਖੁੰਡ ਚਰਚਾ ਦੇ ਵਿੱਚ ਨੇ। ਕੋਸ਼ਿਸ਼ ਆਪਣੀ ਰਹੂਗੀ ਕਿ ਇਹਨਾਂ ਦੇ ਜੀਵਨ ਜਿਹੜਾ ਇੱਥੋਂ ਤੱਕ ਦਾ ਸਫ਼ਰ ਆ ਉਹਦੇ ਉੱਪਰ ਆਪਾਂ ਨਾਲ ਦੀ ਨਾਲ ਜਾਣਕਾਰੀ ਲੈਂਦੇ ਰਹੀਏ, ਕਿਉਂਕਿ ਸਾਡੇ ਲਈ ਕਿਹੜੀ ਪਾਰਟੀ ਬੈਸਟ ਆ ਕਿਹੜੀ ਨਹੀਂ ਬੈਸਟ ਉਹਦੇ ਨਾਲੋਂ ਇਸ ਸਟੇਜ ਦੇ ਉੱਪਰ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਸਟੇਜ ਦੇ ਵਿੱਚ ਅਸੀਂ ਲੋਕ ਇਸ ਮੁਲਕ ਦੇ ਵਿੱਚ ਹਾਂ, ਇਹੀ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਕਿ ਇਹਨਾਂ ਵੱਡੀਆਂ ਪਾਰਟੀਆਂ ਵੱਲੋਂ ਸਾਡੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਪਹਿਲ ਦਿੱਤੀ ਜਾ ਰਹੀ ਆ, ਇਹ ਬਹੁਤ ਖੁਸ਼ੀ ਦੀ ਗੱਲ ਆ। ਇਜਾਜ਼ ਖਾਨ ਜੀ, ਮੁੱਢਲੇ ਦਿਨਾਂ ਦੀ ਗੱਲਬਾਤ ਕਿੱਥੋਂ ਸ਼ੁਰੂ ਕੀਤੀ ਜਾਊਗੀ ਜੀ? ਤੁਸੀਂ ਜਿੱਥੋਂ ਵੀ ਸ਼ੁਰੂ ਕਰਨਾ ਚਾਹੋ ਜੀ। ਜਨਮ ਤੋਂ ਸ਼ੁਰੂ ਕਰ ਲੈਂਦੇ ਹਾਂ ਜੀ, ਫੈਸਲਾਬਾਦ ਦੇ ਉਹ ਦਿਨਾਂ ਦੇ ਜਦੋਂ ਕਿਤੇ ਇਜਾਜ਼ ਖਾਨ ਨੇ ਨਹੀਂ ਸੋਚਿਆ ਹੋਵੇਗਾ ਕਿ ਹਾਂ ਕਿਸੇ ਦਿਨ ਜਾ ਕੇ ਇੱਕ ਟਿਕਟ ਜਿਹੜੀ ਇੱਕ ਸ਼ੀਟ ਦੇ ਉੱਪਰੋਂ ਇੱਕ ਨਾਮ ਹੋਊਗਾ ਆਸਟ੍ਰੇਲੀਆ ਦੇ ਵਿੱਚ ਆਪਣੀ ਕਮਿਊਨਿਟੀ ਨੂੰ ਲੀਡ ਕਰੇਗਾ, ਤਾਂ ਉਹ ਉਹਨਾਂ ਦਿਨਾਂ ਦੀ ਗੱਲ ਥੋੜੀ ਸਾਨੂੰ ਸਾਡੇ ਸਰੋਤੇ ਨਾਲ ਸਾਂਝੀ ਕਰੋ ਜੀ। ਹਾਲੇ ਤੇ ਟਿਕਟ ਦੇ ਅਸੀਂ ਉਮੀਦਵਾਰ ਹੈਗੇ ਆ, ਹਾਲੇ ਟਿਕਟ ਮਿਲੀ ਨਹੀਂ। ਕਹਿੰਦੇ ਜੀ ਸਾਰੂ ਜੀ ਕਹੀ ਜਾ ਰਹੇ ਨੇ ਤੁਹਾਡੇ ਮੂੰਹ ਘੀ ਸ਼ੱਕਰ ਤਾਂ ਹੋ ਜਾਣਾ ਜੀ। ਥੈਂਕ ਯੂ ਵੈਰੀ ਮਚ। ਤੇ ਟਿਕਟ ਵਾਸਤੇ ਉਮੀਦਵਾਰ ਹੈਗੇ ਆ, ਔਰ ਇਹ ਹੈ ਕਿ ਲੇਬਰ ਪਾਰਟੀ ਜਿਹੜੀ ਹੈ ਉਹ ਪਿਛਲੇ 13 ਸਾਲਾਂ ਤੋਂ ਜੁਆਇਨ ਕੀਤੀ ਹੋਈ ਹੈ ਔਰ ਉਹਨਾਂ ਦੇ ਨਾਲ ਰਹਿ ਕੇ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ। ਤੁਹਾਡਾ ਸਵਾਲ ਸੀ ਕਿ ਕਦੀ ਫੈਸਲਾਬਾਦ ਚ ਜੰਮ ਪਲ ਕੇ ਸੋਚਿਆ ਸੀ ਇਸ ਬਾਰੇ ਚ? ਮੇਰਾ ਮੈਂ ਇਹ ਤੁਹਾਨੂੰ ਮਤਲਬ ਕਹਿਣਾ ਚਾਹਾਂਗਾ ਕਿ ਜਿਹੜੀ ਇਹ ਪੋਲੀਟਿਕਸ ਹੁੰਦੀ ਉਹ ਕਈ ਦਫ਼ਾ ਬਲੱਡ ਚ ਹੁੰਦੀ ਹੈ, ਤੁਹਾਡਾ ਆਪਣਾ ਪੈਸ਼ਨ ਹੁੰਦਾ। ਮੇਰੇ ਫੈਮਿਲੀ ਚੋਂ ਕੋਈ ਬੰਦਾ ਖੈਰ ਪੋਲੀਟੀਸ਼ੀਅਨ ਤਾਂ ਨਹੀਂ ਸੀ, ਲੇਕਿਨ ਮੇਰਾ ਆਪਣਾ ਪੈਸ਼ਨ ਉਦੋਂ ਡਿਵੈਲਪ ਹੋਇਆ ਜਦੋਂ ਮੈਂ 85 ਦੇ ਵਿੱਚ ਕਾਲਜ ਪਹੁੰਚਿਆ ਫਸਟ ਈਅਰ ਦੇ ਵਿੱਚ। ਉੱਥੇ ਫਿਰ ਸਟੂਡੈਂਟ ਯੂਨੀਅਨ ਜੁਆਇਨ ਕੀਤੀ ਤੇ ਫਿਰ ਉਹਨਾਂ ਦੇ ਅੱਗੋਂ ਇਲੈਕਸ਼ਨ ਲੜਿਆ ਤੇ ਫਿਰ ਮੈਂ ਜਦੋਂ ਸੈਕਟਰੀ ਬਣਿਆ, ਲੇਕਿਨ ਵੈਰੀ ਨੈਕਸਟ ਡੇ ਜਦੋਂ ਸੈਕਟਰੀ ਦਾ ਮੈਂ ਇਲੈਕਸ਼ਨ ਜਿੱਤਿਆ ਤੇ ਸਾਡੇ ਜ਼ਿਆਉਲ ਹੱਕ ਸਾਹਿਬ ਨੇ ਸਟੂਡੈਂਟ ਯੂਨੀਅਨ ਤੇ ਬੈਨ ਲਾ ਦਿੱਤਾ। ਸੋ ਉਹ ਜਿਹੜਾ ਪੈਸ਼ਨ ਸੀ ਜਾਂ ਉਹ ਅੰਦਰ ਹੀ ਦੱਬਿਆ ਰਹਿ ਗਿਆ। ਅੱਛਾ ਜੀ। ਜਦੋਂ ਤੱਕ ਕਾਲਜ ਤੋਂ ਬਾਅਦ ਨਿਕਲੇ ਤੇ ਉਹ ਯੂਨੀਅਨ ਜਿਹੜੀਆਂ ਸਨ ਉਹਦੇ ਵਿੱਚ ਪਾਰਟੀਸਪੇਟ ਕਰਨ ਦਾ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਸੋ ਫਿਰ ਯੂਨੀਵਰਸਿਟੀ ਚਲੇ ਗਏ, ਯੂਨੀਵਰਸਿਟੀ ਦੇ ਵਿੱਚ ਫਿਰ ਇਸ ਤਰ੍ਹਾਂ ਦਾ ਮੌਕਾ ਮਿਲਿਆ ਕਿ ਅਸੀਂ ਉੱਥੇ ਕਾਫੀ ਸਾਰੇ ਸਟੂਡੈਂਟਸ ਵਾਸਤੇ ਕੰਮ ਕੀਤਾ, ਫਿਰ ਵੱਡੀਆਂ ਵੱਡੀਆਂ ਪੋਲੀਟੀਕਲ ਪਾਰਟੀਜ਼ ਦੇ ਵਿੱਚ ਰਹਿ ਕੇ ਜਿਵੇਂ ਪੀਪਲਸ ਪਾਰਟੀ ਸੀ ਬੇਜ਼ਿੰਦ ਭੁੱਟੋ ਵਾਲੀ, ਨਵਾਜ਼ ਸ਼ਰੀਫ ਦੀ ਪਾਰਟੀ ਸੀ, ਇਹਨਾਂ ਪਾਰਟੀਆਂ ਦੇ ਨਾਲ ਐਜ਼ ਏ ਸਟੂਡੈਂਟ ਲੀਡਰ ਕਾਫੀ ਇੰਟਰੈਕਸ਼ਨ ਵੀ ਰਹੀ ਤੇ ਕੰਮ ਵੀ ਕਾਫੀ ਕੀਤਾ। ਸੋ ਕਹਿਣ ਦਾ ਮਤਲਬ ਇਹ ਕਿ ਪੋਲੀਟਿਕਸ ਦਾ ਥੋੜਾ ਜਿਹੜਾ ਉਹ ਜਾਗ ਲੱਗ ਚੁੱਕਿਆ ਸੀਗਾ ਜੀ, ਉਸਨੇ ਪ੍ਰੋਪਰਲੀ ਜਿਹੜੀ ਦਹੀਂ ਜੰਮਣ ਵਾਲੀ ਗੱਲ ਆ ਉਹ ਇੱਥੇ ਆ ਕੇ ਹੋਈ। ਹਾਂਜੀ, ਉਹ ਤੇ ਫਿਰ ਜੀ ਇੱਥੇ ਆ ਕੇ ਫਿਰ ਇਹਨਾਂ ਨੂੰ ਜੁਆਇਨ ਕਰਨ ਤੋਂ ਬਾਅਦ ਪਤਾ ਚੱਲਿਆ ਜੀ ਕਾਫੀ ਚੀਜ਼ਾਂ ਜਿਹੜੀਆਂ ਨੇ। ਲੇਬਰ ਨੂੰ ਹੀ ਕਿਉਂ ਜੁਆਇਨ ਕੀਤਾ ਤੁਸੀਂ, ਕੀ ਤੁਹਾਨੂੰ ਲੇਬਰ ਦੇ ਵਿੱਚ ਕੀ ਖਾਸ ਲੱਗਿਆ? ਅੱਛਾ, ਜਦੋਂ ਮੈਂ ਇਹ ਸੋਚ ਰਿਹਾ ਸਾਂ ਕਿ ਕਿਹੜੀ ਪਾਰਟੀ ਨੂੰ ਜੁਆਇਨ ਕਰਨਾ ਚਾਹੀਦਾ, ਇਹ ਮੈਂ ਤੁਹਾਨੂੰ 13-14 ਸਾਲ ਪਹਿਲੇ ਦੀ ਗੱਲ ਦੱਸਦਾ ਵਾ, ਤੇ ਉਸ ਵਕਤ ਲਿਬਰਲ ਵੀ ਸੀ ਔਰ ਲੇਬਰ ਵੀ ਸੀ ਔਰ ਗ੍ਰੀਨ ਪਾਰਟੀ ਵੀ ਸੀ, ਉਦੋਂ ਇੱਕ ਹੋਰ ਇੱਕ ਡੈਮੋਕਰੈਟਿਕ ਪਾਰਟੀ ਡੈਮੋਕਰੈਟਿਕ ਕ੍ਰਿਸਚਨ ਪਾਰਟੀ ਵੀ ਹੁੰਦੀ ਸੀ, ਉਹ ਤਾਂ ਹੁਣ ਅੱਜ ਕੱਲ੍ਹ ਖਤਮ ਹੋ ਗਈ ਹੈ। ਤੇ ਮੈਂ ਇਹਨਾਂ ਦਾ ਚਾਰਟਰ ਜਿਹੜਾ ਸੀ ਉਹ ਦੇਖਿਆ, ਜਿਹੜੀ ਲੇਬਰ ਚ ਸਭ ਤੋਂ ਵਧੀਆ ਮੈਨੂੰ ਗੱਲ ਲੱਗੀ ਉਹ ਇਹ ਕਿ
pro migrants, pro community, and utbare ke equal justice for everybody, respect for everybody, equal opportunity, fair go. ਇਹ ਜਿਹੜੇ ਪ੍ਰਿੰਸੀਪਲ ਸਨ ਲੇਬਰ ਪਾਰਟੀ ਦੇ, ਇਹ ਮੈਨੂੰ ਬੜੇ ਚੰਗੇ ਲੱਗੇ ਜੀ। ਤੇ ਫਿਰ ਇਹ ਕਿ ਦੋਸਤਾਂ ਨੂੰ ਮਿਲਣਾ ਸ਼ੁਰੂ ਕੀਤਾ ਜਿਹਨਾਂ ਦੇ ਨਾਲ ਇਨਵੋਲਵ ਸਨ, ਉਹ ਵੀ ਲੇਬਰ ਪਾਰਟੀ ਦੇ ਵਿੱਚ ਕਾਫੀ ਇਨਵੋਲਵ ਸਨ। ਦੈਨ ਫਿਰ ਉਸ ਵਕਤ ਪੋਲ ਕੀਟਿੰਗ ਪ੍ਰਾਈਮ ਮਿਨਿਸਟਰ ਹੁੰਦੇ ਸੀ ਤੇ ਉਹਨਾਂ ਨੂੰ ਸੁਣਨ ਦਾ ਮੌਕਾ ਬੜੀ ਦਫ਼ਾ ਮਿਲਿਆ ਉਸ ਵਕਤ, ਤੇ ਦੈਟ ਇੰਸਪਾਇਰਡ ਮੀ ਅਲੋਟ। ਔਰ ਇਹਨਾਂ ਦਾ ਜਿਹੜਾ ਚਾਰਟਰ ਸੀ, ਜਿਹੜਾ ਬੇਸਿਕ ਰੂਲਸ ਨੇ, ਜਾਂ ਬੇਸਿਕ ਵਰਡ ਦੇ ਸਟੈਂਡ ਫੋਰ, ਉਹ ਕਾਫੀ ਇੰਪ੍ਰੈਸਿਵ ਸਨ। ਉਹਦੀ ਵਜ੍ਹਾ ਨਾਲ ਲੇਬਰ ਪਾਰਟੀ ਜੁਆਇਨ ਕੀਤੀ ਜੀ। ਜੀ ਜੱਜ ਖਾਨ ਜੀ, ਮੈਂ ਤੁਹਾਨੂੰ ਥੋੜਾ ਹੋਲਡ ਤੇ ਰੱਖੂਗਾ ਜੀ। ਗੁਰਦੀਪ ਜੀ ਹੋਰਾਂ ਵੱਲ ਵੱਧਦੇ ਆ। ਗੁਰਦੀਪ ਸਿੰਘ ਜੀ, ਬਚਪਨ ਦੀਆਂ ਕੁਝ ਗੱਲਾਂ ਸਾਡੇ ਨਾਲ ਸਾਂਝੀਆਂ ਕਰੋ ਜੀ, ਜਨਮ ਸਥਾਨ ਦੀਆਂ। ਰਵੀ ਜੀ ਤੇ ਸਾਧੂ ਜੀ, ਇਜਾਜ਼ ਸਾਹਿਬ ਨੂੰ ਵੀ ਸਲਾਮ। ਮੈਂ ਮੁਲਾਕਾਤ ਹੋਈ ਹੈ ਇਹਨਾਂ ਨਾਲ ਕੁਛ ਵਾਰੀ, ਤੇ ਅੱਜ ਰੇਡੀਓ ਤੇ ਵੀ ਗੱਲ ਕਰਨ ਦਾ ਮੌਕਾ ਮਿਲਿਆ। ਰਵੀ ਜੀ, ਜਨਮ ਤਾਂ ਮੇਰਾ ਹਿੰਦੁਸਤਾਨ ਵਿੱਚ ਹੀ ਹੋਇਆ ਸੀ, ਪਰ ਸਾਡੇ ਜਦੋਂ 1947 ਦੇ ਵਿੱਚ ਜਦੋਂ ਦੰਗੇ ਫਸਾਦ ਹੋਏ ਤੇ ਇੱਕ ਮੁਲਕ ਦੀ ਡਿਵੀਜ਼ਨ ਹੋ ਗਈ, ਤੇ ਜੋ ਸਾਡੀ ਫੈਮਿਲੀ, ਸਾਡੇ ਵੱਡੇ ਬਜ਼ੁਰਗ ਜਿਹੜੇ ਸੀ, ਸਾਰਾ ਪਰਿਵਾਰ ਉੱਥੋਂ ਮੁਲਤਾਨ ਵੱਲੋਂ ਮੁਲਤਾਨ ਜ਼ਿਲ੍ਹੇ ਚੋਂ ਛੱਡ ਕੇ ਤੇ ਇੱਧਰ ਆ ਗਏ ਸੀ ਆਪਣੇ ਹਿੰਦੁਸਤਾਨ ਦੇ ਪੰਜਾਬ ਵਿੱਚ। ਮੇਰੀ ਪੈਦਾਇਸ਼ ਮੇਰੀ ਮਾਸੀ ਦੇ ਘਰ ਹੋਈ ਜੀ, ਗਵਾਲੀਅਰ ਵਿੱਚ, ਵਿਚ ਇਜ਼ ਇਨ ਦੀ ਸੈਂਟਰਲ ਪਾਰਟ ਆਫ ਇੰਡੀਆ। ਲੇਕਿਨ ਮੇਰੇ ਪਿਤਾ ਜੀ ਜਿਹੜੇ ਸਨ, ਉਹਨਾਂ ਦੀ ਸਰਕਾਰੀ ਨੌਕਰੀ ਹੋਣ ਦੀ ਵਜ੍ਹਾ ਕਰਕੇ ਅਸੀਂ ਜ਼ਿਆਦਾਤਰ ਪੰਜਾਬ, ਹਰਿਆਣਾ ਦੇ ਇਲਾਕੇ ਵਿੱਚ ਹੀ ਵਿਚਰਦੇ ਰਹੇ, ਤੇ ਮੇਰੇ ਪਿਤਾ ਜੀ ਦੀ ਪੋਸਟਿੰਗ ਜਿਹੜੀ ਸੀ ਉਹ ਸ਼ੁਰੂ ਦੇ ਵਿੱਚ ਤੇ ਰੂਰਲ ਇਲਾਕਿਆਂ ਦੇ ਵਿੱਚ ਹੁੰਦੀ ਸੀ, ਉਹ ਪੋਸਟਲ ਡਿਪਾਰਟਮੈਂਟ ਦੇ ਵਿੱਚ ਸਨ, ਤੇ ਇਸ ਕਰਕੇ ਮੈਂ ਬਚਪਨ ਦਾ ਕਾਫੀ ਹਿੱਸਾ ਪਿੰਡਾਂ ਚ ਤੇ ਨਹੀਂ ਕਹਿ ਸਕਦਾ, ਪਰ ਵੱਡੀਆਂ ਮੰਡੀਆਂ ਦੇ ਵਿੱਚ ਜਾਂ ਵੱਡੇ ਟਾਊਨ ਦੇ ਵਿੱਚ ਗੁਜ਼ਾਰਿਆ ਹੈਗਾ। ਤੇ ਉਸ ਤੋਂ ਬਾਅਦ ਇਵੈਂਚੁਅਲੀ ਪਟਿਆਲੇ ਜਾ ਕੇ ਤੇ ਉੱਥੇ ਜੋ ਕਾਲਜ ਦੀ ਔਰ ਸੀਨੀਅਰ ਸਕੂਲ ਕਾਲਜ ਤੇ ਇੰਜੀਨੀਅਰਿੰਗ ਦੀ ਡਿਗਰੀ ਵੀ ਮੈਂ ਥਾਪਰ ਕਾਲਜ ਤੋਂ, ਪਟਿਆਲੇ ਤੋਂ ਕੀਤੀ। ਤੇ ਜਿਵੇਂ ਇੱਕ ਨੋਰਮਲ ਬਚਪਨ ਬਾਕੀ ਸਾਰਿਆਂ ਨੇ ਗੁਜ਼ਾਰਿਆ, ਆਈ ਥਿੰਕ ਮੈਂ ਵੀ ਉਸੇ ਤਰ੍ਹਾਂ ਹੀ ਗੁਜ਼ਾਰਿਆ ਹੋਣਾ, ਕੋਈ ਐਡੀ ਬਹੁਤੀ ਸਪੈਸ਼ਲ ਗੱਲ ਨਹੀਂ। ਪੰਜਾਬ ਦੀਆਂ ਖੁੱਲੀਆਂ ਹਵਾਵਾਂ ਦੇ ਵਿੱਚ ਔਰ ਪ੍ਰੈਡੋਮੀਨੈਂਟਲੀ ਪੇਂਡੂ ਮਾਹੌਲ ਦੇ ਵਿੱਚ ਰਹਿ ਕੇ ਜੋ ਬਚਪਨ ਦੇ ਵਿੱਚ ਸਿੱਖਿਆ ਆਪਣੀ ਸਭਿਤਾ ਬਾਰੇ, ਲੀਡਰਸ਼ਿਪ ਵਾਲਾ ਜਿਹੜਾ, ਹਾਂਜੀ ਲੀਡਰਸ਼ਿਪ ਵਾਲਾ ਜਿਹੜਾ ਕੰਸੈਪਟ ਆ, ਉਹ ਕਿਤੇ ਮਹਿਸੂਸ ਕੀਤਾ ਹੋਵੇ ਬਚਪਨ ਚ ਸਾਥੀਆਂ ਨਾਲ ਖੇਡਦਿਆਂ, ਕਿੱਥੇ ਜਾ ਕੇ ਤੁਹਾਨੂੰ ਮਹਿਸੂਸ ਹੋਇਆ ਕਿ ਹਾਂ ਤੁਹਾਡੇ ਚ ਏਦਾਂ ਦੀ ਕੁਆਲਿਟੀ ਹੈ ਕਿ ਤੁਸੀਂ ਕਿਸੇ ਪਾਰਟੀ ਨੂੰ ਜੁਆਇਨ ਕਰੋ ਜਾਂ ਪੋਲਿਟਿਕਸ? ਕਿਉਂਕਿ ਜਦੋਂ ਕਲਾਸ ਦੇ ਵਿੱਚ ਕੋਈ ਬੱਚਾ ਮੋਨੀਟਰ ਬਣਦਾ ਤਾਂ ਉਹਦੇ ਚਾਂਸ ਜੋ ਬਣ ਜਾਂਦੇ ਨੇ ਅੱਗੇ ਜਾ ਕੇ ਉਹ ਕਿਸੇ ਪਾਰਟੀ ਵੱਲੋਂ ਖੜਾ ਹੋ ਜਾਵੇ। ਹਾਂਜੀ ਹਾਂਜੀ ਬਿਲਕੁਲ ਰਵੀ ਜੀ, ਤੁਸੀਂ ਬਿਲਕੁਲ ਸਹੀ ਗੱਲ ਫਰਮਾਈ ਹੈ। ਮੈਨੂੰ ਇਹ ਕਦੇ ਵੀ ਅਹਿਸਾਸ ਨਹੀਂ ਸੀ ਕਿ ਮੈਂ ਕਿਸੇ ਕਿਸਮ ਦਾ ਲੀਡਰ ਹੈਗਾ, ਪਰ ਫਾਰਮਲੀ ਇਸ ਤਰ੍ਹਾਂ ਦਾ ਅਹਿਸਾਸ ਕਦੇ ਨਹੀਂ ਹੋਇਆ। ਲੇਕਿਨ ਤੁਸੀਂ ਬਿਲਕੁਲ ਸਹੀ ਕਿਹਾ ਕਿ ਮੈਂ ਸਕੂਲ ਦੇ ਵਿੱਚ, ਐਂਡ ਦੈਟ ਇਜ਼ ਅ ਰਿਮਾਈਂਡਰ ਫੋਰ ਮੀ ਔਰ ਅ ਟ੍ਰਿਗਰ, ਕਿ ਮੈਂ ਸਕੂਲ ਦੇ ਵਿੱਚ ਹਮੇਸ਼ਾ ਹੀ 10th ਜਮਾਤ ਤੱਕ ਤੇ ਆਪਣੀ ਸੈਕਸ਼ਨ ਦਾ, ਕਲਾਸ ਦਾ ਮੋਨੀਟਰ ਰਹਿੰਦਾ ਸੀ। ਸੋ ਆਈ ਗੈਸ ਇਹ ਜਿਹੜੀ ਲੀਡਰਸ਼ਿਪ ਦੀ ਕੁਆਲਿਟੀ ਹੈ ਪਹਿਲੇ ਦਿਨ ਤੋਂ ਹੀ ਹੋਣੀ ਹੈ ਮੇਰੇ ਅੰਦਰ। ਜਦੋਂ ਹਿੰਦੁਸਤਾਨ ਦੇ ਵਿੱਚ ਸੀ, ਜਿੰਨੀ ਦੇਰ ਉੱਥੇ ਰਹੇ ਹਾਂ, ਆਪਣੀ ਇੰਜੀਨੀਅਰਿੰਗ ਦੀ ਜਦੋਂ ਪੜ੍ਹਾਈ ਕਰ ਰਹੇ ਸੀ ਕਾਲਜ ਦੇ ਵਿੱਚ, ਤਾਂ ਸਟੂਡੈਂਟ ਯੂਨੀਅਨ ਦੇ ਵਿੱਚ ਕਲਾਸ ਰੈਪ੍ਰੈਜੈਂਟੇਟਿਵ ਜਾਂ ਸਟੂਡੈਂਟ ਯੂਨੀਅਨ ਦਾ ਰੈਪ੍ਰੈਜੈਂਟੇਟਿਵ ਤੇ ਕਦੇ ਨਹੀਂ ਮੈਂ ਚੁਣਿਆ ਗਿਆ, ਤੇ ਨਾ ਹੀ ਕਦੇ ਮੈਂ ਖੜਾ ਹੋਇਆ ਸੀ ਉਹਦੇ ਵਾਸਤੇ। ਪਰ ਜੋ ਲੋਕ ਉਸ ਆਪਣੀ ਯੂਨੀਅਨ ਨੂੰ ਰਿਪ੍ਰੈਜੈਂਟ ਕਰਨਾ ਚਾਹੁੰਦੇ ਸੀ, ਆਪਣੀ ਕਲਾਸ ਨੂੰ ਰਿਪ੍ਰੈਜੈਂਟ ਕਰਨਾ ਚਾਹੁੰਦੇ ਸੀ, ਉਹਨਾਂ ਦੇ ਨਾਲ ਉਹਨਾਂ ਦੀ ਸਪੋਰਟ ਕਰਨਾ, ਉਹਨਾਂ ਦੀ ਸਹਾਇਤਾ ਕਰਨਾ, ਉਹ ਮੈਂ ਕਾਫੀ ਕੁਛ ਕਰਦਾ ਰਿਹਾ ਹੈਗਾ। ਤੇ ਉਸ ਤੋਂ ਬਾਅਦ ਜਦੋਂ ਪ੍ਰੋਫੈਸ਼ਨਲ ਲਾਈਫ ਦੇ ਵਿੱਚ, ਜਿੰਨੀ ਦੇਰ ਮੈਂ ਪੰਜਾਬ ਦੇ ਮਹਿਕਮਾ ਨਹਿਰ ਦੇ ਵਿੱਚ ਰਿਹਾ, ਤੇ ਉੱਥੇ ਪ੍ਰੋਫੈਸ਼ਨਲ ਇੰਜੀਨੀਅਰ ਦੀ ਜੋ ਐਸੋਸੀਏਸ਼ਨ ਸੀ, ਉਹਦੀ ਕਿਸਮ ਦੀ ਲੀਡਰਸ਼ਿਪ ਜ਼ਰੂਰ ਕਰਨ ਦਾ ਮੌਕਾ ਮਿਲਿਆ ਮੈਨੂੰ ਕੋਈ 3 ਲਗਾਤਾਰ, ਜਦੋਂ ਕਿ ਮੈਂ ਆਪਣੇ ਨਹਿਰ ਦੇ ਮਹਿਕਮੇ ਦੀ ਪ੍ਰੋਫੈਸ਼ਨਲ ਇੰਜੀਨੀਅਰ ਦੀ ਜਿਹੜੀ ਐਸੋਸੀਏਸ਼ਨ ਸੀ, ਉਸਦਾ ਜਨਰਲ ਸੈਕਟਰੀ ਚੁਣਿਆ ਜਾਂਦਾ ਰਿਹਾ। ਤੇ ਇੱਥੇ ਆਉਣ ਤੋਂ ਬਾਅਦ
ਸ਼ੁਰੂ ਦੇ ਵਿੱਚ ਤਾਂ ਜੀ ਦੇਖੋ ਮੈਂ 1991 ਦੇ ਵਿੱਚ ਇੱਥੇ ਆਇਆ ਹੈਗਾ ਤੇ ਸ਼ੁਰੂ ਦੇ ਵਿੱਚ ਜਿਵੇਂ ਕਿ ਸਾਰਿਆਂ ਨੂੰ ਹੀ ਕੁਛ ਨਾ ਕੁਛ ਸਟਰਗਲ ਕਰਨੀ ਪੈਂਦੀ ਹੈ ਉਹ ਕੁਛ ਸਾਲ ਤੇ ਏਦਾਂ ਨਿਕਲ ਜਾਂਦੇ ਆ ਕਿ ਲੀਡਰਸ਼ਿਪ ਤੋਂ ਛੱਡੋ ਕਿਸੇ ਹੋਰ ਗੱਲ ਦਾ ਵੀ ਚੇਤਾ ਨਹੀਂ ਆਉਂਦਾ ਬਟ ਜਦੋਂ ਚੰਗੀ ਤਰ੍ਹਾਂ ਨਾਲ ਸੈਟਲ ਡਾਊਨ ਹੋ ਗਏ ਔਰ ਰੋਜ਼ੀ ਰੋਟੀ ਜਿਹੜੀ ਹੈ ਉਹ ਚੰਗੀ ਤਰ੍ਹਾਂ ਚੱਲਣ ਲੱਗ ਪਈ ਤੇ ਬੱਚੇ ਵੀ ਪੜ੍ਹਾਈ ਚ ਲੱਗ ਗਏ ਤੇ ਯੂਨੀਵਰਸਿਟੀ ਚਲੇ ਗਏ ਤੇ ਉਸ ਤੋਂ ਬਾਅਦ ਕਈ ਮੌਕਿਆਂ ਦੇ ਉੱਤੇ ਸੋਸ਼ਲ ਓਕੇਸ਼ਨ ਦੇ ਉੱਤੇ ਹੋਰ ਗੈਦਰਿੰਗ ਦੇ ਉੱਤੇ ਇਹ ਸਵਾਲ ਉੱਠਦਾ ਰਿਹਾ ਕਿ ਜੋ ਹਿੰਦੁਸਤਾਨੀ ਮਾਈਗ੍ਰੈਂਟ ਜੋ ਇੰਡੀਅਨ ਆਸਟ੍ਰੇਲੀਅਨ ਅਸੀਂ ਹੈਗੇ ਹਾਂ ਸਾਡੀ ਗਿਣਤੀ ਵਧਦੀ ਵੀ ਜਾ ਰਹੀ ਹੈ ਵੱਧ ਵੀ ਰਹੀ ਹੈ ਔਰ ਵੱਧ ਚੁੱਕੀ ਵੀ ਹੈ ਅੱਜ ਜੇ ਤੁਸੀਂ ਦੇਖੋ ਤੇ ਆਸਟ੍ਰੇਲੀਆ ਦੇ ਵਿੱਚ ਤਕਰੀਬਨ 4.5 ਲੱਖ ਤੋਂ ਜ਼ਿਆਦਾ ਸਿਰਫ ਇੰਡੀਅਨ ਬੈਕਗਰਾਉਂਡ ਦੇ ਮਾਈਗ੍ਰੈਂਟਸ ਤੁਹਾਨੂੰ ਮਿਲਣਗੇ ਜੋ ਇੱਥੋਂ ਦੇ ਪਰਮਾਨੈਂਟ ਰੈਜੀਡੈਂਟ ਜਾਂ ਸਿਟੀਜ਼ਨ ਹੈਗੇ ਤੇ ਉਸ ਤੋਂ ਇਲਾਵਾ ਆਪਣੇ ਹੋਰ ਸਬ ਕੰਟੀਨੈਂਟਲ ਭਰਾ ਜਿਵੇਂ ਪਾਕਿਸਤਾਨ ਤੋਂ ਆਏ ਨੇ ਬੰਗਲਾਦੇਸ਼ ਤੋਂ ਆਏ ਨੇ ਸ੍ਰੀਲੰਕਾ ਤੋਂ ਆਏ ਨੇ ਸੋ ਸਾਈਜ਼ੇਬਲ ਪਾਪੂਲੇਸ਼ਨ ਹੈ ਔਰ ਇਹ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਸੀ ਕਿ ਸਾਨੂੰ ਕੋਈ ਇਸ ਤਰ੍ਹਾਂ ਦੀ ਰੈਪ੍ਰਜੈਂਟੇਸ਼ਨ ਚਾਹੀਦੀ ਹੈ ਜਿੱਥੇ ਕਿ ਸਾਡੀ ਕਮਿਊਨਿਟੀ ਨੂੰ ਸਬ ਕੰਟੀਨੈਂਟਲ ਕਮਿਊਨਿਟੀ ਨੂੰ ਰਿਪ੍ਰਜੈਂਟ ਕਰਨ ਵਾਲੇ ਹੋਣ ਤੇ ਉਹਨਾਂ ਦੇ ਹੱਕ ਦੇ ਵਿੱਚ ਜੋ ਫੈਸਲਾਕੁਨ ਜਾਂ ਡਿਸੀਜਨ ਮੇਕਿੰਗ ਬੋਡੀਜ਼ ਹੁੰਦੀਆਂ ਨੇ ਉੱਥੇ ਕੋਈ ਨਾ ਕੋਈ ਸਾਡੇ ਬੰਦੇ ਜ਼ਰੂਰ ਹੋਣੇ ਚਾਹੀਦੇ ਹੈ ਔਰ ਇਸ ਚੋਂ ਮੈਂ ਸਿਰਫ ਇਹ ਸਮਝਿਆ ਕਿ ਜੋ ਮੇਰੀ ਸਮਝ ਦੇ ਵਿੱਚ ਗੱਲ ਆਈ ਕਿ ਫੈਸਲਾਕੁਨ ਜਿਹੜੀਆਂ ਸੰਸਥਾਵਾਂ ਹੈਗੀਆਂ ਜਾਂ ਡਿਸੀਜਨ ਮੇਕਿੰਗ ਬੋਡੀਜ਼ ਹੈਗੀਆਂ ਉਹ ਤੇ ਲੈਜਿਸਲੇਚਰ ਹੀ ਹੁੰਦਾ ਤੇ ਜਾਂ ਲੋਕਲ ਕਾਉਂਸਲ ਵੀ ਇੱਕ ਕਿਸਮ ਦਾ ਨਾਟ ਐਗਜੈਕਟਲੀ ਲੈਜਿਸਲੇਚਰ ਬਟ ਪਰਫਾਰਮ ਦ ਲੋਟ ਆਫ ਫੰਕਸ਼ਨ ਔਨ ਸਿਮੀਲਰ ਲਾਈਨ ਸੋ ਮੈਂ ਉਸ ਟਾਈਮ ਦੇ ਉੱਤੇ ਅੱਜ ਤੋਂ ਕੋਈ 10 ਸਾਲ ਪਹਿਲੇ ਮੈਂ ਆਪਣੇ ਮਨ ਚ ਧਾਰਨਾ ਬਣਾਈ ਕਿ ਮੈਂ ਮੇਨ ਸਟ੍ਰੀਮ ਪੋਲੀਟੀਕਲ ਪ੍ਰੋਸੈਸ ਨੂੰ ਜੁਆਇਨ ਕਰਾਂਗਾ ਤੇ ਉਸ ਵਕਤ ਤੋਂ ਮੈਂ ਫਿਰ ਜਿਵੇਂ ਕਿ ਅਜਾਜ਼ ਸਾਹਿਬ ਨੇ ਪਹਿਲਾਂ ਦੱਸਿਆ ਹੈਗਾ ਕਿ ਉਹਨਾਂ ਨੇ ਵੀ ਆਪਣੇ ਸਾਰੇ ਪੋਲੀਟੀਕਲ ਪਾਰਟੀ ਦੇ ਚਾਰਟਰ ਵੇਖੇ ਉਸੇ ਤਰ੍ਹਾਂ ਮੈਨੂੰ ਕੁਝ ਮੇਰੇ ਦੋਸਤ ਮਿਲ ਗਏ ਜੋ ਕਿ ਪਹਿਲਾਂ ਤੋਂ ਇੱਥੇ ਰਹਿੰਦੇ ਨੇ ਵਾਈਡਰ ਆਸਟ੍ਰੇਲੀਅਨ ਕਮਿਊਨਿਟੀ ਦੇ ਨੇ ਸਬ ਕੰਟੀਨੈਂਟਲ ਨਹੀਂ ਹੈਗੇ ਲੇਕਿਨ ਉਹਨਾਂ ਤੋਂ ਫੀਡਬੈਕ ਮਿਲੀ ਤੇ ਉਹ ਸਾਰਾ ਕੁਝ ਦੇਖ ਕੇ ਆਈ ਫੈਲਟ ਕਿ ਜੋ ਲਿਬਰਲ ਪਾਰਟੀ ਦੀਆਂ ਵੈਲਿਊਜ਼ ਹੈ ਬੇਸਿਕਲੀ ਵੈਲਿਊਜ਼ ਤਾਂ ਜੋ ਚਾਰਟਰਸ ਹੈਗੇ ਆ ਜੋ ਵੈਲਿਊਜ਼ ਹੈਗੀਆਂ ਉਹ ਤੇ ਤਕਰੀਬਨ ਸਾਰੀਆਂ ਪੋਲੀਟੀਕਲ ਪਾਰਟੀਜ਼ ਜੇ ਤੁਸੀਂ ਦੇਖੋ ਤਾਂ ਔਨ ਦੀ ਹੋਲ ਇੱਕੋ ਜਿਹੇ ਹੀ ਹੁੰਦੇ ਨੇ ਕੋਈ ਖਾਸ ਫਰਕ ਨਹੀਂ ਹੁੰਦਾ ਬਟ ਬਿਕੋਜ਼ ਮੈਂ ਮੇਰਾ ਰਾਬਤਾ ਜੋ ਹੈ ਉਸ ਟਾਈਮ ਦੇ ਉੱਤੇ ਲਿਬਰਲ ਪਾਰਟੀ ਦੇ ਮੈਂਬਰਸ ਨਾਲ ਬਣਿਆ ਤਾਂ ਮੇਰਾ ਝੁਕਾਅ ਉਹਨਾਂ ਕੋਲ ਜ਼ਿਆਦਾ ਹੋ ਗਿਆ ਤੇ ਮੈਂ ਉਹਨਾਂ ਦੀ ਸਪੋਰਟ ਵਿੱਚ ਚਲਾ ਗਿਆ ਤੇ ਇਵੈਂਚੁਅਲੀ ਮੈਂ ਕੋਈ 4-5 ਸਾਲ ਪਹਿਲੇ ਪਾਰਟੀ ਨੂੰ ਜੁਆਇਨ ਕੀਤਾ ਤੇ ਪਿਛਲੇ ਸਾਲ ਇੱਕ ਮੌਕਾ ਐਸਾ ਆਇਆ ਜਦੋਂ ਨਿਊ ਸਾਊਥ ਵੇਲਸ ਦੇ ਵਿੱਚ ਲੋਕਲ ਕਾਉਂਸਲ ਦੀ ਲੋਕਲ ਗਵਰਨਮੈਂਟ ਦੀ ਇਲੈਕਸ਼ਨ ਹੋਈ ਤਾਂ ਮੈਨੂੰ ਉਤਸ਼ਾਹਿਤ ਕੀਤਾ ਗਿਆ ਆਪਣੀ ਕਮਿਊਨਿਟੀ ਵੱਲੋਂ ਆਪਣੇ ਦੋਸਤਾਂ ਵੱਲੋਂ ਕਿ ਮੈਂ ਲਿਬਰਲ ਪਾਰਟੀ ਦੇ ਪ੍ਰੀ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਸ਼ਾਮਲ ਹੋਵਾਂ ਤੇ ਫੋਰਚੁਨੇਟਲੀ ਜਾਂ ਇੰਸੀਡੈਂਟਲੀ ਜਿਵੇਂ ਮਰਜ਼ੀ ਸਮਝ ਲਓ ਆਈ ਵੈਂਟ ਥਰੂ ਦੀ ਪ੍ਰੀ ਸਿਲੈਕਸ਼ਨ ਪ੍ਰੋਸੈਸ ਤੇ ਉਹ ਪ੍ਰੀ ਸਿਲੈਕਸ਼ਨ ਪ੍ਰੋਸੈਸ ਦੇ ਵਿੱਚ ਮੈਨੂੰ ਐਜ਼ ਏ ਕੈਂਡੀਡੇਟ ਚੁਣਿਆ ਗਿਆ ਤੇ ਉਸ ਤੋਂ ਬਾਅਦ ਜਦੋਂ ਇਲੈਕਸ਼ਨ ਹੋਈ ਤੇ ਮੈਂ ਇੱਕ ਐਜ਼ ਏ ਲਿਬਰਲ ਕਾਉਂਸਲਰ ਹੌਂਸਬੀ ਕਾਉਂਸਲ ਦੇ ਬੀ ਵਾਰਡ ਦੇ ਵਿੱਚੋਂ ਚੁਣਿਆ ਗਿਆ ਜੀ ਜੀ ਸੋ ਇਹ ਮੇਰੀ ਸ਼ਾਰਟ ਦੇ ਵਿੱਚ ਬ੍ਰੀਫ ਦੇ ਵਿੱਚ ਜਿਹੜੀ ਹੈਗੀ ਹੈ ਇੱਥੇ ਜਿੱਥੇ ਵੀ ਮੈਂ ਹੈਗਾ ਉੱਥੇ ਪਹੁੰਚਣ ਦੀ ਜੀ ਬਿਲਕੁਲ ਜੀ ਬਹੁਤ ਵਧੀਆ ਤੁਸੀਂ ਜਿਹੜੀ ਡਿਟੇਲ ਦੇ ਵਿੱਚ ਕਾਫੀ ਜਿਹੜੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰ ਗਏ ਹੋ ਲਿਬਰਲ ਦੇ ਬਾਰੇ ਚ ਲਿਬਰ ਨੂੰ ਕਿਉਂ ਚੁਣਿਆ ਇਹ ਵੀ ਸਵਾਲ ਦਾ ਕਿਸੇ ਹੱਦ ਤੱਕ ਜਵਾਬ ਤੁਸੀਂ ਦੇ ਦਿੱਤਾ ਮੇਰੇ ਦਿਮਾਗ ਦੇ ਵਿੱਚ ਇੱਕ ਸਵਾਲ ਹੋਰ ਪੈਦਾ ਹੋ ਰਿਹਾ ਜਿਹੜਾ ਕੌਮਨ ਆ ਦੋਨਾਂ ਵਾਸਤੇ ਹੀ ਹੋਊਗਾ ਉਸ ਦੇ ਉੱਪਰ ਤੁਹਾਡੇ ਦੋਨਾਂ ਦੇ ਵਿਚਾਰ ਮੈਂ ਜ਼ਰੂਰ ਲਊਂਗਾ ਉਸ ਤੋਂ ਪਹਿਲਾਂ ਇੱਕ ਕਾਲਰ ਸਾਡੇ ਨਾਲ ਜੁੜੇ ਨੇ ਮੇਰੇ ਖਿਆਲ ਚ ਕੋਈ ਸਵਾਲ ਲੈ ਕੇ ਆਏ ਤੁਹਾਡੇ ਲਈ ਕਿਉਂਕਿ ਪ੍ਰੋਗਰਾਮ ਖੁੰਡ ਚਰਚਾ ਦੇ ਵਿੱਚ ਸਾਰੇ ਰਲ ਬੈਠਦੇ ਹਾਂ ਜੀ ਔਰ ਸਾਰੇ ਇਕੱਠੇ ਹੋ ਕੇ ਗੱਲਾਂ ਬਾਤਾਂ ਕਰਦੇ ਹਾਂ ਉਸੇ ਤਰ੍ਹਾਂ ਹੀ ਉਹ ਮਾਹੌਲ ਸੀ ਇਸ ਪ੍ਰੋਗਰਾਮ ਦੇ ਵਿੱਚ ਸਿਰਜਦੇ ਹਾਂ ਕਾਲਰ ਜੀ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਗੁਰਦੀਪ ਸਿੰਘ ਜੀ ਨੇ ਜੀ ਸੋਰੀ ਮੈਂ ਹੁਣੇ ਜੁੜਿਆ ਸੀਗਾ
ਮੈਨੂੰ ਪੂਰਾ ਪਤਾ ਨਹੀਂ ਲੱਗਿਆ, ਮੈਂ ਗੱਲ ਸ਼ੁਰੂ ਸੁਣੀ ਸੀ ਤੁਹਾਡੀ ਹੁਣੇ ਤੇ ਮੇਰਾ ਇੱਕ ਕੁਐਸਚਨ ਸੀਗਾ ਮੇਰੇ ਕੋਲ ਨਾ ਤੁਹਾਡੇ ਲਈ, ਲੇਬਰ ਪਾਰਟੀ ਵਾਸਤੇ ਕੁਐਸਚਨ ਹੈਗਾ ਜੀ। ਜੀ ਜੀ ਇਜਾਜ਼ ਖਾਨ ਜੀ, ਤੁਸੀਂ ਇਸ ਸਵਾਲ ਦਾ ਜਿਹੜਾ ਜਵਾਬ ਦਿਓਗੇ ਜੀ, ਕੀ ਸਵਾਲ ਹੈ ਜੀ? ਕੁਐਸਚਨ ਮੇਰਾ ਹੈ ਜੀ, ਮੈਂ ਇਹ ਪੁੱਛਣਾ ਚਾਹੁੰਦਾ ਕਿ ਕਾਫੀ ਰਿਊਮਰਸ ਆ ਰਹੇ ਨੇ ਔਰ ਮੈਂ 457 ਵੀਜ਼ਾ ਅਪਲਾਈ ਕੀਤਾ ਹੈ ਜੀ ਆਪਣਾ, ਐਂਡ ਉਹਦਾ ਇਲੈਕਸ਼ਨ ਕਰਕੇ ਕਹਿੰਦੇ ਕਾਫੀ ਡਿਲੇ ਹੋ ਰਿਹਾ, ਬਿਕੋਜ਼ ਮੇਰਾ ਕੇਸ ਓਪਨ ਹੋ ਚੁੱਕਿਆ ਐਂਡ ਜਿੱਥੇ ਤੱਕ ਸਾਨੂੰ ਲਾਇਰ ਤੋਂ ਤੇ ਹੋਰ ਇਧਰੋਂ ਇਨਫੋਰਮੇਸ਼ਨ ਇਕੱਠੀ ਹੋਈ ਹੈ ਉਹ ਇਹ ਹੋ ਰਹੀ ਹੈ ਕਿ ਲੇਬਰ ਪਾਰਟੀ ਦੀ ਇੰਸਟਰਕਸ਼ਨ ਤੇ ਕੇਸਿਸ ਸਾਰੇ ਡਿਲੇ ਹੋ ਰਹੇ ਨੇ, ਇਹ ਕਿੱਥੇ ਤੱਕ ਠੀਕ ਹੈ ਔਰ ਇਹਦੇ ਵਿੱਚ ਮੇਰੀ ਫਾਈਲ ਜਿੱਦਾਂ ਪ੍ਰੂਫ ਦੇ ਨੇੜੇ ਸੀਗੀ, ਮੈਨੂੰ ਇਹ ਹਿੰਟ ਵੀ ਆ ਗਿਆ ਸੀਗਾ ਕੇਸ ਆਫਿਸਰ ਵੱਲੋਂ ਕਿ ਫਾਈਨਲ ਮੈਡੀਕੇਸ਼ਨ ਮੈਡੀਕਲ ਤੁਸੀਂ ਪ੍ਰੋਵਾਈਡ ਕਰਾ ਦਿਓ ਤੇ ਆਮ ਹੈਪੀ ਟੂ ਫਾਈਨਲਾਈਜ਼ ਦਾ ਕੇਸ, ਐਂਡ ਆਫਟਰ ਦੈਟ ਇਟਸ ਬੀਨ ਨੀਅਰਲੀ 3 ਮੰਥਸ ਕਿ ਮੈਂ ਕੁਛ ਸੁਣਿਆ ਨਹੀਂ ਉਹਨਾਂ ਵੱਲੋਂ, ਔਰ ਉਸ ਤੋਂ ਬਾਅਦ ਸਾਨੂੰ ਲੇਟੈਸਟ ਇਹੀ ਸੁਣਨ ਨੂੰ ਮਿਲ ਰਿਹਾ ਕਿ ਇਲੈਕਸ਼ਨ ਤੱਕ ਕੁਛ ਨਹੀਂ ਹੋਣਾ, ਇਹ ਕਿੱਥੇ ਤੱਕ ਸਹੀ ਹੈ ਜੀ ਔਰ ਤੇ ਕੀ ਸਟ੍ਰੈਟਜੀ ਚੱਲ ਰਹੀ ਹੈ ਇਮੀਗ੍ਰੇਸ਼ਨ ਦੀ ਲੇਬਰ ਪਾਰਟੀ ਵੱਲੋਂ ਕੁਛ ਪਲੀਜ਼ ਜੀ ਚਾਨਣਾ ਪਾਓ ਜੀ। ਜੀ ਸ਼ੁਕਰੀਆ ਜੀ ਸਵਾਲ ਲਈ। ਇਜਾਜ਼ ਖਾਨ ਜੀ ਕੀ ਕਹੋਗੇ, ਕਿੰਨੀ ਕੁ ਇਨਫੋਰਮੇਸ਼ਨ ਰੱਖਦੇ ਹੋ ਇਸ ਦੇ ਬਾਰੇ ਜੀ? ਮੈਂ ਤਾਂ ਪਹਿਲੇ ਇਹ ਉਹਨਾਂ ਦਾ ਸ਼ੁਕਰੀਆ ਅਦਾ ਕਰਾਂਗਾ ਕਿ ਉਹਨਾਂ ਨੇ ਕੁਐਸਚਨ ਇਹ ਪੁੱਛਿਆ, ਲੇਕਿਨ ਇਹ ਹੈ ਕਿ ਇਸ ਕੁਐਸਚਨ ਦੇ ਵਿੱਚ ਬਿਲਕੁਲ ਕੋਈ ਸਦਾਕਤ ਨਹੀਂ ਹੈਗੀ। ਲੇਬਰ ਪਾਰਟੀ ਇਸ ਵਕਤ ਜਿਹੜੀ ਆਸਟ੍ਰੇਲੀਅਨ ਗਵਰਨਮੈਂਟ ਹੈ, ਫੈਡਰਲ ਗਵਰਨਮੈਂਟ, ਉਹ ਕੇਅਰ ਟੇਕਰ ਮੋਡ ਦੇ ਵਿੱਚ ਹੈਗੀ ਹੈ। ਹੁਣ ਉਹ ਆਪਣੇ ਕੋਈ ਵੀ ਐਸੇ ਫੈਸਲੇ ਜਿਹੜੇ ਨੇ ਉਹ ਇੰਪਲੀਮੈਂਟ ਕਰਨ ਦੀ ਪੋਜੀਸ਼ਨ ਚ ਨਹੀਂ ਹੈਗੇ, ਕੇਅਰ ਟੇਕਰ ਮੋਡ ਦੇ ਵਿੱਚ। ਪਹਿਲਾਂ ਤਾਂ ਸਾਰੇ ਤੁਹਾਡੇ ਸਰੋਤਿਆਂ ਨੂੰ ਜਿਹੜਾ ਨਾ ਸਮਝਣਾ ਚਾਹੀਦਾ ਕਿ ਵੀ ਇਹ ਟੋਟਲੀ ਰੂਮਰ ਹੈਗੀ ਹੈ ਜਿਹੜੀ ਹੈ। ਮੇਰੇ ਫਰੈਂਡ ਜਿਹੜੇ ਨੇ ਉਹਨਾਂ ਨੇ ਇਹ ਸਵਾਲ ਕੀਤਾ। ਦੇਖੋ 457 ਦੀ ਇੱਕ ਪਾਲਿਸੀ ਹੈ ਜਿਹੜੀ ਕਿ 1st of July ਤੋਂ ਉਹਨਾਂ ਨੇ ਅਮੈਂਡਮੈਂਟ ਕਰਕੇ ਤੇ ਇੰਟਰੋਡਿਊਸ ਕਰਵਾਈ। 1st of July ਤੋਂ ਬਾਅਦ ਉਹਨਾਂ ਨੇ ਜੋ ਵੀ ਆਪਣਾ ਉਹਦਾ ਆਇਲਸ ਦਾ ਸਕੋਰ ਵਧਾਇਆ ਔਰ ਉਸ ਤੋਂ ਬਾਅਦ ਜੋ ਉਹਨਾਂ ਨੇ ਐਵੀਨਿਊਜ਼ ਜਿਹੜੇ ਲੂਪ ਹੋਲਸ ਹਨ ਉਹ ਟਾਈਟ ਕੀਤੇ ਨੇ ਉਹਨਾਂ ਨੇ, ਉਹ ਦੈਟ ਹੈਜ਼ ਬੀਨ ਡਨ ਨਾਓ। ਜਿਹੜੀ ਪਾਲਿਸੀ ਹੈ ਉਹ ਆਲਰੇਡੀ ਦੇਰ, ਉਹਨੂੰ ਨਾ ਤੇ ਲੇਬਰ ਪਾਰਟੀ ਚੇਂਜ ਕਰ ਸਕਦੀ, ਨਾ ਉਹਨੂੰ ਸਲੋ ਡਾਊਨ ਕਰ ਸਕਦੀ ਹੈ, ਨਾ ਉਹਨੂੰ ਫਾਸਟ ਕਰ ਸਕਦੀ ਹੈ। ਮੈਂ ਕਿਉਂਕਿ ਲਾਇਰ ਹਾਂ ਔਰ ਇਮੀਗ੍ਰੇਸ਼ਨ ਦਾ ਕੰਮ ਵੀ ਕਰਦਾ, 14 ਹੋ ਗਏ ਨੇ ਮੈਨੂੰ ਕਰਦੇ ਨੂੰ, ਮੇਰੇ ਕੋਲ ਤੇ ਅੱਜ ਵੀ 3-4 ਵੀਜ਼ੇ ਅਪਰੂਵ ਹੋ ਕੇ ਆਏ ਨੇ ਜਿਹੜੇ ਕਿ ਬੜੀ ਦੇਰ ਦੇ ਲੱਗੇ ਹੋਏ ਸਨ, ਔਰ ਕੁਛ ਐਸੇ ਵੀਜ਼ੇ ਨੇ ਐਪਲੀਕੇਸ਼ਨਾਂ ਨੇ ਜਿਹੜੀਆਂ ਹਾਲੇ ਕਾਫੀ ਦੇਰ ਤੋਂ ਲੱਗੀਆਂ ਹੋਈਆਂ ਨੇ ਤੇ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ। ਸੋ ਐਂਸਰ ਟੂ ਯੋਰ ਕੁਐਸਚਨ ਇਜ ਦੈਟ ਕਿ ਵੀ ਡੋਂਟ ਵਰੀ ਅਬਾਊਟ ਇਟ, ਉਹ ਜਿਹੜੀਆਂ ਤੁਸੀਂ ਗੱਲਾਂ ਸੁਣ ਰਹੇ ਹੋ ਬਿਲਕੁਲ ਬੇਕਾਰ ਨੇ। ਤੁਹਾਡੀ ਐਪਲੀਕੇਸ਼ਨ ਅਗਰ ਮੈਰਿਟ ਤੇ ਵੇ ਔਰ ਉਹ ਤੁਸੀਂ ਸਾਰੇ ਸਟੈਂਡਰਡ ਜਿਹੜੇ ਉਹਨਾਂ ਨੂੰ ਕੰਪਲਾਈ ਕੀਤਾ ਹੋਇਆ ਤੇ ਤੁਹਾਨੂੰ ਕਿਸੇ ਗੱਲ ਦੀ ਵਰੀ ਨਹੀਂ ਹੈ ਕਿ ਇਵੈਂਚੁਲੀ ਤੁਸੀਂ ਐਪਲੀਕੇਸ਼ਨ ਜਿਹੜੀ ਤੁਹਾਡੀ ਉਹ ਮਨਜ਼ੂਰ ਹੋ ਜਾਏਗੀ। ਉਹਦੇ ਵਿੱਚ ਲੇਬਰ ਪਾਰਟੀ ਦਾ ਕੋਈ ਤੁਹਾਨੂੰ ਨਾ ਵੀਜ਼ਾ ਦੇਣਾ, ਲੇਬਰ ਪਾਰਟੀ ਦਾ ਕੋਈ ਇੰਟਰਸਟ ਨਹੀਂ, ਤੁਹਾਨੂੰ ਦੇ ਕੇ ਵੀਜ਼ਾ ਲੇਬਰ ਪਾਰਟੀ ਦਾ ਕੋਈ ਇੰਟਰਸਟ ਨਹੀਂ, ਕਿਉਂਕਿ ਤੁਸੀਂ 457 ਤੇ ਹੋਣਾ, ਤੁਸੀਂ ਕਿਹੜਾ ਲੇਬਰ ਪਾਰਟੀ ਨੂੰ ਵੋਟ ਦੇ ਦੇਣਾ 457 ਤੇ? ਜੀ ਜੀ। ਤੋਂ ਇਸ ਵਾਸਤੇ ਮੇਰਾ ਖਿਆਲ ਹੈ ਕਿ ਰੂਮਰ ਦੇ ਉੱਤੇ ਬਿਲਕੁਲ ਹੀ ਨਾ ਤਵੱਜੋ ਦਿਆ ਕਰੋ। ਇੱਕ ਲਾਸਟ ਕੁਐਸਚਨ ਮੇਰਾ ਹੋਰ ਸੀਗਾ ਜੀ, ਜਿਵੇਂ ਤੁਸੀਂ ਕਿਹਾ ਕਿ ਨਵੇਂ ਸਟ੍ਰੈਟਜੀਜ਼ ਆਈਆਂ, ਨਵੇਂ ਰੂਲਸ ਆਏ ਨੇ ਤਾਂ ਕਿ ਲੂਪ ਹੋਲ ਥੋੜੇ ਸਟਰੈਂਥਨ ਕੀਤੇ ਜਾਣ, ਇੱਕ ਹੋਰ ਮੈਂ ਆਨਲਾਈਨ ਪੜ੍ਹ ਰਿਹਾ ਸੀਗਾ ਕਿ ਬਿਕੋਜ਼ ਆਸਟ੍ਰੇਲੀਅਨ ਇੰਡਸਟਰੀ ਗਰੁੱਪ ਤੇ ਹੋਰ ਬਿਜ਼ਨਸ ਐਸੋਸੀਏਸ਼ਨ ਤੇ ਹੋਰ ਜਿਹੜੀਆਂ ਐਸੋਸੀਏਸ਼ਨ ਨੇ ਮਾਈਗ੍ਰੇਸ਼ਨ ਏਜੰਟ ਵਾਲਿਆਂ ਦੀ ਹੋ ਗਈ, ਉਹਨਾਂ ਨੇ ਇੱਕ ਇਕੱਠੇ ਤੌਰ ਤੇ ਲੈਟਰ ਲਿਖੀ ਸੀਗੀ ਇਮੀਗ੍ਰੇਸ਼ਨ ਮਿਨਿਸਟਰ ਨੂੰ ਕਿ ਵੀ ਜਿਹੜੇ ਰੂਲਸ ਤੁਸੀਂ ਚੇਂਜ ਕੀਤੇ ਨੇ, ਕਿਉਂਕਿ ਨਾਰਮਲੀ ਏਦਾਂ ਤਾਂ ਹੋਇਆ ਨੀ ਕਦੇ ਕਿ ਵੀ ਜੇ ਤੁਹਾਡੀ ਕਿਸੇ ਦੀ ਫਾਈਲ ਰੂਲਸ ਚੇਂਜ ਹੋਣ ਤੋਂ ਪਹਿਲਾਂ ਲੌਂਚ ਹੋਈ ਹੋਈ ਹੈ ਐਂਡ ਰੂਲਸ ਚੇਂਜ ਹੁੰਦਿਆਂ ਸਾਰ ਉਹ ਕਹਿਣ ਕਿ ਜਿਹੜੀਆਂ ਫਾਈਨਲਾਈਜ਼ ਨਹੀਂ ਹੋਈਆਂ ਦੇ ਵਿਲ ਬੀ ਕੰਸੀਡਰਡ ਅੰਡਰ ਨਿਊ ਲਾਸ, ਬਟ ਆਈ ਥਿੰਕ ਫਸਟ ਟਾਈਮ ਆਈ ਹਰਡ ਦਿਸ ਥਿੰਗ ਕਿ ਏਦਾਂ ਉਹਨਾਂ ਨੇ ਕਿਹਾ ਸੀਗਾ ਕਿ 457 ਦੀ ਜਿਹੜੀ ਫਾਈਲ ਫਾਈਨਲਾਈਜ਼ ਨਹੀਂ ਹੋਈਆਂ ਉਹ ਨਵੇਂ ਲਾਸ ਦੇ ਅੰਡਰ ਕੰਸੀਡਰ ਕੀਤੀਆਂ ਜਾਣਗੀਆਂ। ਔਰ ਰੀਸੈਂਟਲੀ ਮੈਂ 2 ਹਫ਼ਤੇ ਪਹਿਲਾਂ ਪੜ੍ਹ ਰਿਹਾ ਸੀ ਆਨਲਾਈਨ, ਹੁਣ ਫੋਰਮ ਸੀਗੇ, ਹੁਣ ਮੈਨੂੰ ਕਲੀਅਰਲੀ ਇਹਦਾ ਪਤਾ ਨਹੀਂ ਹੈਗਾ, ਆਈ ਥਿੰਕ ਯੂ ਦਾ ਬੈਸਟ ਪਰਸਨ ਜੋ ਤੁਹਾਨੂੰ ਦੱਸ ਸਕਦਾ ਕਿ ਉਹਨਾਂ ਨੇ ਇਹ ਕਿਹਾ ਸੀਗਾ ਕਿ ਵੀ ਉਹਨਾਂ ਨੇ ਚੇਂਜ ਕਰਤਾ ਕਿ ਵੀ ਬਿਕੋਜ਼ ਜਿਹੜੇ ਸਫ਼ਰ ਨਾ ਹੋਣ ਕਾਫੀ ਐਪਲੀਕੇਸ਼ਨ ਜਿਹਨਾਂ ਨੇ 1st July ਤੋਂ ਪਹਿਲਾਂ ਲਾਂਚ ਕੀਤੀਆਂ ਦੇ ਵਿਲ ਬੀ ਕੰਸੀਡਰਡ ਅੰਡਰ ਦੀ ਓਲਡ ਲਾਸ। ਯੈਸ ਕਰੈਕਟ ਜੀ, ਬਿਲਕੁਲ ਇਹਨੂੰ
देखो जिहड़ी पॉलिसीज बनदियां ने लॉ बनदियां बनता है ना जी ਉਹਦੀ ਜਦੋਂ ਉਹ ਇੰਟਰੋਡਿਊਸ ਕਰਵਾਇਆ ਜਾਂਦਾ ਉਹਦੇ ਵਿੱਚ ਉਹਦਾ ਟਾਈਮ ਐਂਡ ਡੇਟ ਵੀ ਦੱਸਿਆ ਜਾਂਦਾ ਕਿ ਕਿਸ ਟਾਈਮ ਤੋਂ ਇਹ ਲਾਅ ਜਿਹੜਾ ਹੈ ਉਹ ਇੰਪਲੀਮੈਂਟ ਹੋਏਗਾ ਸੋ ਗੋਇੰਗ ਬੈਕ ਟੂ ਯੋਰ ਕੁਐਸਚਨ ਕਿ ਉਹ ਪਿਛਲੀਆਂ ਐਪਲੀਕੇਸ਼ਨਾਂ ਤੇ ਅਪਲਾਈ ਹੁੰਦਾ ਅਗਰ ਲੈਜਿਸਲੇਚਰ ਨੇ ਇਹ ਨਾਲ ਨਵੇਂ ਲਾਅ ਦੇ ਨਾਲ ਲਿਖਿਆ ਹੋਵੇ ਕਿ ਦਿਸ ਲਾਅ ਇਜ਼ ਅ ਰੈਟਰੋਸਪੈਕਟਿਵ ਰੈਟਰੋਸਪੈਕਟਿਵ ਦਾ ਮਤਲਬ ਹੈ ਕਿ ਇਹ ਪਿਛਲੀਆਂ ਡੇਟਾਂ ਤੋਂ ਅਪਲਾਈ ਹੋਏਗਾ ਫਿਰ ਤੋਂ ਅਪਲਾਈ ਹੋਏਗਾ ਲੇਕਿਨ ਇਹ ਜਿਹੜੀ ਪਾਲਿਸੀ ਔਰ ਜਿਹੜੀ ਚੇਂਜਸ ਆਈਆਂ ਸੰਜੇ ਦੇ ਵੱਲ ਤੁਸੀਂ ਇਸ਼ਾਰਾ ਕਰ ਰਹੇ ਹੋ ਆਈ ਕੈਨ ਗਾਰੰਟੀ ਦੇ ਨਾਲ ਮੈਂ ਤੁਹਾਨੂੰ ਕਹਿ ਸਕਦਾ ਕਿ ਜਿਹੜੀਆਂ 30 ਜੂਨ ਤੱਕ ਐਪਲੀਕੇਸ਼ਨਾਂ ਲੱਗ ਚੁੱਕੀਆਂ ਨੇ ਉਹਨਾਂ ਦੇ ਉੱਤੇ 30 ਜੂਨ ਵਾਲੇ ਦਿਨ ਜਿਹੜਾ ਲਾਅ ਐਗਜ਼ਿਸਟ ਕਰਦਾ ਸੀ ਜਿਹਦੇ ਵਿੱਚ ਮੇਨਲੀ 5 ਸਕੋਰ ਚਾਹੀਦਾ ਸੀ ਔਰ ਅਸੈਸਮੈਂਟ ਜਿਹੜੀ ਸੀ ਕੁਆਲੀਫਿਕੇਸ਼ਨ ਦੀ ਉਹ ਨਹੀਂ ਸੀ ਚਾਹੀਦੀ ਉਹ ਉਹਦੇ ਉੱਤੇ ਅਪਲਾਈ ਹੁੰਦੀ ਹੈ ਔਰ ਜਿਹੜੀ ਐਪਲੀਕੇਸ਼ਨ 1 ਜੁਲਾਈ ਔਰ ਉਹਦੇ ਤੋਂ ਬਾਅਦ ਐਂਟਰ ਹੋਈਆਂ ਨੇ ਉਹਦੇ ਉੱਤੇ ਨਵੀਂ ਪਾਲਿਸੀ ਅਪਲਾਈ ਹੁੰਦੀ ਹੈ ਜੀ ਗਾਰੰਟੀ ਦੇ ਨਾਲ ਮੈਂ ਕਹਿ ਸਕਦਾ ਤੁਹਾਨੂੰ ਜੀ ਜੀ ਇਹੀ ਸਵਾਲ ਮੈਂ ਥੈਂਕ ਯੂ ਵੈਰੀ ਮਚ ਸ਼ੁਕਰੀਆ ਜੀ ਕਾਲ ਕਰਨ ਲਈ ਬਹੁਤ ਚੰਗਾ ਲੱਗਿਆ ਤੁਸੀਂ ਗੱਲਬਾਤ ਕੀਤੀ ਔਰ ਕਾਫੀ ਵਧੀਆ ਉਮਦਾ ਜਿਹੜਾ ਸਵਾਲ ਆ ਉਹ ਸਾਂਝਾ ਕੀਤਾ ਮੈਂ ਵੀ ਮਾਸਟਰੀ ਰਵੀ ਜੀ ਕਹਿਣਾ ਚਾਹੁੰਦਾ ਕਿ ਲਾਈਕ ਟੁਡੇ ਇਜ਼ ਦ ਫਰਸਟ ਟਾਈਮ ਕਿ ਡੈਫੀਨਿਟਲੀ ਗਾਟ ਲਾਈਕ ਅ ਪਰਫੈਕਟ ਆਨਸਰ ਕਿ ਬਿਕਾਜ਼ ਕਦੇ ਲਾਸਟ 2 ਮਹੀਨਿਆਂ ਤੋਂ ਵੀ ਵਰ ਇਨਟੂ ਕਨਫਿਊਜ਼ਨ ਕਿ ਸਮ ਪੀਪਲ ਵਰ ਸੇਇੰਗ ਕਿ ਵੀ ਲੇਬਰ ਪਾਰਟੀ ਦੇ ਬਾਰੇ ਚ ਗੱਲ ਹੋਈ ਕਿ ਉਹ ਕਰੰਟਲੀ ਜਿਹੜੀ ਜਿਹੜੀ ਸੱਤਾ ਦੇ ਵਿੱਚ ਲੇਬਰ ਪਾਰਟੀ ਹੈ ਕਿ ਉਸਨੇ ਉਸ ਪੂਰੇ 4-5-7 ਨੂੰ ਪੌਜ਼ ਕੀਤਾ ਹੋਇਆ ਕਿਤੇ ਕਿ ਉਹਦੀ ਪ੍ਰੋਗਰੈਸ ਪੌਜ਼ ਹੋ ਚੁੱਕੀ ਆ ਤੁਸੀਂ ਲਿਬਰਲ ਪਾਰਟੀ ਵੱਲੋਂ ਕਿਉਂਕਿ ਪਾਰਟੀ ਦੇ ਜਦੋਂ ਪੋਲੀਟਿਕਸ ਦੀ ਗੱਲ ਹੁੰਦੀ ਹੈ ਤਾਂ ਤੁਸੀਂ ਕੀ ਸੋਚਦੇ ਹੋ ਕਿ ਵਾਕਈ ਇਹ ਕੀਤਾ ਹੋਇਆ ਤੁਹਾਡਾ ਕੀ ਜਵਾਬ ਹੋਊਗਾ ਇਸ ਪੂਰੇ ਸਵਾਲ ਤੇ ਜੀ ਦੇਖੋ ਇਹ ਜਿਹੜੀ ਚੀਜ਼ ਹੈ ਨਾ ਜੋ ਅਜਾਜ਼ ਸਾਹਿਬ ਨੇ ਕਹੀ ਹੈ ਇਨ ਪ੍ਰਿੰਸੀਪਲ ਔਰ ਜਿਵੇਂ ਕਿ ਇੱਕ ਅਸੂਲ ਦੇ ਤੌਰ ਤੇ ਮੈਂ ਅਜਾਜ਼ ਸਾਹਿਬ ਨਾਲ ਬਿਲਕੁਲ ਸਹਿਮਤ ਹੈ ਇਸ ਗੱਲ ਤੋਂ ਕਿ ਕੇਅਰ ਟੇਕਰ ਮੋਡ ਦੇ ਵਿੱਚ ਜੋ ਵੀ ਸਰਕਾਰ ਹੈਗੀ ਹੈ ਜਾਂ ਜੋ ਐਡਮਿਨਿਸਟ੍ਰੇਸ਼ਨ ਹੈ ਉਹ ਇਹੋ ਜਿਹੇ ਅਹਿਮ ਫੈਸਲੇ ਨਹੀਂ ਲੈ ਸਕਦੀ ਕਿ ਰੂਲਸ ਨੂੰ ਚੇਂਜ ਕਰ ਦੇਵੇ ਜਾਂ ਕੁਛ ਕਰ ਦੇ ਜਦੋਂ ਤੱਕ ਉਸ ਸਰਕਾਰ ਨੂੰ ਉਸ ਪਾਰਟੀ ਨੂੰ ਸਰਕਾਰ ਚਲਾਉਣ ਦਾ ਜਨਤਾ ਦੇ ਕੋਲੋਂ ਵੋਟਰਾਂ ਕੋਲੋਂ ਮੈਂਡੇਟ ਨਹੀਂ ਮਿਲਦਾ ਵੋਟਾਂ ਦੇ ਰਾਹੀਂ ਜੋ ਕਿ ਹੁਣ 7 ਸਤੰਬਰ ਨੂੰ ਹੋਣਾ ਅਗਲੇ ਹਫ਼ਤੇ ਹੋਣਾ ਸਪੈਸੀਫਿਕ ਕੇਸ ਜਿਹੜੇ ਹੈਗੇ ਨੇ ਡਿਟੇਲ ਉਹਨਾਂ ਦੀ ਦੇਖੋ ਆਪਣੇ ਜੋ ਸੁਣਨ ਵਾਲਿਆਂ ਨੇ ਜੋ ਸਵਾਲ ਕੀਤਾ ਹੈਗਾ ਉਹ ਡਿਟੇਲ ਤਾਂ ਉਹਨਾਂ ਨੂੰ ਹੀ ਪਤਾ ਹੈ ਤੇ ਜੋ ਕੁਛ ਇਮੀਗ੍ਰੇਸ਼ਨ ਲਾਅ ਜਾਂ ਉਹਦੇ ਮੁਤਾਬਕ ਅਜਾਜ਼ ਸਾਹਿਬ ਖੁਦ ਬੜੇ ਜਾਣਕਾਰ ਨੇ ਔਰ ਉਹਨਾਂ ਨੇ ਬਹੁਤ ਅੱਛਾ ਜਵਾਬ ਦਿੱਤਾ ਹੈ ਪਰ ਮੈਂ ਓਵਰਆਲ ਸਿਰਫ ਇਹ ਕਹਿਣਾ ਚਾਹਾਂਗਾ ਕਿ ਜੋ 4-5-7 ਵੀਜ਼ਾ ਹੈ ਨਾ ਜੀ ਇਹ ਵੀਜ਼ਾ ਕੈਟੇਗਰੀ ਹੁਣ ਤੱਕ ਇਸ ਵੇਲੇ ਜੋ ਪੋਜੀਸ਼ਨ ਹੈ ਔਰ ਮੈਂ ਸਮਝਦਾ ਅਜਾਜ਼ ਸਾਹਿਬ ਵੀ ਮੇਰੇ ਨਾਲ ਸਹਿਮਤ ਹੋਣਗੇ ਕਿ ਇਟ ਇਜ਼ ਇਹ 4-5-7 ਜਿਹੜਾ ਹੈ ਨਾ ਇਹ ਸੋਰਸ ਆਫ ਪਰਮਾਨੈਂਟ ਰੈਜੀਡੈਂਸ ਬਣ ਚੁੱਕਿਆ ਹੈਗਾ ਤਕਰੀਬਨ 70% ਲੋਕ ਜਿਹੜੇ 4-5-7 ਵੀਜ਼ਾ ਤੇ ਆਉਂਦੇ ਨੇ ਇਵੈਂਚੁਅਲੀ ਇੱਥੋਂ ਦੀ ਪਰਮਾਨੈਂਟ ਰੈਜੀਡੈਂਸ ਲੈ ਲੈਂਦੇ ਨੇ ਔਰ ਇਹ 4-5-7 ਦਾ ਜਿਹੜਾ ਰੂਟ ਹੈ ਇਹਨੂੰ ਇੱਕ ਬਹੁਤ ਹੀ ਅੱਛਾ ਔਰ ਅਹਿਮ ਰੂਟ ਮੰਨਿਆ ਜਾ ਰਿਹਾ ਇਸ ਵੇਲੇ ਲਿਬਰਲ ਪਾਰਟੀ ਦੀ ਥਿੰਕਿੰਗ ਦੇ ਵਿੱਚ ਤੇ ਲਿਬਰਲ ਪਾਰਟੀ ਨੇ ਜਦੋਂ ਇਹ ਕਮਿਟਮੈਂਟ ਹੈਗੀ ਕਿ ਜਦੋਂ ਸੱਤਾ ਦੇ ਵਿੱਚ ਜਦੋਂ ਸਰਕਾਰ ਦੇ ਵਿੱਚ ਲਿਬਰਲ ਪਾਰਟੀ ਆ ਜਾਏਗੀ ਜਿਸ ਤਰ੍ਹਾਂ ਕਿ ਮੋਰ ਔਰ ਲੈਸ ਪੂਰਾ ਇਮਕਾਨ ਹੈ ਕਿ ਅਗਲੇ ਹਫ਼ਤੇ ਇਹੀ ਹੋਣਾ ਤੇ ਉਸ ਵੇਲੇ ਜਦੋਂ ਸੱਤਾ ਜਾਣ ਤੋਂ ਬਾਅਦ ਇਹ 4-5-7 ਨੂੰ ਹੋਰ ਰਿਫਾਈਨ ਕੀਤਾ ਜਾਏਗਾ ਔਰ ਇਹਨੂੰ ਚਾਲੂ ਰੱਖਿਆ ਜਾਏਗਾ ਔਰ ਉਸ ਢੰਗ ਨਾਲ ਚਾਲੂ ਰੱਖਿਆ ਜਾਏਗਾ ਜਿੱਥੇ ਜਿਨ੍ਹਾਂ ਲੋਕਾਂ ਨੇ ਪਹਿਲਾਂ ਅਪਲਾਈ ਕੀਤਾ ਹੋਇਆ ਜਾਂ ਜੋ ਕਿਸੇ ਨੇ ਡਿਸਕਰੇਜਮੈਂਟ ਫੀਲ ਕੀਤੀ ਹੈ ਉਹ ਡਿਸਕਰੇਜਮੈਂਟ ਵੀ ਦੂਰ ਕਰਤੀ ਜਾਵੇ ਔਰ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਉਹਨਾਂ ਨੂੰ ਉਹਨਾਂ ਰੂਲਸ ਦੇ ਮੁਤਾਬਕ ਹੀ ਪ੍ਰੋਸੈਸ ਕੀਤਾ ਜਾਵੇ ਜਿਨ੍ਹਾਂ ਰੂਲਸ ਦੇ ਅੰਦਰ ਉਹਨਾਂ ਨੇ ਅਪਲਾਈ ਕੀਤਾ ਸੀ ਜੀ ਜੀ ਇੱਕ ਸਵਾਲ ਮੇਰਾ ਤੁਹਾਡੇ ਦੋਨਾਂ ਵਾਸਤੇ ਹੀ ਰਹੂਗਾ ਔਰ ਦੋਨਾਂ ਤੋਂ ਵਾਰੀ ਵਾਰੀ ਮੈਂ ਉਸ ਦਾ ਜਵਾਬ ਲੈਣਾ ਚਾਹੂੰਗਾ ਔਰ ਮੇਰੇ ਖਿਆਲ ਸਰੋਤਿਆਂ ਦਾ ਵੀ ਇਹ ਸਵਾਲ ਹੋਊਗਾ ਕਿਸੇ ਹੱਦ ਤੱਕ ਸਾਡੇ ਬੜੇ ਪਿਆਰੇ ਜਿਹੜੇ ਸਾਡੇ ਸਾਥੀ ਨੇ ਕਿ ਪ੍ਰੋਗਰਾਮ ਰਾਬਤਾ ਰੇਡੀਓ ਦੀ ਟੀਮ ਦਾ ਹਿੱਸਾ ਨੇ ਬਲਵਿੰਦਰ ਰੂਬੀ ਜੀ ਉਹਨਾਂ ਨੇ ਸਵਾਲ ਮੇਰੇ ਨਾਲ ਸਾਂਝਾ ਕੀਤਾ ਸੀ ਔਰ ਮੈਂ ਵੀ ਉਹ ਸਵਾਲ ਆਉਣ ਵਾਲੇ ਸਵਾਲਾਂ ਦੇ ਵਿੱਚ ਪੁੱਛਣਾ ਸੀਗਾ ਤੁਸੀਂ ਕਿਉਂਕਿ ਬੋਰਨ ਇੰਡੀਆ ਵਾਲੇ ਏਰੀਏ ਜਾਂ ਪਾਕਿਸਤਾਨ ਦੇ ਏਰੀਏ ਦੇ ਵਿੱਚੋਂ ਔਰ ਤੁਹਾਡੀਆਂ ਜ਼ਿੰਮੇਵਾਰੀਆਂ
ਇੱਥੇ ਡਬਲ ਨੇ ਜਿਹੜੇ ਇੱਥੋਂ ਦੇ ਲੋਕਲਸ ਨੇਗੇ, ਇੱਥੋਂ ਦੇ ਬੋਰਨ ਨੇਗੇ, ਉਹਨਾਂ ਨਾਲੋਂ ਜ਼ਿਆਦਾ ਨੇ, ਉਹ ਸਿਰਫ ਆਸਟ੍ਰੇਲੀਆ ਦੇ ਮੁੱਦਿਆਂ ਬਾਰੇ ਹੀ ਸੋਚਦੇ ਹੋਣਗੇ। ਪਰ ਤੁਸੀਂ ਇੱਕ ਤੁਹਾਡੀ ਰਿਸਪੋਂਸੀਬਿਲਟੀ ਹੈ ਕਿ ਤੁਸੀਂ ਆਪਣੇ ਨਾਲ ਕੈਰੀ ਕਰ ਰਹੇ ਹੋਗੇ ਇੱਕ ਸਾਡਾ ਕਲਚਰ, ਸਾਡਾ ਸੱਭਿਆਚਾਰ, ਸਾਡੀ ਪੂਰੀ ਇੱਥੋਂ ਦੀ ਜਿਹੜੀ 4 ਲੱਖ ਦੀ ਇੰਡੀਅਨ ਪਾਪੂਲੇਸ਼ਨ ਆ ਜਾਂ ਇਸੇ ਤਰ੍ਹਾਂ ਪਾਕਿਸਤਾਨੀ ਪਾਪੂਲੇਸ਼ਨ ਆ, ਉਹਨਾਂ ਨੂੰ, ਉਹਨਾਂ ਦੇ ਮੁੱਦਿਆਂ ਨੂੰ। ਤੁਸੀਂ ਜਦੋਂ ਪਾਰਲੀਮੈਂਟ ਦੇ ਵਿੱਚ ਚਲੇ ਜਾਂਦੇ ਹੋ, ਤੁਸੀਂ ਕਿਸੇ ਉਸ ਸਟੇਜ ਤੇ ਚਲੇ ਜਾਂਦੇ ਹੋ ਜਿੱਥੇ ਤੁਸੀਂ ਕਿਸੇ ਡਿਸੀਜਨ ਨੂੰ ਅਫੈਕਟ ਕਰ ਸਕਦੇ ਹੋ, ਉਹਨੂੰ ਚੈਲੰਜ ਕਰ ਸਕਦੇ ਹੋ, ਜਾਂ ਤੁਸੀਂ ਡਿਸੀਜਨ ਮੇਕਰ ਦੇ ਵਿੱਚ ਹੋਗੇ, ਤਾਂ ਤੁਸੀਂ ਇਜਾਜ਼ ਖਾਨ ਜੀ, ਤੁਹਾਨੂੰ ਸਭ ਤੋਂ ਪਹਿਲਾਂ ਪੁੱਛੂਗਾ ਕਿ ਕਿਹੜਾ ਮੁੱਦਾ ਤੁਹਾਡੇ ਦਿਮਾਗ ਦੇ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਜਿਸ ਦੇ ਬਾਰੇ ਚ ਤੁਸੀਂ ਜਾ ਕੇ ਉਸ ਸਟੇਜ ਤੇ ਗੱਲ ਕਰੋਗੇ? ਜੀ, ਪਹਿਲੇ ਤਾਂ ਜੀ ਤੁਹਾਨੂੰ ਮੁਬਾਰਕ ਹੋਵੇ ਕਿ ਬਹੁਤ ਅੱਛਾ ਤੁਸੀਂ ਕੁਐਸਚਨ ਪੁੱਛਿਆ, ਔਰ ਰੂਬੀ ਜੀ ਨੇ ਵੀ ਜਿੱਥੋਂ ਵੀ ਇਹ ਕੁਐਸਚਨ ਕੱਢਿਆ, ਕੈਨ ਟੈਲ ਯੂ ਦੈਟ ਕਿ ਦਿਸ ਇਜ਼ ਵੈਰੀ ਇੰਟੈਲੀਜੈਂਟ ਕੁਐਸਚਨ ਐਂਡ ਥੈਂਕ ਯੂ ਵੈਰੀ ਮਚ ਫੋਰ ਦੈਟ। ਆਲਰਾਈਟ, ਪਹਿਲਾਂ ਤੇ ਮੈਂ ਇੱਕ ਗੱਲ ਬੜੀ ਕਲੀਅਰ ਕਰਨਾ ਚਾਹਾਂਗਾ ਕਿ ਜਦੋਂ ਅਸੀਂ ਇਸ ਮੁਲਕ ਦੇ ਵਿੱਚ ਆ ਜਾਂਦੇ ਹਾਂ, ਅਸੀਂ ਆਸਟ੍ਰੇਲੀਅਨ ਬਣ ਜਾਂਦੇ ਹਾਂ, ਲੇਕਿਨ ਸਾਡੀ ਜਿਹੜੀ ਰੂਟਸ ਨੇ ਉਹ ਸਾਡੇ ਕੰਟਰੀ ਦੇ ਨਾਲ ਲੱਗੀ ਰਹਿੰਦੀ ਹੈ, ਔਰ ਇਹ ਬੜੀ ਅੱਛੀ ਗੱਲ ਹੈ। ਰੂਟਸ ਜਿਹੜੀਆਂ ਨੇ ਉਹ ਸਾਡੀਆਂ ਹੋਣੀਆਂ ਚਾਹੀਦੀਆਂ ਨੇ। ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਦੋਹਰੀ ਰਿਸਪੋਂਸਿਬਿਲਿਟੀ ਆ ਜਾਂਦੀ, ਮੈਂ ਇਹ ਸਮਝਦਾ ਵਾਂ ਕਿ ਜਿਸ ਤਰ੍ਹਾਂ ਗੁਰਦੀਪ ਹੋਰਾਂ ਨੇ ਪਹਿਲੇ ਕਿਹਾ ਹੈ ਕਿ ਵੀ 500,000 ਇੰਡੀਅਨ ਕਮਿਊਨਿਟੀ ਹੈਗੀ, ਉਸ ਤੋਂ ਬਾਅਦ ਪਾਕਿਸਤਾਨੀ, ਨੇਪਾਲੀ, ਮੇਰੇ ਖਿਆਲ ਦੇ ਮੁਤਾਬਕ ਇਹ ਸਾਰਾ ਸਬ ਕੰਟੀਨੈਂਟ ਹੈ। ਇਸੇ ਵਾਸਤੇ ਹੀ ਅਸੀਂ ਇੱਕ ਲੇਬਰ ਪਾਰਟੀ ਦੇ ਵਿੱਚ ਇੱਕ ਆਰਗਨਾਈਜੇਸ਼ਨ ਬਣਾਈ ਸੀ ਜਿਹਨੂੰ ਕਹਿੰਦੇ ਨੇ ਸਬ ਕੰਟੀਨੈਂਟ ਫਰੈਂਡ ਆਫ ਲੇਬਰ ਪਾਰਟੀ, ਉਹਦੇ ਵਿੱਚ ਮੈਂ ਵੀ ਮੌਜੂਦ ਹਾਂ, ਹੋਰ ਵੀ ਸਾਡੇ ਇੰਡੀਅਨ, ਨੇਪਾਲੀ, ਬੰਗਲਾਦੇਸ਼ੀ, ਅਫਗਾਨੀ ਜਿਹੜੇ ਉਹ ਸਭ ਕੰਟੀਨੈਂਟ ਦੇ ਨਾਲ ਤਲਕ ਰੱਖਦੇ ਨੇ ਲੋਕ, ਉਹ ਸਾਰੇ ਉਹਦੇ ਵਿੱਚ ਸ਼ਾਮਲ ਨੇ। ਸੋ ਉਹਦਾ ਉਸ ਆਰਗਨਾਈਜੇਸ਼ਨ ਦਾ ਪਰਪਜ਼ ਹੀ ਇਹ ਹੈ ਕਿ ਸਭ ਕੰਟੀਨੈਂਟ ਦੀ ਕਮਿਊਨਿਟੀ ਨੂੰ ਰਿਪ੍ਰੈਜੈਂਟੇਸ਼ਨ ਜਿਹੜੀ ਉਹ ਲੇਬਰ ਪਾਰਟੀ ਦੇ ਵਿੱਚ ਦਿੱਤੀ ਜਾਵੇ, ਔਰ ਸੋ ਫਾਰ ਅਸੀਂ ਬੜੀ ਹੀ ਇਫੈਕਟਿਵਲੀ ਲੇਬਰ ਦੇ ਗਵਰਨਮੈਂਟ ਦੇ ਵਿੱਚ ਅਸੀਂ ਉਹ ਇਫੈਕਟਿਵ ਜਿਹੜੀ ਆਪਣੀ ਰਿਪ੍ਰੈਜੈਂਟੇਸ਼ਨ ਉਹ ਕੀਤੀ ਹੈ। ਉਹਦਾ ਰਿਜ਼ਲਟ ਇਹ ਹੋਇਆ ਹੈ ਕਿ ਤੁਸੀਂ ਇਹ ਦੇਖ ਰਹੇ ਹੋ ਕਿ ਸ਼ਾਇਦ ਤੁਸੀਂ ਸੁਣਿਆ ਵੀ ਹੋਵੇ ਕਿ 2-3 ਦਿਨ ਪਹਿਲੇ ਮੇਨ ਗੁਰਦੁਆਰਾ ਗੁਰੂ ਘਰ ਸਾਹਿਬ ਨੂੰ $7 ਲੱਖ ਦੀ ਗ੍ਰਾਂਟ ਜਿਹੜੀ ਉਹ ਦਿੱਤੀ ਗਈ ਹੈ। ਕੱਲ ਅਸੀਂ ਜਾ ਰਹੇ ਹਾਂ ਮੋਸਕ ਦੇ ਵਿੱਚ, ਬਲੈਕਟਾਊਨ ਚ ਇੱਕ ਮੋਸਕ, ਉਹਨਾਂ ਨੂੰ $150,000 ਦੀ ਗ੍ਰਾਂਟ ਦਿੱਤੀ ਗਈ ਹੈ। ਔਰ ਇਸੇ ਤਰ੍ਹਾਂ ਹੀ ਬਹੁਤ ਸਾਰੀ ਜਿਹੜੀਆਂ ਸਬ ਕੰਟੀਨੈਂਟ ਦੀ ਕਮਿਊਨਿਟੀਜ਼ ਨੇ ਔਰ ਆਰਗਨਾਈਜੇਸ਼ਨ ਨੇ, ਉਹਨਾਂ ਨੂੰ ਗ੍ਰਾਂਟ ਗਵਰਨਮੈਂਟ ਕੋਲੋਂ ਲੈ ਕੇ ਦਿੱਤੀ ਗਈ ਹੈ ਤਾਂ ਕਿ ਉਹ ਆਪਣੇ ਆਪਣੇ ਜਿਹੜੇ ਵੀ ਉਹਨਾਂ ਦੇ ਪ੍ਰੋਜੈਕਟ ਨੇ ਉਹਨਾਂ ਨੂੰ ਕੰਪਲੀਟ ਕਰਨ। ਇੱਕ ਤੇ ਉਹ ਤੁਹਾਡੇ ਫਾਲ ਦਾ ਇੱਕ ਇਹ ਜਵਾਬ ਹੈਗਾ। ਦੂਸਰਾ ਜਵਾਬ ਇਹ ਕਿ ਮੇਰਾ ਪੋਲਿਟਿਕਸ ਦੇ ਵਿੱਚ ਆ ਕੇ ਮੈਂ ਇਸ ਗੱਲ ਤੇ ਸੋਚਿਆ ਕਿ ਵਟ ਆਈ ਸਟੈਂਡ ਫੋਰ, ਔਰ ਥਰੂ ਮਾਈ ਓਨ ਪ੍ਰੋਫੈਸ਼ਨ ਬਿਕੋਜ਼ ਬੀਇੰਗ ਏ ਲੋਇਰ ਆਈ ਕੈਨ ਸੀ ਕਿ ਜਿੰਨੇ ਵੀ ਇੱਥੇ ਦੇ ਲਾਅ ਨੇ, ਔਰ ਮੈਂ ਉਹ ਇਹ ਕਹਾਂਗਾ ਕਿ ਮੈਜੋਰਿਟੀ ਆਫ ਦਾ ਲਾਅ ਜਦੋਂ ਬਣਦੇ ਨੇ ਉਹਦੇ ਵਿੱਚ ਸਾਡੇ ਕਲਚਰ ਦੀ, ਸਾਡੇ ਰਿਲੀਜਨ ਦੀ, ਸਾਡੇ ਵੇ ਆਫ ਲਾਈਫ ਦੀ ਰਿਪ੍ਰੈਜੈਂਟੇਸ਼ਨ ਨਹੀਂ ਨਜ਼ਰ ਆਉਂਦੀ। ਔਰ ਮੈਂ ਅਗਰ ਉੱਪਰ ਵਾਲੇ ਨੇ ਮੌਕਾ ਦਿੱਤਾ ਔਰ ਤੁਹਾਡੇ ਸਾਰੇ ਦੋਸਤਾਂ ਦੀਆਂ ਦੁਆਵਾਂ ਦੇ ਨਾਲ ਜੇ ਮੌਕਾ ਮਿਲਿਆ ਕਿਤੇ ਪਾਰਲੀਮੈਂਟ ਜਾਣ ਦਾ, ਤੇ ਜਿੱਥੇ ਵੀ ਨਵਾਂ ਲਾਅ ਬਣੇਗਾ ਉਹ ਮੈਂ ਇਸ ਪਰਸਪੈਕਟਿਵ ਨਾਲ ਜ਼ਰੂਰ ਦੇਖਾਂਗਾ ਕਿ ਜਿਹੜੀ ਸਬ ਕੰਟੀਨੈਂਟ ਦੀ ਕਮਿਊਨਿਟੀ ਹੈਗੀ ਹੈ ਉਹਨਾਂ ਦਾ ਕਲਚਰ, ਉਹਨਾਂ ਦਾ ਰਿਲੀਜਨ, ਉਹਨਾਂ ਦਾ ਵੇ ਆਫ ਲਾਈਫ ਜਿਹੜਾ ਉਹ ਇਸ ਲਾਅ ਦੇ ਵਿੱਚ ਰਿਪ੍ਰੈਜੈਂਟ ਹੋ ਰਿਹਾ ਪ੍ਰੋਪਰਲੀ ਕਿ ਨਹੀਂ ਹੋ ਰਿਹਾ। ਸੋ ਦੈਟ ਵਿਲ ਬੀ ਮਾਈ ਸਟੈਂਡ ਫੋਰ, ਜਿਹੜਾ ਕਿ ਮੈਂ ਬਹੁਤ ਹੀ ਸਟਰੋਂਗਲੀ ਆਈ ਫੀਲ ਇਟ। ਆਲਰਾਈਟ, ਹੁਣ ਮੈਂ ਇਹਦੀ ਇੱਕ ਮੋਟੀ ਜੀ ਤੁਹਾਨੂੰ ਮਿਸਾਲ ਦਿੰਦਾ, ਤੁਸੀਂ ਵੀ ਬੜਾ ਸੁਣਿਆ ਹੋਏਗਾ ਕਿ ਜੀ ਹਸਬੈਂਡ ਐਂਡ ਵਾਈਫ ਲੜ ਪਏ, ਇਹ ਵੀ ਹੋ ਗਿਆ, ਪੁਲਿਸ ਚੁੱਕ ਕੇ ਲੈ ਗਈ, ਸੈਪਰੇਟ ਕਰਾ ਦਿੱਤਾ। ਮੈਂ ਉਹ ਦੇਖਣਾ ਵਾ ਕੋਰਟਾਂ ਦੇ ਵਿੱਚ ਸਵੇਰੇ ਕਿ ਮਤਲਬ ਕਾਫੀ ਸਾਰੇ ਆਪਣੇ ਪੰਜਾਬੀ ਜਾਂ ਸਬ ਕੰਟੀਨੈਂਟ ਕਮਿਊਨਿਟੀ ਦੇ ਔਰਤਾਂ ਔਰ ਮਰਦ ਜਿਹੜੇ ਨੇ ਕੋਰਟਾਂ 'ਚ ਆਏ ਹੁੰਦੇ ਨੇ, ਉਹ ਹੋਇਆ ਕਿ ਕਿਉਂਕਿ ਸਾਡੇ ਕਲਚਰ ਦੇ ਵਿੱਚ ਛੋਟੀ ਮੋਟੀ ਲੜਾਈ ਮਾੜਾ ਮੋਟਾ ਕਸੁੰਨ ਮੁੱਕੀ ਉਹ ਆਮ ਚੱਲ ਜਾਂਦਾ, ਆਲਦੋ ਆਮ ਅਗੇਂਸਟ ਇਟ, ਲੇਕਿਨ ਇੱਕ ਕਿਉਂਕਿ ਇੱਕ ਕਲਚਰ ਹੈਗਾ ਹੈ ਔਰ ਇੱਕ ਦਾ ਪੀਪਲ ਡੋਂਟ ਰੀਅਲਾਈਜ਼ ਕਿ ਵੀ ਹੁਣ ਇਸ ਕੰਟਰੀ ਦੇ ਵਿੱਚ ਇਹ ਦੁਨੀਆ ਜਿਹੜੀ ਬਦਲ ਗਈ ਹੈ ਔਰ ਹੱਥ ਨਹੀਂ ਚੁੱਕਣਾ ਚਾਹੀਦਾ, ਲੇਕਿਨ ਫਿਰ ਵੀ ਚੁੱਕ ਲੈਂਦੇ ਨੇ ਔਰ ਆਮ ਅਗੇਂਸਟ ਇਟ, ਔਰ ਬਟ ਉਹਦੇ ਕੰਸੀਕੁਐਂਸ ਜਿਹੜੇ ਹੁੰਦੇ ਨੇ ਉਹ ਕੀ ਹੁੰਦੇ ਨੇ, ਉਹਦੇ ਕੰਸੀਕੁਐਂਸ ਇਹ ਹੁੰਦੇ ਨੇ ਕਿ ਜੀ ਪੁਲਿਸ ਜਿਹੜੀ ਉਹ ਚਾਰਜ ਕਰ ਲੈਂਦੀ, ਬੰਦਾ ਅਗਰ ਕਨਵਿਕਟ ਹੋ ਗਿਆ ਔਰ ਉਹ ਆਇੰਦਾ ਤੋਂ ਕੋਈ ਅੱਛੀ ਜੋਬ ਵਾਸਤੇ ਅਪਲਾਈ ਨਹੀਂ ਕਰ ਸਕਦਾ ਔਰ ਉਹ ਪੂਰੀ ਉਮਰ ਆਪਣੀ ਬੇਗਮ ਨੂੰ ਤਾਨੇ ਦਿੰਦਾ ਰਹਿੰਦਾ ਔਰ ਉਹਨਾਂ ਦੀ ਜਿਹੜੀ ਫੈਮਿਲੀ ਹੈ ਉਹ ਫੈਲ ਅਪਾਰਟ ਹੋ ਜਾਂਦੀ ਹੈ, ਦੋਨੇ ਜਣੇ ਸੈਪਰੇਟ ਹੋ ਜਾਂਦੇ ਨੇ। ਇਹ ਮੇਰਾ ਮਤਲਬ ਮੈਨੂੰ ਬੜਾ ਦੁੱਖ ਹੁੰਦਾ ਇਸ ਗੱਲ ਤੋਂ, ਤੂੰ ਦੇਖ ਕੇ ਮੈਂ ਇੱਕ ਕਮੇਟੀ ਦਾ ਮੈਂਬਰ ਸਾਂ ਜਿਹੜਾ ਪੈਰਾਮਾਡਾ ਪੀਸ ਕਮੇਟੀ ਸੀ, ਉਹ ਲੋਕਲ ਕਮਾਂਡਰ ਵੀ ਇਹਦੇ ਵਿੱਚ ਸਨ, ਲੋਕਲ ਪੁਲਿਸ ਵੀ ਇਨਵੋਲਵ ਸੀ ਔਰ ਲੋਕਲ ਕੌਂਸਲ ਵੀ ਇਨਵੋਲਵ ਸੀ
ਔਰ ਮੈਂ ਉੱਥੇ ਇਹ ਪ੍ਰੋਜੈਕਟ ਦਿੱਤਾ ਸੀ ਕਿ ਆਈ ਵਾਂਟ ਟੂ ਰਨ ਅ ਪਾਇਲਟ ਪ੍ਰੋਗਰਾਮ। ਪਾਇਲਟ ਪ੍ਰੋਗਰਾਮ ਇਹ ਹੁੰਦਾ ਕਿ ਵੀ ਤੁਸੀਂ ਇੱਕ ਪ੍ਰੋਗਰਾਮ ਨੂੰ ਸਟਾਰਟ ਕਰਕੇ ਵੇਖੋ ਕਿ ਉਹ ਕਿੰਨਾ ਸਕਸੈਸਫੁਲ ਹੁੰਦਾ, ਦੈਨ ਉਹਦੇ ਤੋਂ ਬਾਅਦ ਅਥਾਰਟੀਜ਼ ਉਹਨੂੰ ਡਿਸਾਈਡ ਕਰਨਗੀਆਂ ਕਿ ਉਹਨੂੰ ਇੰਪਲੀਮੈਂਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ। ਸੋ ਆਈ ਫੀਲ ਸਟਰੋਂਗਲੀ ਕਿ ਇਹ ਜਿਹੜੇ ਏਬੀਓਸ ਦੇ ਮੈਟਰ ਨੇ ਇਹਨਾਂ ਨੂੰ ਡਿਫਰੈਂਟਲੀ ਹੈਂਡਲ ਕਰਨਾ ਚਾਹੀਦਾ। ਅਗਰ ਇਹਨਾਂ ਨੂੰ ਆਪਾਂ ਕਰੰਟ ਲਾਅ ਦੇ ਵਿੱਚ ਜਿਸ ਤਰ੍ਹਾਂ ਕਰ ਰਹੇ ਹਾਂ ਉਹਦੇ ਨਾਲ ਚਲੋ ਇੱਕ ਪ੍ਰਵੈਂਸ਼ਨ ਹੋ ਰਹੀ ਹੈ ਕਿ ਆਈਂਦਾ ਉਹ ਬੰਦਾ ਜਿਹੜਾ ਉਹ ਸਬਕ ਸਿੱਖ ਲੈਂਦਾ, ਲੇਕਿਨ ਉਹਦੇ ਨਾਲ ਨੁਕਸਾਨ ਇਹ ਹੋ ਰਿਹਾ ਕਿ ਫੈਮਲੀ ਜਿਹੜੀ ਹੈ ਉਹ ਟੁੱਟ ਜਾਂਦੀ। ਸੋ ਪ੍ਰਵੈਂਸ਼ਨ ਐਂਡ ਫੈਮਲੀ ਟੁੱਟਣ ਦਾ ਜਿਹੜਾ ਉਹਦਾ ਡੈਮੇਜ ਹੁੰਦਾ ਉਹ ਮੈਂ ਸਮਝਣਾ ਕਿ ਬਹੁਤ ਡੈਮੇਜ ਬਹੁਤ ਜ਼ਿਆਦਾ ਹੈ। ਇਸ ਵਾਸਤੇ ਇਹਨੂੰ ਕਿਸ ਤਰ੍ਹਾਂ ਆਪਾਂ ਮੋਡਰੇਟ ਕੀਤਾ ਜਾਏ, ਕਿਵੇਂ ਆਪਾਂ ਮਤਲਬ ਆਪਣੀਆਂ ਬੀਬੀਆਂ ਨੂੰ ਕਿਸੇ ਵੀ ਓਪਰੇਸ਼ਨ ਤੋਂ ਬਚਾਈਏ ਔਰ ਕਿਵੇਂ ਘੱਟ ਤੋਂ ਘੱਟ ਡੈਮੇਜ ਹੋਵੇ, ਮਤਲਬ ਦੈਟ ਇਜ਼ ਮਾਈ ਬੇਸਿਕਲੀ ਐਟ ਦ ਮੋਮੈਂਟ ਜਿਹੜੀ ਮੈਂ ਸੋਚ ਰਿਹਾ ਕਿ ਵੀ ਕਿਸ ਤਰ੍ਹਾਂ ਇਹਨੂੰ ਕੀਤਾ ਜਾ ਸਕਦਾ ਔਰ ਉਹ ਲਾਅ ਕਿਵੇਂ ਮੋਡੀਫਾਈ ਕਰਕੇ ਦੋਵੇਂ ਚੀਜ਼ਾਂ ਕੀਤੀਆਂ ਜਾ ਸਕਦੀਆਂ, ਪ੍ਰਵੈਂਸ਼ਨ ਐਂਡ ਡੈਮੇਜ ਕੰਟਰੋਲ। ਜੀ ਜੀ ਗੁਰਦੀਪ ਸਿੰਘ ਜੀ, ਤੁਸੀਂ ਤੁਹਾਡਾ ਕੀ ਵਿਚਾਰ ਆ, ਤੁਸੀਂ ਕੀ ਸੋਚ ਰੱਖਦੇ ਹੋ ਜਦੋਂ ਤੁਸੀਂ ਉਸ ਮੁਕਾਮ ਦੇ ਉੱਪਰ ਪਹੁੰਚਦੇ ਹੋ, ਜਿਹੜਾ ਸੇਮ ਉਹੀ ਸਵਾਲ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਹਾਂ ਹਾਂਜੀ ਰਵੀ ਜੀ, ਇਸ ਤਰ੍ਹਾਂ ਹੈਗਾ ਕਿ ਮੁੱਦੇ ਤੇ ਬਹੁਤ ਹੈਗੇ ਨੇ ਆਪਣੀ ਕਮਿਊਨਿਟੀ ਦੇ, ਆਪਣੇ ਜੋ ਇੰਡੀਅਨ ਆਸਟ੍ਰੇਲੀਅਨਸ ਜਾਂ ਸਬ ਕੰਟੀਨੈਂਟਲ ਆਸਟ੍ਰੇਲੀਅਨਸ ਅਸੀਂ ਸਾਰੇ ਹੈਗੇ ਆ, ਸਾਡੇ ਵੀ ਕਾਫੀ ਮੁੱਦੇ ਨੇ, ਉਹੋ ਜਿਹੇ ਮੁੱਦੇ ਨੇ ਜਿਹੋ ਜਿਹੇ ਇੱਥੇ ਪਹਿਲਾਂ ਤੋਂ ਰਹਿ ਰਹੇ ਵਸੋਂ ਜਾਂ ਪਾਪੂਲੇਸ਼ਨ ਦੇ ਹੈ ਨੇ, ਲੇਕਿਨ ਕਿਉਂਕਿ ਅਸੀਂ ਇੱਕ ਡਿਫਰੈਂਟ ਮਾਹੌਲ ਚੋਂ ਆਏ ਹਾਂ, ਡਿਫਰੈਂਟ ਕਲਚਰ ਚੋਂ ਆਏ ਹਾਂ, ਤਾਂ ਸਾਡੇ ਨਾਲ ਲੋਕਲ ਮੁੱਦਿਆਂ ਤੋਂ ਇਲਾਵਾ ਹੋਰ ਵੀ ਮੁੱਦੇ ਜੁੜ ਜਾਂਦੇ ਨੇ। ਇਜਾਜ਼ ਸਾਹਿਬ ਨੇ ਜੈਂਡਰ ਇਕੁਆਲਿਟੀ ਦੀ ਗੱਲ ਕੀਤੀ ਹੈ, ਬਹੁਤ ਉਮਦਾ ਗੱਲ ਕੀਤੀ ਹੈ। ਉਸ ਤੋਂ ਇਲਾਵਾ ਵੀ ਜਿਹੜੀ ਚੀਜ਼ ਹੈ ਨਾ ਉਹ ਹੈ ਕਿ ਸਾਡੀ ਜੋ ਪਾਪੂਲੇਸ਼ਨ ਹੈ, ਸਾਡੇ ਪੇਰੈਂਟਸ ਵੀ ਨੇ, ਕਈ ਫੈਮਿਲੀਜ਼ ਦੇ ਵਿੱਚ ਬਜ਼ੁਰਗ ਵੀ ਆਏ ਹੋਏ ਨੇ ਨਾਲ, ਕਈ ਫੈਮਿਲੀਜ਼ ਦੇ ਵਿੱਚ ਬੱਚਿਆਂ ਦੀ ਜਾਂ ਬਜ਼ੁਰਗਾਂ ਦੀ ਜਾਂ ਆਪਣੀ ਮੈਂਟਲ ਹੈਲਥ ਦੇ ਇਸ਼ੂ ਨੇ, ਹੈਲਥ ਦੇ ਇਸ਼ੂ ਨੇ, ਸੋਸ਼ਲ ਇਸ਼ੂ ਨੇ, ਰਿਲੀਜੀਅਸ ਇਸ਼ੂ ਨੇ, ਉਹ ਸਾਰੇ ਇਸ਼ੂਜ਼ ਜਿਹੜੇ ਹੈ ਉਹ ਇਸ਼ੂਜ਼ ਬਿਕੋਜ਼ ਆਫ ਸਾਡੀ ਆਪਣੀ ਕਲਚਰਲ ਔਰ ਰਿਲੀਜੀਅਸ ਬੈਕਗਰਾਉਂਡ ਦੀ ਵਜ੍ਹਾ ਕਰਕੇ ਔਰ ਐਥਨਿਕ ਬੈਕਗਰਾਉਂਡ ਦੀ ਵਜ੍ਹਾ ਕਰਕੇ ਅਸੀਂ ਉਹਨਾਂ ਨੂੰ ਥੋੜ੍ਹੇ ਜਿਹੇ ਡਿਫਰੈਂਟ ਤਰੀਕੇ ਨਾਲ ਦੇਖਦੇ ਹਾਂ, ਡਿਫਰੈਂਟ ਤਰੀਕੇ ਨਾਲ ਸੋਚਦੇ ਹਾਂ ਔਰ ਉਹਨਾਂ ਦਾ ਹੱਲ ਵੀ ਸਾਡੀ ਸਮਝ ਦੇ ਵਿੱਚ ਥੋੜ੍ਹਾ ਜਿਹਾ ਡਿਫਰੈਂਟ ਹੋਣਾ ਚਾਹੀਦਾ। ਸੋ ਮੈਂ ਸਮਝਦਾ ਕਿ ਜੋ ਵੀ ਇਨਸਾਨ, ਜੋ ਵੀ ਸਾਡੀ ਕਮਿਊਨਿਟੀ ਦੇ ਵਿੱਚੋਂ ਕੋਈ ਵੀ ਇਹੋ ਜਿਹੀ ਪਰਸਨੈਲਿਟੀ ਜਾਂ ਸ਼ਖਸੀਅਤ ਜੋ ਇਸ ਪੋਜੀਸ਼ਨ 'ਚ ਹੋਵੇ ਜਿੱਥੇ ਕਿ ਕੋਈ ਲਾਜ਼ ਦੇ ਉੱਤੇ, ਕੋਈ ਕਾਨੂੰਨ ਦੇ ਉੱਤੇ ਜਾਂ ਕਿਸੇ ਪ੍ਰੋਸੈਸ ਦੇ ਉੱਤੇ ਕੋਈ ਪ੍ਰਭਾਵ ਪਾ ਸਕਦਾ ਹੋਵੇ ਜਾਂ ਕੋਈ ਇਨਫਲੂਐਂਸ ਕਰ ਸਕਦਾ ਹੋਵੇ, ਤਾਂ ਉਹ ਸ਼ਖਸੀਅਤ ਨੂੰ ਇੱਕ ਕਿਸਮ ਦਾ ਇੱਕ ਪੁੱਲ ਜਾਂ ਇੱਕ ਬ੍ਰਿਜਿੰਗ ਐਂਟੀਟੀ ਦੇ ਤਰ੍ਹਾਂ ਨਾਲ ਆਪਣੇ ਆਪ ਨੂੰ ਰੱਖਣਾ ਪਏਗਾ। ਔਰ ਸੋ ਫਾਰ ਹੁਣ ਤੱਕ ਜੋ ਮੈਂ ਪਰਸਨਲੀ ਜੋ ਕਰ ਸਕਦਾ ਹਾਂ, ਮੈਂ ਉਹੋ ਹੀ ਕੀਤਾ ਹੈ ਕਿ ਮੈਂ ਆਸਟ੍ਰੇਲੀਅਨ ਕਮਿਊਨਿਟੀ ਜੋ ਪਹਿਲਾਂ ਤੋਂ ਇੱਥੇ ਵਸੋਂ ਹੈ ਔਰ ਜੋ ਸਾਡੇ ਨਵੇਂ ਆਏ ਆਸਟ੍ਰੇਲੀਅਨ ਕੰਟੀਨੈਂਟ ਤੋਂ, ਉਹਨਾਂ ਦੇ ਵਿੱਚ ਇੱਕ ਪੁੱਲ ਦਾ, ਇੱਕ ਬ੍ਰਿਜ ਦਾ ਰੋਲ ਜੋ ਮੈਂ ਕਿਰਦਾਰ ਜੋ ਅਦਾ ਕਰ ਸਕਾਂ। ਸਾਡੇ ਲੋਕਲ ਲੈਵਲ ਦੇ ਉੱਤੇ ਪਿਛਲੇ ਇੱਕ ਸਾਲ ਤੋਂ ਜਦੋਂ ਤੋਂ ਮੈਂ ਇੱਥੇ ਕੌਂਸਲਰ ਦੀ ਪੋਜੀਸ਼ਨ 'ਚ ਆਇਆ ਹੈਗਾ, ਹੌਂਸਬੀ ਕੌਂਸਲ ਦੇ ਵਿੱਚ ਸਾਡਾ ਜਿਹੜਾ ਹੌਂਸਬੀ ਸ਼ਾਇਰ ਹੈਗਾ ਇਹ ਪ੍ਰੀਡੋਮੀਨੈਂਟਲੀ ਰੂਰਲ ਇਲਾਕਾ ਹੈਗਾ, ਕੋਈ ਤਕਰੀਬਨ 75% ਬੁਸ਼ਲੈਂਡ ਅਤੇ ਰੂਰਲ ਏਰੀਆ ਅਤੇ ਬਾਕੀ 25% ਅਰਬਨ ਏਰੀਆ ਹੈਗਾ। ਅਤੇ ਸਾਡੀ ਵਸੋਂ ਜਿਹੜੀ ਹੈ ਇੱਥੇ 1,65,000 ਦੀ ਆਬਾਦੀ ਹੈ ਹੌਂਸਬੀ ਸ਼ਾਇਰ ਦੇ ਵਿੱਚ, ਉਹਦੇ ਵਿੱਚੋਂ ਤਕਰੀਬਨ ਕੋਈ 5% ਦੇ ਆਸ ਪਾਸ ਕੋਈ 8,000-9,000 ਇੰਡੀਅਨਸ ਨੇ ਅਤੇ 1,500-2,000 ਦੇ ਆਸ ਪਾਸ ਹੋਰ ਨੇਪਾਲੀ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਤੋਂ ਆਏ ਹੋਏ ਲੋਕ ਨੇ। ਸੋ ਕਹਿਣ ਦਾ ਭਾਵ ਇਹ ਹੈ ਕਿ ਸਾਡੀ ਜੋ 10,000 ਦੀ ਵੀ ਜੇ ਪਾਪੂਲੇਸ਼ਨ ਹੈ ਤਾਂ ਬੜੀ ਸਿਗਨੀਫਿਕੈਂਟ ਪਾਪੂਲੇਸ਼ਨ ਹੈ ਔਰ ਉਹਨਾਂ ਦੀ ਜੋ ਕਲਚਰਲ ਹੈਲਥ, ਮੈਂਟਲ ਹੈਲਥ, ਰਿਲੀਜੀਅਸ ਹੈਲਥ, ਇਮੋਸ਼ਨਲ ਹੈਲਥ, ਉਹਨਾਂ ਦੇ ਡੇ ਟੂ ਡੇ ਇਸ਼ੂ, ਉਹ ਸਾਰਿਆਂ ਨੂੰ ਲੁੱਕ ਆਫਟਰ ਕਰਨ ਲਈ ਕੁਝ ਸੰਸਥਾਵਾਂ ਚੱਲ ਰਹੀਆਂ ਨੇ। ਮੈਂ ਪਰਸਨਲੀ ਇੱਕ ਇੰਡੋਰਸ ਆਰਗਨਾਈਜੇਸ਼ਨ ਦਾ ਵਾਈਸ ਪ੍ਰੈਜੀਡੈਂਟ ਹਾਂ, ਮੈਂ ਇੱਥੇ ਗੁਰਦੁਆਰਾ ਸਾਹਿਬ ਦੀ ਟਰਾਮਰਾ ਦੀ ਗੁਰੂ ਘਰ ਕਮੇਟੀ ਦਾ ਵੀ ਕਨਵੀਨਰ ਹਾਂ,
ਤੇ ਉਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਹੌਂਸਲੀ ਕੌਂਸਲ ਦੇ ਵਿੱਚ ਜੋ ਮੈਂ ਆਪਣੇ ਆਪ ਨੂੰ ਕਿਸੇ ਤਰ੍ਹਾਂ ਨਾਲ ਆਪਣੀ ਕਮਿਊਨਿਟੀ ਵਾਸਤੇ ਜੋ ਫਾਇਦੇਮੰਦ ਸਮਝ ਲਓ ਸਾਬਤ ਕਰ ਸਕਿਆ ਤਾਂ ਉਹ ਇਸ ਤਰੀਕੇ ਨਾਲ ਕਿ ਪਿਛਲੇ ਇੱਕ ਸਾਲ ਦੇ ਵਿੱਚ ਅਸੀਂ 3-4 ਇੰਡੀਅਨ ਸੰਸਥਾਵਾਂ ਨੂੰ ਹਿੰਦੁਸਤਾਨੀ ਸੰਸਥਾਵਾਂ ਨੂੰ ਜਿਵੇਂ ਕਿ ਇੱਕ ਸੰਸਥਾ ਹੈ ਸਮਰਪਣ ਸਮਰਪਣ ਜਿਹੜੀ ਹੈ ਉਹ ਇੱਕ ਐਨ ਜੀ ਓ ਹੈ ਔਰ ਆਊਟਿਸਟਿਕ ਚਿਲਡਰਨ ਜਿਹੜੇ ਹੁੰਦੇ ਨੇ ਜੋ ਸਪੈਸ਼ਲ ਨੀਡਸ ਚਿਲਡਰਨ ਨੇ ਉਹਨਾਂ ਦੇ ਕੁਛ ਪੇਰੈਂਟਸ ਨੇ ਅੱਜ ਤੋਂ ਕੁਛ ਸਾਲ ਪਹਿਲੇ ਰਲ ਕੇ ਸ਼ੁਰੂ ਕੀਤੀ ਸੀ ਤੇ ਉਹ ਪੇਰੈਂਟਸ ਜਿਹੜੇ ਉਹਨਾਂ ਨੇ ਕਾਫੀ ਇਸ ਮਾਮਲੇ ਦੇ ਅਸੀਂ ਉਹਨਾਂ ਨੂੰ ਉਹਨਾਂ ਦੀ ਜੋ ਐਡਵਰਟਾਈਜ਼ਿੰਗ ਹੈ ਜੋ ਉਹਨਾਂ ਦੇ ਗੈਟ ਟੂਗੈਦਰਸ ਹੈ ਨੇ ਜਾਂ ਉਹਨਾਂ ਦੇ ਟਾਕਸ ਹੈ ਨੇ ਟੂ ਰੇਜ਼ ਦੀ ਅਵੇਅਰਨੈਸ ਆਫ ਦੀ ਬਰੋਡਰ ਕਮਿਊਨਿਟੀ ਅਬਾਊਟ ਇਸ਼ੂਜ਼ ਆਫ ਆਊਟਿਜ਼ਮ ਔਰ ਮੈਂਟਲ ਹੈਲਥ ਚਿਲਡਰਨ ਅਸੀਂ ਕੌਂਸਲ ਵੱਲੋਂ ਕੁਛ ਗ੍ਰਾਂਟ ਦੇ ਕੇ ਸਪੋਰਟ ਦਵਾਇਆ ਉਸ ਤੋਂ ਇਲਾਵਾ ਇੰਡੀਅਨ ਇੰਡੀਅਨ ਸੀਨੀਅਰ ਗਰੁੱਪ ਹੈ ਜੋ ਕਿ ਜਿਸ ਦੇ ਸਾਡੇ ਜੋ ਯੂਨਾਈਟਿਡ ਇੰਡੀਅਨ ਐਸੋਸੀਏਸ਼ਨ ਦਾ ਇੱਕ ਹਿੱਸਾ ਵੀ ਹੈ ਉਹਨਾਂ ਨੂੰ ਅਸੀਂ ਕੁਝ ਮਾਲੀ ਤੌਰ ਤੇ ਉਹਨਾਂ ਦੀ ਸਪੋਰਟ ਕੀਤੀ ਹੈ ਕੁਛ ਆਫਿਸ ਚਲਾਉਣ ਲਈ ਜਾਂ ਕੁਛ ਕੁਛ ਫੰਕਸ਼ਨ ਕਰਨ ਲਈ ਉਸ ਤੋਂ ਇਲਾਵਾ ਇੱਥੇ ਇੱਕ ਹਿੰਦੀ ਸਕੂਲ ਚੱਲਦਾ ਹੈ ਜੀ ਸਾਡੇ ਹੌਂਸਲੀ ਸ਼ਾਇਰ ਕੌਂਸਲ ਦੇ ਏਰੀਆ ਦੇ ਵਿੱਚੋਂ ਜਿਸ ਨੂੰ ਕਿ ਇੱਕ ਮਿਸਿਜ਼ ਮਾਲਾ ਮਹਿਤਾ ਹੈ ਨੇ ਉਹ ਉਹਨਾਂ ਨੂੰ OAM ਦੀ ਮੈਡਲ ਵੀ ਮਿਲਿਆ ਸੀ ਕੁਛ ਸਾਲ ਪਹਿਲਾਂ ਇੱਥੇ ਸਕੂਲ ਚਲਾਉਣ ਦੀ ਵਜ੍ਹਾ ਕਰਕੇ ਸੋ ਉਹਨਾਂ ਦੇ ਸਕੂਲ ਦੇ ਥਰੂ ਕਈ ਫੰਕਸ਼ਨ ਹੁੰਦੇ ਨੇ ਜਿੱਥੇ ਅਸੀਂ ਹੌਂਸਲੀ ਕੌਂਸਲ ਵੱਲੋਂ ਹਰ ਕਿਸਮ ਦੀ ਸਪੋਰਟ ਹੈ ਸੋ ਕਹਿਣ ਦਾ ਭਾਵ ਇਹ ਹੈ ਕਿ ਹੌਲੀ ਹੌਲੀ ਕਰਕੇ ਥੋੜਾ ਥੋੜਾ ਕਰਕੇ ਅਸੀਂ ਉਸ ਜਗ੍ਹਾ ਪਹੁੰਚਦੇ ਹਾਂ ਜਿੱਥੇ ਕਿ ਜੋ ਜੋ ਕਾਨੂੰਨ ਹੈ ਜੋ ਵੈਲਫੇਅਰ ਦੀਆਂ ਚੀਜ਼ਾਂ ਨੇ ਜੋ ਸਾਰੀ ਕਮਿਊਨਿਟੀ ਵਾਸਤੇ ਨੇ ਸਾਰੀ ਆਸਟ੍ਰੇਲੀਅਨ ਕਮਿਊਨਿਟੀ ਵਾਸਤੇ ਨੇ ਉਸ ਦਾ ਲਾਭ ਤੇ ਸਾਡੀ ਕਮਿਊਨਿਟੀ ਨੂੰ ਜੋ ਇੰਡੀਅਨ ਆਸਟ੍ਰੇਲੀਅਨ ਜਾਂ ਪਾਕਿਸਤਾਨੀ ਆਸਟ੍ਰੇਲੀਅਨ ਜਾਂ ਨੇਪਾਲੀ ਆਸਟ੍ਰੇਲੀਅਨ ਨੇ ਉਹਨਾਂ ਨੂੰ ਤੇ ਉਹ ਲਾਭ ਵੀ ਮਿਲਦਾ ਹੈ ਪਲੱਸ ਸਾਡੇ ਉੱਥੇ ਹੋਣ ਨਾਲ ਡਿਸੀਜਨ ਮੇਕਿੰਗ ਬਾਡੀ ਦੇ ਵਿੱਚ ਹੋਣ ਨਾਲ ਜਾਂ ਪੋਜੀਸ਼ਨ ਆਫ ਇਨਫਲੂਐਂਸ ਦੇ ਵਿੱਚ ਹੋਣ ਨਾਲ ਕੁਝ ਐਕਸਟਰਾ ਵੀ ਬੈਨੀਫਿਟ ਮਿਲਦਾ ਹੈ ਜੀ ਅਗਲੇ ਕਾਫੀ ਗੱਲਾਂ ਜਿਹੜੀਆਂ ਮੈਂ ਪੁੱਛਣੀਆਂ ਚਾਹੁੰਦਾ ਤੁਹਾਨੂੰ ਪਰ ਕਿਉਂਕਿ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਵੀ ਲੈਣੀ ਹੈ ਉਸ ਤੋਂ ਪਹਿਲਾਂ ਇੱਕ ਕਾਲਰ ਵੀ ਸਾਡੇ ਨਾਲ ਉਹਨਾਂ ਨੇ ਵੀ ਰਾਬਤਾ ਬਣਾਇਆ ਇੱਕ ਕਾਲਸ ਜਿੰਨੀਆਂ ਵੀ ਆ ਰਹੀਆਂ ਦੋਸਤੋ ਕੁਝ ਕਾਲਸ ਅਸੀਂ ਐਕਸੈਪਟ ਨਹੀਂ ਕਰ ਪਾ ਰਹੇ ਕਿਉਂਕਿ ਉਹਦਾ ਕਾਰਨ ਕਈ ਵਾਰੀ ਇਹ ਹੁੰਦਾ ਕਿ ਕਾਫੀ ਪਿੱਛੇ ਬੈਕਗ੍ਰਾਉਂਡ ਦੇ ਵਿੱਚ ਸਾਊਂਡ ਜਾ ਜਾਂਦੀ ਹੈ ਤਾਂ ਸਭ ਨੂੰ ਬੇਨਤੀ ਇਹੀ ਰੱਖੋ ਕਿ ਰਹੂਗੀ ਕਿ ਸੰਖੇਪ ਦੇ ਵਿੱਚ ਔਰ ਪਾਰਟੀ ਨਾਲ ਜੁੜਿਆ ਹੋਇਆ ਹੀ ਸਵਾਲ ਕੀਤਾ ਜਾਵੇ ਤਾਂ ਉਹ ਜ਼ਿਆਦਾ ਸਹੀ ਰਹਿਣਾ ਸੰਧੂ ਸਾਹਿਬ ਨੇ ਰਾਬਤਾ ਬਣਾਇਆ ਜੀ ਸੰਧੂ ਸਾਹਿਬ ਬਿਲਕੁਲ ਬਿਲਕੁਲ ਹਾਂਜੀ ਕੋਈ ਵੀ ਕਾਲ ਕਰਦਾ ਪਿੱਛੇ ਸ਼ਾਂਤਮਈ ਮਾਹੌਲ ਨਾਲ ਕਾਲ ਕਰੇ ਨਹੀਂ ਤਾਂ ਮਤਲਬ ਨਾ ਕਰੇ ਹਾਂਜੀ ਜੋ ਪਿੱਛੇ ਬੈਕਗ੍ਰਾਉਂਡ ਦੀ ਨੋਇਜ਼ ਸਾਰਿਆਂ ਨੂੰ ਡਿਸਟਰਬ ਕਰ ਜਾਂਦੀ ਹੈ ਕਈ ਵਾਰੀ ਜੀ ਹਾਂਜੀ ਹਾਂਜੀ ਕੋਈ ਵੀ ਪ੍ਰੋਗਰਾਮ ਤੇ ਆਪਣੇ ਰਾਤ ਰੇਡੀਓ ਤੇ ਉਹ ਬਰਾਬਰ ਸਮਝ ਨਹੀਂ ਆਉਂਦੀ ਬਿਲਕੁਲ ਜੀ ਦੂਜੀ ਗੱਲ ਟਰੱਕ ਡਰਾਈਵਰਾਂ ਕੀ ਅਸੀਂ ਸਾਡੇ ਲਈ ਵੀ ਕੋਈ ਅਸੀਂ ਅਪਲਾਈ ਕਰ ਸਕਦੇ ਹਾਂ ਆਸਟ੍ਰੇਲੀਆ ਤੇ ਇਹ ਮੇਰੇ ਖਿਆਲ ਦੇ ਵਿੱਚ ਸਵਾਲ ਤੁਹਾਡਾ ਮੈਂ ਉਹਨਾਂ ਨੂੰ ਨਹੀਂ ਪੁੱਛੂਗਾ ਕਿਉਂਕਿ ਇਹ ਸਵਾਲ ਆਉਣ ਵਾਲੇ ਦਿਨਾਂ ਦੇ ਵਿੱਚ ਮਾਈਗ੍ਰੇਸ਼ਨ ਏਜੰਟ ਸਾਡੇ ਨਾਲ ਇੱਕ ਜੁੜਨਗੇ ਤੁਸੀਂ ਸੁਣਦੇ ਰਹੋ ਜੀ ਰਾਬਤਾ ਡੈਫੀਨੇਟਲੀ ਉਹ ਬਹੁਤ ਵਧੀਆ ਤੁਹਾਡਾ ਜਵਾਬ ਹਾਂਜੀ ਹਾਂਜੀ ਪਰ ਤੁਸੀਂ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਜੁੜੇ ਰਹੋ ਇੱਕ ਹੋਰ ਸਵਾਲ ਇਜਾਜ਼ ਖਾਨ ਜੀ ਤੁਹਾਡੇ ਵਾਸਤੇ ਸਾਰੂ ਰਾਣਾ ਵੱਲੋਂ ਬਹੁਤ ਟਾਈਮ ਤੋਂ ਵੇਟ ਕਰ ਰਹੀ ਸੀ ਰੋਬੀ ਜੀ ਤੇ ਮੈਨੂੰ ਸੀਗਾ ਕਿ ਜਿਵੇਂ ਇਜਾਜ਼ ਸਾਹਿਬ ਤੇ ਗੁਰਦੀਪ ਸਿੰਘ ਜੀ ਸਾਡੇ ਨਾਲ ਨੇ ਵੀ ਮੈਂ ਆਪਣੀ ਕਿਤੇ ਲੀਡਰ ਜਿਹੜੀਆਂ ਕੁਆਲਿਟੀਜ਼ ਆ ਉਹ ਨਾ ਦਿਖਾਵਾਂ ਤੇ ਤੁਹਾਡੇ ਤੋਂ ਮਾਈਕ ਨਾ ਖੋਵਾਂ ਤੇ ਮੈਂ ਬੜੀ ਪੇਸ਼ੈਂਸ ਰੱਖੀ ਹੈ ਇੱਕ ਬਹੁਤ ਹੀ ਜਿਹੜੀ ਐਪਰੀਸੀਏਸ਼ਨ ਵਾਲੀ ਗੱਲ ਹੈ ਜਿਹੜੀ ਚੀਜ਼ ਆਪਾਂ ਐਪਰੀਸ਼ੀਏਟ ਕਰ ਸਕਦੇ ਹੋਏ ਆ ਵੀ ਜਿਹੜੇ ਸਾਡੇ ਦੋਨੋਂ ਪਾਰਟੀਜ਼ ਦੇ ਨੁਮਾਇੰਦੇ ਨੇ ਇਹਨਾਂ ਨੇ ਜਿੱਦਾਂ ਆਪਾਂ ਇੰਡੀਆ ਦੀ ਪੋਲੀਟਿਕਸ ਦੇਖੀਏ ਜਾਂ ਪਾਕਿਸਤਾਨ ਦੀ ਪੋਲੀਟਿਕਸ ਦੇਖੀਏ ਜਿਹੜੇ ਲੀਡਰਸ ਹੁੰਦੇ ਆ ਆਪਾਂ ਉਹਨਾਂ ਦਾ ਨਾਂ ਲੈ ਕੇ ਚੱਲਦੇ ਹੁੰਦੇ ਹਾਂ
ਪੋਲਿਟਿਕਸ ਹੈ ਨਾ, ਜੇ ਸਪੋਜ਼ ਕਰੋ ਆਪਾਂ ਕੋਈ ਵੀ ਇੰਡੀਆ ਦਾ ਲੀਡਰ ਲੈ ਲਈਏ ਵੀ ਹਾਂਜੀ ਉਹਨਾਂ ਦੀ ਪਾਰਟੀ ਹੈ ਜਿਹੜੀ, ਜਾਂ ਪਾਕਿਸਤਾਨ ਤੋਂ ਇੱਕ ਲੀਡਰ ਲੈ ਲਿਆ ਵੀ ਉਹਨਾਂ ਦੀ ਪਾਰਟੀ ਦੇ ਅਸੀਂ ਨੁਮਾਇੰਦੇ ਹਾਂ, ਇੱਥੇ ਕਿਸੇ ਵੀ ਲੀਡਰ ਦਾ ਨਾਂ ਨਹੀਂ ਲਿੱਤਾ ਜਾ ਰਿਹਾ, ਇੱਥੇ ਲੇਬਰ ਦੀ ਪੋਲਿਸੀਜ਼ ਜਾਂ ਲਿਬਰਲ ਦੀ ਪੋਲਿਸੀਜ਼ ਜਿਹੜੀਆਂ ਉਹ ਡਿਸਕਸ ਹੋ ਰਹੀਆਂ, ਵਿਚ ਇਜ਼ ਰੀਅਲੀ ਐਪਰੀਸ਼ੀਏਬਲ ਵੀ ਆਪਾਂ ਸਿਰਫ ਪਾਰਟੀਜ਼ ਤੇ ਫੋਕਸ ਕਰ ਰਹੇ ਹਾਂ ਨਾ ਕਿ ਲੀਡਰਸ ਤੇ। ਇੱਕ ਤਾਂ ਆਹ ਵਧੀਆ ਗੱਲ ਹੈਗੀ ਆ, ਬਟ ਦ ਥਿੰਗ ਇਜ਼ ਜਿਹੜੀ ਮੈਨੂੰ ਥੋੜ੍ਹੀ ਜਿਹੀ ਡਿਸਟਰਬਿੰਗ ਲੱਗੀ ਹੋਇਆ ਹੈਗਾ ਕਿ ਜਿਹੜੀ ਆਪਣੀ ਇੰਡੀਆ ਤੇ ਪਾਕਿਸਤਾਨ ਦੀ ਪੋਲੀਟਿਕਸ ਦੇਖੀਏ, ਉਹਦੇ ਵਿੱਚ ਬਹੁਤ ਚੀਜ਼ਾਂ ਪੋਲੀਟਿਕਸ ਤੋਂ ਇਲਾਵਾ ਇਨਵੋਲਵ ਹੁੰਦੀਆਂ ਜੋ ਕਿ ਇੱਥੇ ਦੀ ਪੋਲੀਟਿਕਸ 'ਚ ਨਹੀਂ ਹੈ। ਤਾਂ ਮੇਰਾ ਇਹ ਸਵਾਲ ਸਾਡੇ ਦੋਨੋਂ ਨੁਮਾਇੰਦਿਆਂ ਨੂੰ ਇਹ ਹੈ ਕਿ ਰੀਸੈਂਟਲੀ ਇੱਕ ਬੜੀ ਰੂਬੀ ਜੀ ਦਾ ਵੀ ਇਹੀ ਸਵਾਲ ਹੈ ਕਿ ਬੜੀ ਡੇਂਜਰਸ ਪ੍ਰੈਕਟਿਸ ਕੀਤੀ ਜਾ ਰਹੀ ਹੈ ਸਾਡੇ ਕੁਝ ਲੀਡਰਸ ਵੱਲੋਂ ਕਿ ਉਹ ਜਿਹੜੀ ਰਿਲੀਜੀਅਸ ਇੰਸਟੀਟਿਊਟਸ ਨੇ ਜਾਂ ਇੰਸਟੀਟਿਊਸ਼ਨਸ ਨੇ ਉੱਥੇ ਉਹਨਾਂ ਦੀ ਆਵਾਜਾਈ ਕਾਫੀ ਵੱਧ ਗਈ ਹੈ। ਤੇ ਕੁਝ ਟਾਈਮ ਪਹਿਲਾਂ ਇੱਕ ਕਹਿ ਲਓ ਅਮਾਊਂਟ ਵੀ ਡਿਕਲੇਅਰ ਹੋਈ ਸੀਗੀ ਗੁਰਦੁਆਰਾ ਸਾਹਿਬ ਲਈ, ਜੋ ਕਿ ਕਿਹਾ ਜਾ ਸਕਦਾ ਵੀ ਕਿਸੇ ਸਟੇਜ ਤੇ ਜਾ ਕੇ ਪੋਲੀਟਿਕਸ ਤੇ ਰਿਲੀਜਨ ਨੂੰ ਮਿਲਾਇਆ ਜਾ ਰਿਹਾ ਹੈ। ਕੀ ਇਹ ਲੋਕਾਂ ਦੇ ਸੈਂਟੀਮੈਂਟਸ ਨਾਲ ਖੇਡਿਆ ਜਾ ਰਿਹਾ ਕਿ ਇਹ ਇੱਕ ਸਿਰਫ ਅਪਰੋਚ ਹੈਗੀ ਹੈ ਵੀ ਅਸੀਂ ਜਿਹੜੇ ਬਾਕੀ ਕਮਿਊਨਿਟੀਜ਼ ਹੈ ਉਹਨਾਂ ਨੂੰ ਆਪਣੇ ਨਾਲ ਰਲਾਈਏ? ਜੀ ਇਜਾਜ਼ ਖਾਨ ਜੀ, ਤੁਸੀਂ ਕੀ ਕਹੋਗੇ ਇਸ ਪੂਰੇ ਗੱਲਬਾਤ ਦੇ ਬਾਰੇ ਚ? ਪਹਿਲਾਂ ਤਾਂ ਮੈਂ ਇਹਨਾਂ ਦੀ ਪੇਸ਼ੈਂਸ ਦਾ ਸ਼ੁਕਰੀਆ ਅਦਾ ਕਰਾਂ, ਪਰ ਉਹ ਅਸੀਂ ਇਹਨਾਂ ਦਾ ਲੰਬਾ ਸਵਾਲ ਸੁਣ ਕੇ ਸਾਡੀ ਪੇਸ਼ੈਂਸ ਵੀ ਜਿਹੜੀ ਹੈ ਉਹ ਵੀ ਐਪਰੀਸ਼ੀਏਟ ਕਰਨ ਹੈ। ਇਹ ਜੇਕਰ ਸਵਾਲ ਤੁਸੀਂ ਮੈਨੂੰ ਇਸ ਕੰਟੈਕਸਟ ਵਿੱਚ ਪੁੱਛ ਰਹੇ ਹੋ ਕਿ ਪਾਕਿਸਤਾਨ ਜਾਂ ਇੰਡੀਆ ਦੀ ਕੰਟੈਕਸਟ ਦੇ ਨਾਲ, ਤਾਂ ਉਹਦੇ ਵਿੱਚ ਮੈਂ ਚੰਦ ਆਪਣੇ ਕਮੈਂਟਸ ਜਿਹੜੇ ਨੇ ਐਡ ਕਰਨਾ ਚਾਹਾਂਗਾ ਕਿ ਦੇਖੋ, ਬੈਕ ਹੋਮ ਪਾਕਿਸਤਾਨ ਹੋਵੇ ਜਾਂ ਇੰਡੀਆ ਹੋਵੇ, ਸਾਡਾ ਰਹਿਣ ਸਹਿਣ ਸਾਡਾ ਜਿਹੜਾ ਹੈ ਉਹ ਜਾਂ ਰਸਮਾਂ ਰਿਵਾਜ, ਬਲਕਿ ਪੰਜਾਬ ਦੀ ਹੱਦ ਤੱਕ ਲੈਂਗੁਏਜ ਦੀ ਵੀ ਗੱਲ ਕਰਾਂਗੇ, ਉਹ ਲੇਕਿਨ ਮੈਂ ਮਤਲਬ ਨੈਸ਼ਨਲ ਲੈਂਗੁਏਜ ਦੀ ਵੀ ਗੱਲ ਕਰਾਂ ਤੇ ਹਿੰਦੀ ਔਰ ਉਰਦੂ ਕਾਫੀ ਸਿਮੀਲਰ ਹੈ। ਉਸ ਤੋਂ ਬਾਅਦ ਪਾਕਿਸਤਾਨ ਜਿਹੜਾ ਹੈ ਉਹਦਾ 65% ਜਿਹੜਾ ਹੈ ਪੰਜਾਬ ਦੇ ਉੱਤੇ ਡਿਪੈਂਡੈਂਟ ਹੈ, ਔਰ ਤੁਹਾਡੇ ਵੱਲ ਜਿਹੜਾ ਪੰਜਾਬ ਹੈ ਉਹਦੀ ਲੈਂਗੁਏਜ, ਉਹਦੀ ਰਸਮਾਂ ਰਿਵਾਜ, ਉਹ ਸਾਰੀਆਂ ਸਾਂਝੀਆਂ ਨੇ। ਫਿਰ ਚੰਗੀਆਂ ਗੱਲਾਂ ਵੀ ਸਾਡੀਆਂ ਇੱਕੋ ਜਿਹੀਆਂ ਨੇ ਤੇ ਮਾੜੀਆਂ ਗੱਲਾਂ ਵੀ ਇੱਕੋ ਜਿਹੀਆਂ ਨੇ। ਜੇ ਤੁਸੀਂ ਵੀ ਲੜਦੇ ਹੋ ਤੇ ਅਸੀਂ ਵੀ ਉਸ ਤਰ੍ਹਾਂ ਲੜਦੇ ਹਾਂ, ਜੇ ਜਿੰਨੀ ਕਰਪਸ਼ਨ ਇੱਧਰ ਹੁੰਦੀ ਓਨੀ ਕਰਪਸ਼ਨ ਉੱਧਰ ਹੁੰਦੀ, ਕਿਉਂਕਿ ਬੰਦੇ ਜੀ ਇੱਕੋ ਜਿਹੇ ਨੇ, ਉਹੋ ਜਿਹੇ ਨੇ ਨਾ ਸਾਰੇ। ਔਰ ਦ ਮੇਨ ਡਿਫਰੈਂਸ ਵਿਚ ਆਈ ਵਾਂਟ ਟੂ ਪੁਆਇੰਟ ਆਊਟ ਕਿ ਇਹ ਆਸਟ੍ਰੇਲੀਆ ਔਰ ਸਬ ਕੰਟੀਨੈਂਟ ਦੇ ਵਿੱਚ, ਪਰਟੀਕੁਲਰਲੀ ਪਾਕਿਸਤਾਨ ਔਰ ਇੰਡੀਆ ਦੇ ਵਿੱਚ, ਅਸੀਂ ਥੋੜੇ ਜਿਹੇ ਇਮੋਸ਼ਨਲ ਬੰਦੇ ਹਾਂ ਬੈਕ ਹੋਮ। ਇੱਥੇ ਇਮੋਸ਼ਨ ਨਹੀਂ, ਇੱਥੇ ਰਿਐਲਿਟੀ ਜਿਹੜੀ ਹੈ ਉਹਨੂੰ ਜ਼ਿਆਦਾ ਦੇਖਿਆ ਜਾਂਦਾ। ਸੋ ਔਰ ਦੂਸਰੀ ਗੱਲ ਇਹਦੇ ਵਿੱਚ ਹੈਗੀ, ਇਮੋਸ਼ਨ ਔਰ ਰਿਐਲਿਟੀ ਦੇ ਵਿੱਚ ਫਰਕ ਹੈਗਾ, ਤੁਹਾਡੇ ਸੁਣਨ ਵਾਲੇ ਜਿਹੜੇ ਨੇ ਉਹ ਇਸ ਗੱਲ ਨੂੰ ਦੇਖਣਗੇ ਕਿ ਇੱਕ ਜਜ਼ਬਾਤੀ ਹੋ ਕੇ ਲਾਲਾ ਲਾਲਾ ਕਰ ਦੇਣੀ ਬਗੈਰ ਉਹਦੇ ਕੰਸੀਕੁਐਂਸ ਸੋਚਣ ਤੋਂ, ਇੱਥੇ ਉਹ ਨਹੀਂ ਹੈ। ਇੱਥੇ ਰਿਐਲਿਟੀ ਦੇਖਦੇ ਨੇ ਕਿ ਵੀ ਵਾਕਈ ਅਸੀਂ ਉਹਦਾ ਕੀ ਕਰ ਸਕਦੇ ਹਾਂ। ਆਪਣੇ ਟਰੱਕਾਂ ਬੱਸਾਂ ਨੂੰ ਅੱਗ ਨਹੀਂ ਲਾਉਂਦੇ, ਅਸੀਂ ਤੇ ਆਪਣੇ ਟਰੱਕਾਂ ਬੱਸਾਂ ਨੂੰ ਕਾਰਾਂ ਨੂੰ ਅੱਗ ਲਾ ਲੈਂਦੇ ਨੇ 5 ਮਿੰਟ ਵਿੱਚ ਜੇ ਅਸੀਂ ਗਰਮ ਹੋ ਜਾਈਏ ਤੇ। ਸੋ ਦਿਸ ਇਜ਼ ਅ ਡਿਫਰੈਂਸ ਬਿਟਵੀਨ ਰਿਐਲਿਟੀ ਐਂਡ ਇਮੋਸ਼ਨ। ਐਂਡ ਅਦਰ ਡਿਫਰੈਂਸ ਜਿਹੜਾ ਮੈਂ ਸਮਝਣਾ ਉਹ ਹੈਗਾ ਕਿ ਆਸਟ੍ਰੇਲੀਅਨ ਡੈਮੋਕ੍ਰੇਸੀ ਜਿਹੜੀ ਹੈ ਉਹ ਕਾਫੀ ਸਟਰੈਂਥਨ ਹੋ ਚੁੱਕੀ ਹੈ ਇਨ ਦਾ ਲਾਸਟ 100 ਈਅਰਸ, ਔਰ ਇਹ ਇੰਸਪਾਇਰਡ ਵਿਦ ਦੀ ਮੋਸਟ ਪਾਪੂਲਰ ਡੈਮੋਕ੍ਰੇਸੀ ਆਫ ਦਾ ਵਰਲਡ, ਮਤਲਬ ਯੂਕੇ ਦੀ, ਇਹਦੇ ਵਿੱਚ ਤੁਸੀਂ ਦੇਖ ਲਓ ਕਿ ਯੂਕੇ ਦੀ ਡੈਮੋਕ੍ਰੇਸੀ ਹੈ ਔਰ US ਡੈਮੋਕ੍ਰੇਸੀ, ਉਹਨਾਂ ਦਾ ਰਿਫਲੈਕਸ਼ਨ ਜਿਹੜਾ ਉਹ ਸਾਡੀ ਡੈਮੋਕ੍ਰੇਸੀ 'ਚ, ਆਸਟ੍ਰੇਲੀਅਨ ਡੈਮੋਕ੍ਰੇਸੀ 'ਚ ਨਜ਼ਰ ਆਉਂਦਾ। ਔਰ ਫਿਰ ਇਹ ਕਿ ਲੋਕ ਜਿਹੜੇ ਨੇ ਉਹ ਕਾਫੀ ਪੜ੍ਹ ਲਿਖੇ ਨੇ, ਔਰ ਉਹ ਕਿਉਂਕਿ ਹਰ 3 ਸਾਲ ਬਾਅਦ ਇਲੈਕਸ਼ਨ ਆਉਂਦਾ ਐਂਡ ਦੇ ਆਰ ਵੈਰੀ ਵੈਲ ਅਵੇਅਰ, ਔਰ ਉਹ ਪਾਰਟੀ ਦੀ ਪੋਲਿਸੀ ਦੇ ਉੱਤੇ ਗੱਲ ਕਰਦੇ ਨੇ। ਸੋ ਹੁਣ ਇਹਦਾ ਕੰਪੈਰੀਜ਼ਨ ਅਗਰ ਅਸੀਂ ਆਪਣੇ ਬੈਕ ਹੋਮ ਕਰੀਏ ਤੇ ਤੁਸੀਂ ਡੈਮੋਕ੍ਰੇਸੀ ਦੇਖ ਲਓ ਕਿ ਜਿੰਨੀਆਂ ਵੀ ਵੱਡੀਆਂ ਪਾਰਟੀਆਂ ਨੇ, ਫੋਰ ਐਗਜ਼ਾਮਪਲ ਤੁਹਾਡੇ ਵੱਲ ਕਾਂਗਰਸ ਹੈਗੀ, ਕਾਂਗਰਸ ਪਾਰਟੀ ਵਿਦਾਊਟ ਗਾਂਧੀ ਖਾਨਦਾਨ ਨਾਥਿੰਗ, ਸਾਡੇ ਵਾਲੇ ਪਾਸੇ ਦੇਖ ਲਓ ਪੀਪਲਸ ਪਾਰਟੀ ਹੈ, ਉਹ ਵਿਦਾਊਟ ਪੋਟੋ ਖਾਨਦਾਨ ਪੀਪਲਸ ਪਾਰਟੀ ਨਾਥਿੰਗ। ਸੋ ਨਵਾਜ਼ ਸ਼ਰੀਫ ਹੈਗਾ, ਉਹਦੀ ਮੁਸਲਿਮ ਲੀਗ ਹੈ, ਉਹ ਨਵਾਜ਼ ਸ਼ਰੀਫ ਮੁਸਲਿਮ ਲੀਗ ਹੈ, ਉਹ ਵਿਦਾਊਟ ਨਵਾਜ਼ ਸ਼ਰੀਫ ਖਾਨਦਾਨ ਮੁਸਲਿਮ ਲੀਗ ਦੇ ਨਾਤੇ। ਸੋ ਸਾਡੇ ਲੋਕ ਜਿਹੜੇ ਨੇ ਉਹ ਇਮੋਸ਼ਨਲੀ ਅਟੈਚ ਹੋ ਜਾਂਦੇ ਨੇ ਔਰ ਉਹ ਰਿਐਲਿਟੀ ਚੈੱਕ ਭੁੱਲ ਜਾਂਦੇ ਨੇ। ਸੋ ਦਿਸ ਇਜ਼ ਦਾ ਡਿਫਰੈਂਸ, ਮੈਂ ਤੁਹਾਡੇ ਸਵਾਲ ਦਾ ਜਿਹੜਾ ਉਹ ਕੰਪੈਰੀਜ਼ਨ ਕਰਕੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਹੋਪ ਆਈ ਹੈਵ ਆਨਸਰਡ ਯੋਰ ਕੁਐਸਚਨ। ਜੀ ਇਜਾਜ਼ ਖਾਨ ਜੀ, ਇਹੀ ਜਿਹੜਾ ਤੁਸੀਂ ਜਵਾਬ ਦਿੱਤਾ ਉਹਦੇ ਵਿੱਚੋਂ ਇੱਕ ਹੋਰ ਸਵਾਲ ਹੈਗਾ, ਉਹ ਵੀ ਇਹਦੇ ਨਾਲ ਹੀ ਰਿਲੇਟਡ ਹੈ ਕਿ ਆਪਾਂ ਇੱਥੇ ਜਦੋਂ ਆ ਜਾਂਦੇ ਹਾਂ ਆਪਾਂ ਇੱਥੇ ਰਿਐਲਿਟੀ ਔਰ ਜਿਹੜਾ ਕੁਝ ਪ੍ਰੈਕਟੀਕਲ ਹੁੰਦਾ
ਉਹਨਾਂ ਦੇ ਉੱਤੇ ਬੇਸ ਕਰਕੇ ਆਪਣੇ ਜਿਹੜਾ ਫਿਊਚਰ ਪਲਾਨ ਕਰਦੇ ਆ ਤੇ ਇੰਡੀਆ ਜਾਂ ਪਾਕਿਸਤਾਨ ਤੋਂ ਜੇ ਅਸੀਂ ਗੱਲ ਕਰੀਏ ਜਿੱਦਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਉੱਥੇ ਅਸੀਂ ਇਮੋਸ਼ਨਲੀ ਜ਼ਿਆਦਾ ਫੈਸਲੇ ਲੈਂਦੇ ਹਾਂ, ਇਮੋਸ਼ਨਸ ਜਾ ਕੇ ਜ਼ਿਆਦਾ ਫੈਸਲੇ ਲੈਂਦੇ ਹਾਂ ਤੇ ਜਿਹੜਾ ਇਸ ਟਾਈਮ ਜੋ ਮੇਰਾ ਮੇਨ ਸਵਾਲ ਆ ਇਹ ਹੈਗਾ ਕਿ ਜਦੋਂ ਇਸ ਟਾਈਮ ਸਾਡੇ ਇੱਥੇ ਪਾਰਟੀਜ਼ ਰਿਲੀਜਨ ਜਿਹੜਾ ਹੈਗਾ ਉਹਨੂੰ ਇਨਵੋਲਵ ਕਰ ਰਹੀਆਂ, ਉਹ ਵੀ ਸਾਡਾ ਰਿਲੀਜਨ ਜਿਹੜਾ ਕਿ ਅਸੀਂ ਪਿੱਛੋਂ ਲੈ ਕੇ ਆਏ ਹਾਂ ਆਪਣੀ ਪਾਰਟੀਜ਼ ਦੇ ਵਿੱਚ, ਤਾਂ ਉਹ ਕੀ ਸਟ੍ਰੈਟਜੀ ਹੈ? ਕੀ ਇੱਕ ਸਿਰਫ ਇੱਕ ਜਨਰਲ ਡੋਨੇਸ਼ਨ ਹੈਗੀ ਹੈ ਟੂਵਰਡਸ ਰਿਲੀਜੀਅਸ ਇੰਸਟੀਟਿਊਸ਼ਨਸ, ਜਾਂ ਇੱਕ ਕਹਿ ਲਓ ਸਤਿਕਾਰ ਹੈਗਾ ਵੀ ਇੱਕ ਰਿਲੀਜੀਅਸ ਇੰਸਟੀਟਿਊਸ਼ਨ ਦੇ ਵਿੱਚ ਲੇਬਰ ਦੇ ਲੀਡਰਸ ਜਾਂ ਲਿਬਰਲ ਦੇ ਲੀਡਰਸ ਜਾ ਰਹੇ ਹੈ, ਜਾਂ ਇਹ ਇਮੋਸ਼ਨਲ ਜਿਹੜਾ ਸਾਈਡ ਹੈਗਾ ਇੱਕ ਕਮਿਊਨਿਟੀ ਦਾ ਉਹਦੇ ਨਾਲ ਖੇਡਿਆ ਜਾ ਰਿਹਾ? ਲੁੱਕ, ਮੈਂ ਇਹ ਸਮਝਣਾ ਕਿ ਅੱਜ ਇਮੋਸ਼ਨਲ ਖੇਡਣ ਵਾਲੀ ਇਹਦੇ ਚ ਕੋਈ ਗੱਲ ਨਹੀਂ ਹੈਗੀ। ਦੇਖੋ ਨਾ ਜੀ, ਸਾਡੀ ਜਿਹੜੀ ਕਮਿਊਨਿਟੀਜ਼ ਹੈ, ਕਿਉਂਕਿ ਅਸੀਂ ਮੇਨ ਸਟ੍ਰੀਮ ਕਮਿਊਨਿਟੀ ਦੇ ਵਿੱਚ ਜ਼ਿਆਦਾ ਇਨਵੋਲਵਮੈਂਟ ਨਹੀਂ ਹੁੰਦੀ, ਸਾਡੀ ਕਮਿਊਨਿਟੀ ਦੇ ਆਪਣੇ ਹੀ ਗਰੁੱਪ ਨੇ, ਆਪਣੇ ਹੀ ਗੁਰਦਾਸ ਖਾਨਦਾਨ ਇੱਕ ਦੂਸਰੇ ਨੂੰ ਜਾਣਦੇ ਨੇ, ਉਹੀ ਆਪੇ ਬਾਰਬਿਊ ਕਰ ਲੈਣਗੇ, ਆਪੇ ਵੀਕਐਂਡ ਉੱਤੇ ਮਿਲ ਲੈਣਗੇ, ਆਪੇ ਸ਼ਾਮ ਨੂੰ ਬੈਠ ਕੇ ਦਾਰੂ ਪੀ ਲੈਣਗੇ, ਉਹ ਮੇਨ ਸਟ੍ਰੀਮ ਕਮਿਊਨਿਟੀ ਨੂੰ ਇਨਵੋਲਵ ਨਹੀਂ ਕਰਦੇ। ਸੋ ਦੇਖੋ ਨਾ, ਉਹਦੇ ਚ ਕਈ ਫੈਕਟਰ ਨੇ ਕਿ ਕੋਈ ਇੰਗਲਿਸ਼ ਕਮਜ਼ੋਰ ਹੁੰਦੀ ਹੈ, ਜਾਂ ਮਤਲਬ ਰਿਲੀਜੀਅਸਲੀ ਜਾਂ ਸੋਸ਼ਲੀ ਉਹ ਨੋਨ ਇੰਡੀਅਨ ਨੋਨ ਸਬ ਕੋਂਟੀਨੈਂਟ ਦੇ ਨਾਲ ਬੈਠ ਕੇ ਉਹ ਉਹਨੇ ਪਲੇਜਰ ਨਹੀਂ ਲੈ ਸਕਦੇ, ਇਸ ਵਾਸਤੇ ਉਹ ਮੇਨ ਸਟ੍ਰੀਮ ਕਮਿਊਨਿਟੀ ਤੋਂ ਪਰੇ ਰਹਿੰਦੇ ਨੇ। ਜਿਵੇਂ ਗੁਰਦੀਪ ਸਾਹਿਬ ਨੇ ਕਿਹਾ ਸੀ ਅਰਲੀ ਆਨ ਕੇ ਵੀ ਬ੍ਰਿਜ ਬਣਨ ਦੀ ਕੋਸ਼ਿਸ਼ ਕੀਤੀ ਜਾਏ, ਔਰ ਬੜਾ ਅੱਛਾ ਇਹਨਾਂ ਦਾ ਪੁਆਇੰਟ ਸੀ। ਔਰ ਇਸੇ ਤਰ੍ਹਾਂ ਹੀ ਮੈਂ ਵੀ ਮਤਲਬ ਕੋਈ 10 ਸਾਲ ਪਹਿਲੇ ਜਦੋਂ ਕਿਧਰੇ ਪਾਕਿਸਤਾਨ ਦੇ ਵਿੱਚ ਇੱਕ ਜ਼ਲਜ਼ਲਾ ਆਇਆ ਸੀ, ਉਦੋਂ ਤੋਂ ਇਹ ਕੋਸ਼ਿਸ਼ ਕੀਤੀ ਗਈ ਕਿ ਦੂਸਰੀਆਂ ਕਮਿਊਨਿਟੀਆਂ ਦੇ ਨਾਲ ਇਨਵੋਲਵ ਹੋ ਕੇ ਉਹਨਾਂ ਨੂੰ ਦੱਸਿਆ ਜਾਏ ਕਿ ਹੂ ਵੀ ਆਰ, ਕਿ ਅਸੀਂ ਕੌਣ, ਸਾਡੀ ਵੈਲਿਊਜ਼ ਕੀ ਨੇ, ਔਰ ਸਾਨੂੰ ਤੁਸੀਂ ਆਪਣੇ ਬਾਰੇ ਦੱਸੋ। ਉਹ ਉਦੋਂ ਹੀ ਤੁਸੀਂ ਕਰ ਸਕਦੇ ਹੋ ਜਦੋਂ ਤੁਸੀਂ ਇੱਕ ਦੂਸਰੇ ਨਾਲ ਇੰਟਰੈਕਸ਼ਨ ਕਰੋ, ਤੇ ਜੇ ਤੁਸੀਂ ਆਪਣੇ ਮਤਲਬ ਇੱਕ ਬਾਰ ਬਣਾ ਲੈਂਦੇ ਹੋ, ਔਰ ਫਿਰ ਤੇ ਕੋਈ ਉਹ ਮਸਲਾ ਅੱਗੇ ਨਹੀਂ ਵੱਧ ਸਕਦਾ। ਸੋ ਗੋਇੰਗ ਬੈਕ ਟੂ ਯੋਰ ਪੁਆਇੰਟ, ਕਿ ਵੀ ਸ਼ਾਇਦ ਇਮੋਸ਼ਨਲੀ ਚਾਰਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਆਈ ਵੁੱਡ ਡਿਸਐਗਰੀ ਵਿਦ ਯੂ। ਉਹ ਇਸ ਵਾਸਤੇ ਕਿ ਸਾਡੀ ਕਮਿਊਨਿਟੀ, ਲੈਟਸ ਸੇ ਇੱਕ ਪੰਜਾਬੀ ਕਮਿਊਨਿਟੀ ਲੈ ਲਓ, ਸਾਡੀ ਪੰਜਾਬੀ ਕਮਿਊਨਿਟੀ ਦਾ ਕੰਟੈਕਟ ਪੁਆਇੰਟ ਜਾਂ ਲੀਡਿੰਗ ਪੁਆਇੰਟ ਜਿਹੜਾ ਉਹ ਸਵਾਏ ਕੈਲੀਵਲ ਵੱਡੇ ਗੁਰਦੁਆਰੇ ਤੋਂ ਜਾਂ ਛੋਟੇ ਜਿਹੜੇ 2-3 ਹੋਰ ਗੁਰਦੁਆਰੇ ਨੇ ਉਹਨਾਂ ਤੋਂ ਇਲਾਵਾ ਹੋਰ ਮੈਨੂੰ ਦੱਸੋ ਕਿੱਥੇ ਕੋਈ ਕੰਟੈਕਟ ਕਰੇ। ਮੇਨ ਗੁਰਦੁਆਰਾ ਸਾਹਿਬ ਦੇ ਉੱਤੇ ਜਿਹੜਾ ਕੰਟੈਕਟ ਕੀਤਾ ਜਾ ਰਿਹਾ, ਕਿਉਂਕਿ ਉੱਥੇ ਨੰਬਰਸ ਆਉਂਦੇ ਨੇ, 3,000-4,000 ਬੰਦਾ ਆਉਂਦਾ ਹੈ, ਔਰ ਇਸ ਵਾਸਤੇ ਉਹ ਮਤਲਬ ਆਸਟ੍ਰੇਲੀਅਨ ਗਵਰਨਮੈਂਟ ਜਾਂ ਪਾਰਲੀਮੈਂਟੇਰੀਅਨ ਉਹ ਇਹ ਸਮਝਦੇ ਨੇ ਕਿ ਦਿਸ ਇਜ਼ ਏ ਗੁੱਡ ਪਲੇਟਫਾਰਮ ਟੂ ਗੈਟ ਇਨਵੋਲਵ ਇਨ ਦੀ ਪੰਜਾਬੀ ਕਮਿਊਨਿਟੀ। ਇਸੇ ਤਰ੍ਹਾਂ ਹੀ ਮੇਰਾ ਖਿਆਲ ਹੈ ਕਿ ਜਿਹੜਾ ਹੌਂਸਬੀ ਵਾਲੀ ਸਾਈਡ ਤੇ ਤਾਰਾ ਮਹਾਰਾਜ ਗੁਰਦੁਆਰਾ ਸਾਹਿਬ ਹੈਗਾ, ਉਹਦੇ ਉੱਤੇ ਵੀ ਇਹੀ ਉਹਨਾਂ ਦਾ ਵਿਊਜ਼ ਹੋਣਗੇ, ਔਰ ਰਿਵਸਬੀ ਦੇ ਵਿੱਚ ਵੀ ਲੋਕਲ ਮੈਂਬਰ ਜਿਹੜੇ ਨੇ ਉਹ ਜਾਣਾ ਚਾਹੁੰਦੇ ਨੇ। ਲੋਕਲ ਮੈਂਬਰਾਂ ਦਾ ਫੋਕਸ ਇਸ ਵਾਸਤੇ ਵੀ ਕਿ ਉੱਥੇ ਬਹੁਤ ਜ਼ਿਆਦਾ ਵੱਡੀ ਤਾਦਾਦ ਆਉਂਦੀ ਹੈ, ਦੈਨ ਇਟ ਇਜ਼ ਅ ਗ੍ਰੇਟ ਇੰਟਰੈਕਸ਼ਨ ਪੁਆਇੰਟ, ਕਿ ਇੱਥੇ ਮਿਲਣ ਦਾ ਇੱਕ ਬਹੁਤ ਵੱਡਾ ਇੱਕ ਪਲੇਟਫਾਰਮ ਹੈਗਾ। ਸੋ ਆਈ ਡੋਂਟ ਥਿੰਕ ਸੋ ਕਿ ਵੀ ਕੋਈ ਵੀ ਪੋਲੀਟੀਕਲ ਪਾਰਟੀ ਆ ਦਾ ਲਿਬਰਲ ਔਰ ਲੇਬਰ ਉਹ ਇਸ ਤਰ੍ਹਾਂ ਦੀ ਕੋਈ ਹਰਕਤ ਕਰ ਸੋਚ ਰਹੇ ਹੋਣ ਕਿ ਜੇ ਰਿਲੀਜੀਅਸਲੀ ਇਹਨਾਂ ਨੂੰ ਇਮੋਸ਼ਨਲੀ ਇਹਨਾਂ ਨੂੰ ਬੰਦਿਆਂ ਨੂੰ ਚਾਰਜ ਕਰਕੇ ਇਹਨਾਂ ਕੋਲ ਵੋਟ ਲਿਆ ਜਾਵੇ। ਗੱਲ ਇਹ ਹੈਗੀ ਆ ਵੀ ਜੇ ਅਸੀਂ ਇੱਥੇ ਬੈਠ ਕੇ ਇਸ ਮੰਚ ਤੋਂ ਜੇ ਰੋਬੀ ਜੀ ਜਾਂ ਮੈਂ ਇਹੀ ਜਵਾਬ ਦਈਏ ਤਾਂ ਉਹ ਇੰਨਾ ਇਫੈਕਟਿਵ ਨਹੀਂ ਹੋਊਗਾ। ਜੇ ਜਿਵੇਂ ਆਹ ਸਵਾਲ ਇੱਕ ਲਿਸਨਰ ਵੱਲੋਂ ਆਇਆ ਸੀ ਤੇ ਜੇ ਅਸੀਂ ਇੱਥੇ ਬੈਠ ਕੇ ਇਹ ਕਹੀਏ ਕਿ ਨਹੀਂ ਜੀ ਅਸੀਂ ਇਹਨੂੰ ਡਿਸਅਗਰੀ ਕਰਦੇ ਹਾਂ, ਹੋ ਸਕਦਾ ਪਾਰਟੀਜ਼ ਦੇ ਜ਼ਹਿਨ ਦੇ ਵਿੱਚ ਆਹ ਗੱਲ ਨਾ ਹੋਵੇ, ਪਰ ਉਹ ਇੰਨਾ ਜ਼ਿਆਦਾ ਇਫੈਕਟਿਵ ਨਹੀਂ ਹੁੰਦਾ ਜਿੰਨਾ ਇਜਾਜ਼ ਸਾਹਿਬ ਤੁਹਾਡੇ ਜ਼ੁਬਾਨ ਤੋਂ ਇਹ ਇਫੈਕਟਿਵ ਹੈਗਾ, ਕਿਉਂਕਿ ਤੁਸੀਂ ਇੱਕ ਪਾਰਟੀ ਦੇ ਰੈਪ੍ਰਜੈਂਟੇਟਿਵ ਹੋ, ਤੁਹਾਨੂੰ ਪਤਾ ਹੈ ਵੀ ਅੰਦਰ ਖਾਤੇ ਕੀ ਚੱਲ ਰਿਹਾ ਜਾਂ ਕੀ ਸੋਚ ਹੈਗੀ ਹੈ ਪਾਰਟੀ ਦੀ, ਵਿਚ ਵੀ ਟੋਟਲੀ ਅਗਰੀ ਟੂ। ਜੀ ਦੋਸਤੋ, ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਫਿਰ ਵਾਪਸ ਆਉਣੇ, ਪ੍ਰੋਗਰਾਮ ਚੱਲ ਰਿਹਾ ਜੀ ਖੁੰਡ ਚਰਚਾ। ਖੁੰਡ ਚਰਚਾ ਦੇ ਵਿੱਚ ਦੋ ਸ਼ਖਸੀਅਤਾਂ, ਗੁਰਦੀਪ ਸਿੰਘ ਜਿਹੜੇ ਕਿ ਲਿਬਰਲ ਪਾਰਟੀ ਨੂੰ ਬਿਲੋਂਗ ਕਰਦੇ ਨੇ ਤੇ ਇਜਾਜ਼ ਖਾਨ ਜਿਹੜੇ ਕਿ ਲਿਬਰਲ ਪਾਰਟੀ ਨੂੰ ਬਿਲੋਂਗ ਕਰਦੇ ਨੇ, ਆਸਟ੍ਰੇਲੀਅਨ ਇਲੈਕਸ਼ਨ ਦੇ ਉੱਪਰ ਉਹਨਾਂ ਦੇ ਵਿਚਾਰਾਂ ਦੇ ਨਾਲ ਅਸੀਂ ਆਪਣੇ ਵਿਚਾਰ ਸਾਂਝੇ ਕਰਨ ਲੱਗੇ ਹੋਏ ਹਾਂ। ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਵਾਪਸ ਖੁੰਡ ਚਰਚਾ, ਜਿਉਂਦਾ ਤਿਉਂ ਜੀ। ਓਹੋ ਯਾਰ, ਮੈਂ ਤਾਂ ਤੰਗ
ਆ ਗਈ ਰੋਜ਼ ਦੇ ਬੋਰਿੰਗ ਰੂਟੀਨ ਤੋਂ ਥੱਕ ਹਾਰ ਕੇ ਜੌਬ ਤੋਂ ਆਓ ਤੇ ਆਉਣ ਸਾਰ ਕਿਚਨ ਚ ਵੜ ਜਾਓ ਉਹ ਭਾਗਵਾਨੇ ਗੁੱਸੇ ਕੇ ਹੁੰਨੀ ਹੈ ਲੈ ਖੁਸ਼ਖਬਰੀ ਸੁਣ ਕਿਹੜੀ ਆਪਣੇ ਸ਼ਹਿਰ ਐਡੀਲੇਡ ਚ ਇੰਡੀਅਨ ਰੈਸਟੋਰੈਂਟ ਇੰਡੀਅਨ ਮਸਾਲਾ ਖੁੱਲ ਗਿਆ ਜਿਹੜਾ ਰਾਤ 1 ਵਜੇ ਤੱਕ ਖੁੱਲਾ ਰਹਿੰਦਾ ਉੱਥੇ ਸਸਤੇ ਰੇਟਾਂ ਤੇ ਘਰ ਵਰਗੇ ਸਵਾਦ ਇੰਡੀਅਨ ਫੂਡ ਦਾ ਮਜ਼ਾ ਲੈ ਸਕਦੇ ਹਾਂ ਬਿਲਕੁਲ ਏਅਰਪੋਰਟ ਦੇ ਨਜ਼ਦੀਕ ਹੈ ਚਲੋ ਫਿਰ ਹੁਣੇ ਚੱਲੀਏ ਜਾਣ ਦੀ ਕੀ ਲੋੜ ਹੈ ਸੋਹਣਿਓ ਫੋਨ ਦੀ ਆਰਡਰ ਬੁੱਕ ਕਰਾ ਦਿੰਦੇ ਹਾਂ ਚੁੱਕੋ ਫੋਨ ਤੇ ਘੁਮਾਓ ਫਿਰ ਨੰਬਰ ਜੀ ਹਾਂ ਆਪ ਆਓ ਅਤੇ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਆਓ ਸਾਡਾ ਪਤਾ ਹੈ ਯੂਨਿਟ 1 261 ਟੂ 263 ਹੈਨਲੇ ਵਿਚ ਰੋਡ ਬਰੁਕਲਿਨ ਪਾਰਕ Dine in, take away, and delivery. Call us 08-722-60-383. 08-722-60-383. सारे श्रोतों KPG टैक्सेशन वालों एक सुनेहा अपना टैक्स हमेशा रजिस्टर्ड टैक्स एजेंट तो ही प्रवाओ हर तरह के टैक्स नाल संबंधित सवालों के जवाबों लई KPG टैक्सेशन दे परमप्रीत सिंह राजपूत नाल राबता बनाओ जिन्हां दे फोन नंबर हन 0431-716-401 0397-06-9313 बधेरे जानकारी लई विजिट करो www.kpgtaxation.com.au की गल भागवान ने बड़ी उदास बैठी हां ਜੀ ਬਸ ਕੀ ਦੱਸਾਂ ਅਜੇ ਨਿਊਜ਼ੀਲੈਂਡ ਵਾਲੇ ਵੀਰੇ ਤੇ ਪਰਸ ਵਾਲੀ ਛੋਟੀ ਭੈਣ ਨਾਲ ਗੱਲ ਹੋਈ ਸੀ ਉਹਨਾਂ ਦਾ ਸਟੂਡੈਂਟ ਵੀਜ਼ਾ ਵੀ ਹੁਣ ਖਤਮ ਹੋਣ ਵਾਲਾ ਉੱਤੋਂ ਪੀਆਰ ਦਾ ਵੀ ਕੁਝ ਨਹੀਂ ਬਣਦਾ ਲੈ ਦੱਸ ਇਹ ਵੀ ਕੋਈ ਚਿੰਤਾ ਦੀ ਗੱਲ ਆ ਮੈਂ ਰਾਬਤਾ ਰੇਡੀਓ ਤੇ ਹਰ ਰੋਜ਼ ਸੁਣਦਾ ਕਿ ਕੈਂਗਰੂ ਇਮੀਗ੍ਰੇਸ਼ਨ ਅਤੇ ਐਸਐਸ ਸੈਟਲਮੈਂਟ ਵਾਲਿਆਂ ਨੂੰ ਕੈਨੇਡਾ ਵਾਸਤੇ ਪਰਮਾਨੈਂਟ ਵੀਜ਼ਾ ਤੇ ਐਚਆਰ ਟਰੱਕ ਡਰਾਈਵਰ ਏਜਡ ਕੇਅਰ ਵਰਕਰ ਰੈਸਟੋਰੈਂਟ ਵਿੱਚ ਕੰਮ ਕਰਨ ਵਾਲੇ ਕੁੱਕ ਫਾਸਟ ਫੂਡ ਤੇ ਹੋਰ ਕਿੰਨੇ ਹੀ ਕਿੱਤਿਆਂ ਵਿੱਚ 1 ਸਾਲ ਦਾ ਤਜਰਬਾ ਰੱਖਣ ਵਾਲੇ ਕਾਮਿਆਂ ਦੀ ਬਹੁਤ ਹੀ ਸਖਤ ਜ਼ਰੂਰਤ ਆ ਲੈ ਸੱਚੀ ਹੋ ਤੇ ਹੋਰ ਕੀ ਵੀਜ਼ੇ ਦਾ ਫੈਸਲਾ ਵੀ 4 ਤੋਂ 6 ਹਫ਼ਤਿਆਂ ਵਿੱਚ ਹੋ ਜਾਂਦਾ ਅੱਛਾ ਜੀ ਫਿਰ ਦਿਓ ਤਾਂ ਉਹਨਾਂ ਦਾ ਨੰਬਰ ਲੈ ਲਿਖ ਰਾਜਵੀਰ ਵਿਰਕ ਦਾ ਨੰਬਰ ਆ 0424-300-776 0424-300-776 ਹਾਂਜੀ ਇਹੀ ਨੰਬਰ ਆ ਬਿਲਕੁਲ ਸਹੀ ਹੈ ਜੀ ਹਾਂ ਦੋਸਤੋ ਇੱਕ ਹੋਰ ਵਾਰਾ ਖਤਮ ਹੋ ਗਿਆ ਜੀ ਆਰਥਿਕ ਲੈਣੇ ਦੇਣੇ ਦਾ ਤੇ ਜੇ ਤੁਸੀਂ ਚਿੰਤਤ ਹੋ ਆਪਣੇ ਟੈਕਸ ਮਾਮਲਿਆਂ ਨੂੰ ਲੈ ਕੇ ਤਾਂ ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਕਿਉਂਕਿ ਤੁਸੀਂ ਛੱਡ ਸਕਦੇ ਹੋ ਆਪਣੀਆਂ ਸਾਰੀਆਂ ਸਮੱਸਿਆਵਾਂ ਨੂੰ KMH ਦੇ ਪ੍ਰੋਫੈਸ਼ਨਲ ਕੁਆਲੀਫਾਈਡ ਟੈਕਸ ਏਜੰਟ ਦੇ ਉੱਪਰ ਜੋ ਹੈਲਪ ਕਰਨਗੇ ਤੁਹਾਡੇ ਟੈਕਸ ਅਤੇ ਹੋਰ ਸਾਰੇ ਬਿਜ਼ਨਸ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਕੰਟੈਕਟ ਸ਼ੰਭੀ ਬੱਤਰਾ 04320611180 KMH ਟੈਕਸ ਐਂਡ ਬਿਜ਼ਨਸ ਸੋਲੂਸ਼ਨ ਵਿਦ ਦੇਸੀ ਰੇਟ ਆਸਟ੍ਰੇਲੀਅਨ ਇਮੀਗ੍ਰੇਸ਼ਨ ਨਾਲ ਜੁੜੇ ਹਰ ਮਸਲੇ ਦਾ ਹੱਲ ਕਰਵਾਉਣ ਲਈ ਸੰਪਰਕ ਕਰੋ ਰਾਇਲ ਇਮੀਗ੍ਰੇਸ਼ਨ ਕੰਸਲਟੈਂਟ ਜਿੱਥੇ ਤੁਸੀਂ ਇੱਕੋ ਛੱਤ ਥੱਲੇ 3 ਤਜਰਬੇਕਾਰ ਮਾਈਗ੍ਰੇਸ਼ਨ ਏਜੰਟਾਂ ਤੋਂ ਵੀਜ਼ੇ ਨਾਲ ਜੁੜੀਆਂ ਵੱਖ-ਵੱਖ ਤਰ੍ਹਾਂ ਦੀਆਂ ਸਰਵਿਸਿਜ਼ ਜਿਵੇਂ ਕਿ ਸਟੂਡੈਂਟ ਵੀਜ਼ਾ GSM PR NTR ਇੰਪਲਾਇਰ ਸਪਾਂਸਰਡ ਵੀਜ਼ਾ ਰੀਜਨਲ ਸਪਾਂਸਰਡ ਮਾਈਗ੍ਰੇਸ਼ਨ ਸਕੀਮ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਰਿਮੇਨਿੰਗ ਰਿਲੇਟਿਵ ਵੀਜ਼ਾ ਟੂਰਿਸਟ ਵੀਜ਼ਾ ਤੇ ਵੀਜ਼ਾ ਰਿਫਿਊਜ਼ਲ ਤੋਂ ਬਾਅਦ MRT ਵਿੱਚ ਤਸੱਲੀ ਬਖਸ਼ ਸਰਵਿਸ ਮੁਹੱਈਆ ਕਰਵਾਈ ਜਾਂਦੀ ਹੈ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਰੌਬੀ ਸਿੰਘ ਅਮਨਜੀਤ ਸਿੰਘ ਤੇ ਹਿਤੇਸ਼ ਬਾਂਸਲ ਜੀ ਨਾਲ 04302473 65 ਉਹਨਾਂ ਦੇ ਦੋ ਆਫਿਸ ਨੇ 22A Level 2 647-649 ਜਾਰਜ ਸਟਰੀਟ ਸਿਡਨੀ ਫੋਨ ਨੰਬਰ 02928198852 ਹੈਰਿਸ ਪਾਰਕ ਦੇ ਵਿੱਚ 87 Vigram Street ਹੈਰਿਸ ਪਾਰਕ ਫੋਨ ਨੰਬਰ 02881080348 ਛੋਟਾ ਜਾਂ ਵੱਡਾ ਬਿਜ਼ਨਸ ਚਲਾ ਰਹੇ ਹੋ ਜਾਂ ਫਿਰ ਨਵਾਂ ਕਾਰੋਬਾਰ ਕਰਨ ਦਾ ਮਨ ਬਣਾ ਰਹੇ ਹੋ ਆਪਣੇ ਕਾਰੋਬਾਰ ਨੂੰ ਬੁਲੰਦੀਆਂ ਤੱਕ ਪਹੁੰਚਾਉਣ ਲਈ ਸਮਾਰਟ ਫੋਨਸ ਦੀ ਐਪਸ ਬਣਾਉਣ ਲਈ ਜਾਂ ਫਿਰ ਕਾਰੋਬਾਰ ਨੂੰ ਵੈਬਸਾਈਟ ਤੇ ਲਿਆਉਣ ਲਈ ਇੱਕੋ ਨਾਮ ਯਾਦ ਰੱਖੋ ਟੈਕ ਟੂ ਸ਼ਾਪ ਕੰਟੈਕਟ ਅਸ ਇਨ ਆਸਟ੍ਰੇਲੀਆ 08812141333 ਟੈਕ ਟੂ ਸ਼ਾਪ ਜ਼ਰੂਰੀ ਸੂਚਨਾ ਰਾਬਤਾ ਰੇਡੀਓ ਦੁਆਰਾ ਪੇਸ਼ ਕੀਤੇ ਜਾਂਦੇ ਕਿਸੇ ਵੀ ਵਿਗਿਆਪਨ ਦਾ ਰਾਬਤਾ ਰੇਡੀਓ ਜਵਾਬਦੇਹੀ ਨਹੀਂ ਹੈ ਸਾਰੇ ਸਰੋਤੇ ਨੋਟ ਕਰ ਜੀ ਦੋਸਤੋ ਵਾਪਸ ਆ ਗਏ ਜੀ ਪ੍ਰੋਗਰਾਮ ਖੁੰਡ ਚਰਚਾ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਾਰਿਆਂ ਦਾ ਸਵਾਗਤ ਹੈ ਜੀ ਤੁਸੀਂ ਸਾਰਿਆਂ ਨੇ ਰਾਬਤਾ ਬਣਾਇਆ ਹੋਇਆ ਔਰ ਬਹੁਤ ਵਧੀਆ ਤੁਸੀਂ ਸਾਨੂੰ ਫੀਡਬੈਕ ਭੇਜ ਰਹੇ ਹੋ ਔਰ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਇਸ ਦਾ ਜਿਹੜਾ ਸਾਨੂੰ ਤੁਹਾਡੇ ਵੱਲੋਂ ਜਿਹੜਾ ਸੁਨੇਹੇ ਮਿਲ ਰਹੇ ਨੇ ਅਸੀਂ ਸਾਰਿਆਂ ਦੇ ਧੰਨਵਾਦੀ ਹਾਂ ਬਾਅਦ ਦੇ ਵਿੱਚ ਤੁਹਾਡੇ ਸੁਨੇਹੇ ਵੀ ਸਾਰੇ ਸਰੋਤਿਆਂ ਦੇ ਸੁਨੇਹੇ ਸਾਰੇ ਸਰੋਤਿਆਂ ਦੇ ਨਾਲ ਆਪਾਂ ਸਾਂਝੇ ਕਰਾਂਗੇ ਗੱਲਬਾਤ ਚੱਲ ਰਹੀ ਹੈ ਜੀ ਸਾਡੇ ਨਾਲ ਗੁਰਦੀਪ ਸਿੰਘ ਜੀ ਜਿਹੜੇ ਕਿ ਲਿਬਰਲ ਪਾਰਟੀ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੇ ਰਾਬਤਾ ਬਣਾਇਆ ਹੋਇਆ ਤੇ ਦੂਸਰੇ ਪਾਸੇ ਇਜਾਜ਼ ਖਾਨ ਜੀ ਜਿਹੜੇ ਬੇਸਿਕਲੀ ਪਾਕਿਸਤਾਨ ਨੂੰ ਬਿਲੋਂਗ ਕਰਦੇ ਨੇ ਪਰ ਇੱਥੇ ਆਪਣੀ ਪੂਰੀ ਕਮਿਊਨਿਟੀ ਦਾ ਜਿਹੜਾ ਇੱਕ ਲੀਡਿੰਗ ਰੋਲ ਅਦਾ ਕਰ ਰਹੇ ਨੇ ਲੇਬਰ ਪਾਰਟੀ ਵੱਲੋਂ ਸਾਡੇ ਨਾਲ ਜੁੜੇ ਹੋਏ ਨੇ ਦੋ ਪਾਰਟੀਆਂ ਜਿਹੜੀਆਂ ਮੁੱਖ ਪਾਰਟੀਆਂ ਆਸਟ੍ਰੇਲੀਆ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਨੇ ਉਹਨਾਂ ਦੇ ਵਿਚਾਰਾਂ ਤੇ ਔਰ ਉਹਨਾਂ ਦੇ ਪਰਸਨਲ ਵਿਚਾਰਾਂ ਦੇ ਉੱਪਰ ਆਪਾਂ ਅੱਜ ਗੱਲਬਾਤ ਕਰ ਰਹੇ ਹਾਂ ਜੀ ਸਰੂ ਜੀ
जी बिल्कुल जी, मेरे वालों भी सारे का स्वागत है जी। ते इस टाइम एक सवाल पूछने तो पहला सारे जड़े लिसनर्स है उन्हां तो माफी मांगते हैं जी, क्योंकि कॉल्स की झड़ी ऐदा लग चुकी है कि सानू समझ नहीं आ रही भी असी केड़ी कॉल अटेंड करिए ते केड़ी कैंसल करिए। ते जे थोड़ी कॉल नू अज असी अटेंड नहीं करदे आ तां उहदे लई पहला ही माफी मांगते हैं जी, क्योंकि गलबात जड़ी हैगी ओह काफी सीरियस मुद्दे ते हो रही है। ते आउट ऑफ जड़ा सबजैक्ट जड़ा जे क्वेश्चन आते हैं तो थोड़ा जा जड़ी पूरी कन्वर्सेशन रुख बदल देंगे, तो प्लीज असी थोड़ी कॉल्स लैन की कोशिश करांगे, पर जड़ा थोड़ा सवाल हैगा ब्रीफ होवे, मेरे वांगो लंबी गल ना खिंची जाए तो छोटा जा ते मिठा जा जड़ा सवाल हो तुसी लैके स्टूडियो दे विच आ सकते हो। मेरा सवाल उही होगा जी जड़ा पहला चल रहा सीगा सरदार गुरदीप सिंह जी तो, कि जड़ा रिलिजन नू लैके और पॉलिटिक्स दा जड़ा एक मेल हैगा उहदे बारे इन्हां दे की विचार ने जी। शुक्रिया सारे जी, मेरा ख्याल है कि तुहाडे दा जड़ा सवाल सी उसका एक पहला हिस्सा भी सी जरा कि उन्ना ही अहम हिस्सा उन्ना जरूरी हिस्सा है जिन्ना रिलीजियस रिलीजन से पॉलिटिक्स है। वो मेरे ख्याल तुसी सवाल ये किया सी कि अस इलेक्शन दे विच या कॉमनली हरेक इलेक्शन दे विच ऑस्ट्रेलिया दे अंदर लीडरां दे नां ते इलेक्शन नहीं लड़ रहे, असीं पार्टीज दे नां ते पार्टीज दी पॉलिसीज ते इलेक्शन लड़ रहे हां। वो एक उसका शॉर्ट जा जवाब या जवाब तो नहीं, एक ऑब्जर्वेशन है साहू जी के असी जो है ना असी वेस्टमिंस्टर टाइप सिस्टम जरा है जरा डेमोक्रेसी का उसके उत्ते काम कर रहे हैं। साडा जो डेमोक्रेटिक सिस्टम है वो अमेरिकन डेमोक्रेसी नालों इस पॉइंट के उत्ते ही डिफरेंट है। अमेरिका के जी है प्रेजिडेंशियल इलेक्शन होंगी है तो उत्थे पर्सनैलिटी की इलेक्शन होंगी है, इतने प्रेजिडेंशियल इलेक्शन नहीं, इतने काउंसल ऑफ मिनिस्टर वास्ते एक लैजिस्लेचर वास्ते इलेक्शन होंगी है जरा कि काउंसल ऑफ मिनिस्टर नो फिर एक लीडर नो अपॉइंट करता है, एक प्राइम मिनिस्टर जो कि अगों जो टिचुलर हैड है हैड ऑफ स्टेट जिमें हिंदुस्तान के अपने राष्ट्रपति या प्रेजिडेंट ने इतने अपने गवर्नर जनरल के थ्रू जो क्वीन ऑफ इंग्लैंड जो क्वीन ऑफ ग्रेट ब्रिटेन वो ने। सो दैट इज द मेन डिफरेंस एंड दैट इज वाई असी उस वजह करके पार्टी पॉलिसी के उत्ते एज ए कलेक्टिव ऑफ ग्रुप्स ग्रुप ऑफ पीपल हु आर सिमिलर माइंडेड सिमिलर व्यूड वो नुमाइंदगी करन दा अपने जनता के कोलों हक मांगते हैं। सो दैट इज वन थिंग। दूसरा जो तुसी गल की ना रिलीजन और पॉलिटिक्स की, सारे जी सारी दुनिया के अंदर हिस्टोरिकली रिलीजन हैज प्लेड ए बिग पार्ट इन पॉलिटिक्स हिस्टोरिकली, और जो क्रिश्चियन रिलीजन है उसका भी आप एक सेकेंडली अपनी हिंदुस्तानी या सबकॉन्टीनेंटल कम्यूनिटीज में एक पास रख के देखिए तो भी आप देखेंगे सारी समझ से आएगा कि क्रिश्चियन रिलीजन ने सारी दुनिया की पॉलिटिक्स के और दुनिया की हिस्टरी ने हुण तक बनाने के खास करके उन्होंने मुल्कों के जिथे क्रिश्चियनिटी एक प्रीडोमिनेंट रिलीजन है या मुख्य जो धर्म है वो है, उतों की जो भी बनकर है जो भी शेप है जो पॉलिटिक्स है उसको रिलीजन ने वो रूप दिता है जो अब हाजिर है साडे सामने। सो असि यह नहीं कह सकते कि रिलीजन कदे भी पॉलिटिक्स का हिस्सा नहीं रहा या पॉलिटिक्स का हिस्सा नहीं होना चाहिए। पर्सनल व्यूज में इन्हों के उत्ते हर कोई डिफर कर सकता, पर मैं एक एग्जाम्पल होर दिना है कि जो हिंदुस्तान की पॉलिटिक्स बिफोर पार्टीशन लै लो जो तुम हिस्टरी पढ़ो तो उत्ते जो सैक्यूलर पार्टीज जो सन उन्होंने कांग्रेस पार्टी एक सी जिसे सारे रिलीजियस ग्रुप शामिल सन, पर लेटर ऑन एक मुस्लिम लीग बनाई गई जिड़ी जिड़ी के नाउ आई डोंट मीन एनी ऑफेंस टू एनीवन प्लीज, मैं अपना एक हिस्टोरिकल फैक्ट सामने रख रहा और ये मैं अपना कोई नजरिया नहीं पेश कर रहा। सो मैं सिर्फ एक कहने की कोशिश कर रहा कि रिलीजन ने पॉलिटिक्स के बड़ा वड्डा हिस्सा लिया, फिर तुसी
सिख पॉलिटिक्स देख लो, सिख पॉलिटिक्स जो अज भी है पंजाब दे विच, हिंदुस्तान दे पंजाब दे विच, वो रिलीजन तो बगैर चल ही नहीं सकती। और रिलीजन तो बगैर इस तरह नहीं चल सकती कि तुसी ये देखो कि अकाली दल जो है वो एक बड़ा प्रेडोमिनेंट पोलिटिकल पार्टी है पंजाब के अंदर, और हम दिल्ली विच भी बड़ी वड्डी प्रेजेंस है, दिल्ली स्टेट जो कैपिटल नैशनल कैपिटल रीजन जो है वो अंदर अकाली दल की जो कि एक सिख पोलिटिकल संस्था है उसका प्रेडोमिनेंट रोल है, बड़ा मुख्य रोल है, तो वो बेसिकली एक रिलीजन बेस्ड पार्टी ही है जी। ते इस करके असं नहीं कह सकते कि रिलीजन से पॉलिटिक्स टोटली सैपरेट हो सकते हैं। हाँ ये जरूर कहना चाहिए कि पॉलिटिक्स जी है, पोलीटल पार्टी जी है वो सैक्यूलर होनी चाहिए, पोलीटल पार्टी चाहिए कि वह सारी जनता रिप्रजेंट कर, जो भी उन्होंने विचारधारा के सहमत होंगे ने उन्होंने रिप्रजेंट कर, और जदों बेस्ट मिनिस्टर टाइप जो डेमोक्रेसी है वह एक मेन प्रिंसिपल होर भी है कि जदों इलैक्शन हो जाती है, जदों पॉपुलर इलैक्शन हो जाती है वो दो या ज्यादा धड़े होंगे ने जो एक पोजिशन ले उस चीज में आपे अपना जो नजरिया सामने रखते हैं तो कहते हैं कि सामने अपना नुमाइंदा बनाओ, तो जदों चाहे तो 50% वोटा 51% ना जीत जा या थोड़िया थोड़िया डिवाइड हो जाए तो जी जिदिया ज्यादा हो जित जाए, जदों वो एक शख्सियत चाहे आदमी हो चाहे औरत जदों एक शख्सियत एक नुमाइंदा बन जाता है चुनिया हुआ तो वो फिर 100% जनता की नुमाइंदगी करता और उन्होंने करना भी अभी चाहिए। सो इस करके रिलीजन जरा है मेरे पर्सनल व्यू पॉइंट रिलीजन पॉलिटिक्स के या पॉलिटिक्स को रिलीजन दखल नहीं देना चाहिए। हूं रही गल के रीसेंटली जो तुम मैनशन किया कि कुछ पार्टिया वालों लीडरशिप ने गुरुद्वारा साहब या होर धार्मिक स्थानों पर जाके अपनी प्रेजेंस दिखाई है, जितों तक एजाज साहब का यह कहना है कि वो एक सेंट्रल पॉइंट ने, वो एक प्लेटफॉर्म है, कॉमन प्लेटफॉर्म है जिते कि ना सिर्फ असी मथा टेक के अपनी श्रद्धा प्रगट कर जाने या गुरबाणी का कीर्तन सुन जाने या नमाज पढ़ जाने, वो सिर्फ वो नहीं रह जाता साडे इस माहौल के अंदर क्योंकि साड़ी गिनती थोड़ी है। और जिमें पहला एक क्वेश्चन एक सवाल के जवाब मैं बेनती की कि सानू एक कट्ठे होने लई कोई जगह चाहिए होंगी है क्योंकि असी अदरवाइज असी आइसोलेटेड फील करते हैं, सो वो सिर्फ ना गुरुद्वारा साहब या जो मस्जिद है वो एक या मंदिर जो है वो एक रिलीजियस जगह नहीं रह जाती, वो एक सोशल प्लेटफॉर्म भी बन जाता है जिते साडिया थोड़िया जी फैमिली संडे नू फ्राइडे नू सैटरडे नू जदों भी जाके कट्ठे हो रहे हैं उत्थे ना सिर्फ असं अपने रिलीजियस वेलबींग रिलीजियस जरूरत को पूरा करते हैं असं अपनी सोशल नीड में भी पूरा करते हैं। सो जदों पोलीटल पार्टी जो देखदिया ने कि उस फलानी जगह के उत्ते 100 बंदे या 1000 बंदे या 2000 बंदे किसी एक दिन कट्ठे होंगे ने तो इट इज अ गुड ऑपरचुनिटी उन्होंने वास्ते भी एक चंगा मौका होंगे कि वो अपना व्यू पॉइंट उत्थे जाके पेश कर सकन। मैं इस चीज च कोई बुराई नहीं समझता पर्सनली, लेकिन यह सारा कहने के बाद जरूर कहना कि मैं इस चीज को किसी पर्टिकुलर कम्युनिटी किसी पर्टिकुलर जगह या किसी पर्टिकुलर स्थान के बारे में नहीं कह रहा, एक जनरल गल कर रहा कि जे $7.5 लाख की ग्रांट जे आई गुरुद्वारा साहब को तो बहुत ही अच्छी गल है, मैं उस चीज में बड़ा खुश हाँ। मैं पर्सनली ऑस्ट्रेलियन सिख एसोसीएशन का लाइफ मैंबर है जी कि गुरुद्वारा साहब पाटली मैनेज कर रही है और मैं इन्नी खुशी है कि $7.5 लाख मिल जाना एक बहुत बड़ा बूस्ट है गुरुद्वारा साहब की मैनेजमेंट वास्ते और चंगे रखाव वास्ते लाइब्रेरी बनाने वास्ते होर कुछ करने वास्ते, और यह कहा गया कि वो जी ग्रांट है उसनों सार्थक होने वास्ते सफल होने वास्ते तकरीबन 1.5 या 2 साल की मेहनत करनी पड़ी उसके बाद हुई है, लेकिन सवाल यह जरूर खड़ा हो जाता है कि इलेक्शन तो दो हफ्ते पहले ही
उसने सिरे चढ़ना सी कि बाद भी हो सकती थी या उसको दो महीने पहला भी हो सकती थी। जरूर एक सवाल आम साडे लोगों ने मन में उठाया है। जी बिल्कुल जी, यही सवाल साडे कोल भी पहुंचा सी, मेरा भी अगला यही सवाल सीगा कि और ये सवाल जड़े है एक लिसनर ने सानू भेजा तो उन्होंने यही सवाल पढ़ रही हाँ कि इस टाइम जड़ी ग्रांट दिती जा रही है जड़ी रिलीजियस इंस्टीट्यूशन है उन्होंने तो इस मौके पर इलेक्शन तो थोड़े जे टाइम पहला जो ऐसा पैसा सुटिया जा रहा है या कह लो गिफ्ट किया जा रहा है उन्होंने थ्रोइंग मनी लिखा तो करके मैं सुटिया जा रहा पढ़िया हूं ही क्यों ए वेट क्यों नहीं की जा रही है क्योंकि असं एक पास कह रहे हैं भी साढ़े कुछ जड़ी फाइनेंशियल कंडीशन है वह ठीक नहीं हैगी सानू जॉब की इतने क्राइसिस हैगिया ने तो होर कुछ भी क्राइसिस साड़ी जड़ी कंट्री दे विच इस टाइम हैगी उस मौके ते इन्निया वड्डिया जड़िया अमाउंट हैगी क्यों किसी भी जड़ी हैगी एक धार्मिक संस्था उन्हूं क्यों दिती जावे। जी देखो सॉरी जी मैं तो फिर ये कहना कि जिस धार्मिक संस्था नूं दिता गया वह धार्मिक संस्था जड़ी है वो बहुत अच्छा काम कर रही है और सिखी दे असूलां दे सिखी दी मर्यादा दे और सिखी पंजाबी कल्चर नू प्रोपेगेट करन लई बहुत ही उमदा काम वो संस्था कर रही है। बाकी गुरुद्वारा साहब गुरु घर दी जो मैनेजमेंट है ऑस्ट्रेलियन सिख एसोसिएशन इन्होंने हुण तक सिखी दे प्रचार वास्ते पंजाबी कल्चर दे प्रचार वास्ते हिंदुस्तानी कल्चर सब कॉन्टीनेंटल कल्चर के प्रचार वास्ते बहुत काम किया और बहुत कर रहे हैं और मैं उसका 100% तो भी ज्यादा उसका समर्थक हाँ उसका सपोर्टर हाँ ऑस्ट्रेलियन सिख एसोसिएशन का। लेकिन ये जो गल मैं कही है और जो तुम भी किया है कि साढ़े को सवाल आ रहे हैं इसका जवाब सारी जी मेरे को नहीं है क्योंकि सारी मेरे वास्ते कहना उचित नहीं के मैं इसका कोई जवाब दिया। मैं सिर्फ इस करके वो गल कही है कि वो एक ऑब्जर्वेशन है और वो ऑब्जर्वेशन भी उतों आई है जितों मेरे कॉन्स्टिट्यूएंट्स ने या मेरे दोस्तों ने या मेरे एडवर्सरीज ने भी जो पॉलिटिकल एडवर्सरीज नॉट एडवर्सरीज इन दी अदर सेंस मेरे फॉर्चुनेटली मेरा कोई एडवर्सरी नहीं है तो उन्होंने सारे ने कई आ रहे उन्होंने सवाल किया है कि होना ही क्यों जी। तो सिर्फ उन्नी गल है अदरवाइज मैं इस गल तो बहुत खुश हाँ बड़ा सहमत हाँ कि एक ग्रांट मिली है हूं ना मिलती दो हफ्तों बाद मिलता नहीं सी सो जे लेबर सरकार ने दे दी है तो बहुत अच्छी गल है जी। जी एक होर जड़ा मेरा सवाल है वो मेरे दो इत्थे स्टूडियो दे विच मौजूद दोनों रिप्रेजेंटेटिव्स तो है जी के जिवें असीं हुण जिक्र कीता सिख एसोसिएशन ऑफ ऑस्ट्रेलिया दा इत्थे कल्ली एक एसोसिएशन नहीं रह गई है हजारां दी तादाद दे विच मशरूम जांगो एसोसिएशनस इत्थे आ रही ने ते मेरी पिछे जे एक होर लिबरल पार्टी दे एक लीडर नाल गलबात हो रही सी ते उन्हां दी परेशानी है कि असी किस पार्टी नू ट्रस्ट करिए किस पार्टी नू असी अगे जाके हेल्प करिए क्योंकि हर दूसरे दिन नवी पार्टी या नवी एसोसिएशन इत्थे आ जांदी है ते क्योंकि तुसी दोनों डिफरेंट पार्टीज दे नुमाइंदे हो और थोड़ा दोनों दा मोटिव ए हैगा कि तुसी एक गैप जड़ा हैगा उनू ब्रिज आउट करो ताकि साडी जड़ी कम्यूनिटी है उन्हां दी आवाज या उन्हां दे मुद्दे जड़े उपर लेवल तक पहुंच सकन ते थोड़ा एदे पूरे पूरी गलबात बारे की विचार है कि जिन्नी ज्यादा एसोसिएशन साडियां होणगियां इत्थे की वो साडी फेवर दे विच है या वो साडे नेगेटिव जा सकदियां ने। सर जी पहला इस सवाल का जवाब देना चाहांगा अच्छा इस तरह जी के चीज है ना कि अपने इथे इस वे जो है जो माहौल है अपने कॉन्टीनेंटल खास करके इंडियन कम्युनिटी दे विच के जदों भी पांच बंदे इकट्ठे होंगे ने क्योंकि ये लीगल रिक्वायरमेंट है इनकॉर्पोरेशन
ਐਕਟ ਦੀ ਐਟਲੀਸਟ ਨਿਊ ਸਾਊਥ ਵੇਲਸ ਦੇ ਅੰਦਰ ਕੇ ਪੰਜ ਮੈਂਬਰ ਹੋਣੇ ਜ਼ਰੂਰੀ ਹੁੰਦੇ ਆ, ਤੇ ਜਦੋਂ ਪੰਜ ਬੰਦੇ ਇਕੱਠੇ ਹੁੰਦੇ ਨੇ ਇੱਕ ਐਸੋਸੀਏਸ਼ਨ ਬਣਾ ਲੈਂਦੇ ਨੇ, ਉਹ ਐਸੋਸੀਏਸ਼ਨ ਇੰਨੀਆਂ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ, ਉਹ ਇੰਨੀਆਂ ਐਸੋਸੀਏਸ਼ਨ ਬਣ ਚੁੱਕੀਆਂ ਕਿ ਹੁਣ ਉਹਨਾਂ ਦੇ ਨਾਂ ਰੱਖਣੇ ਵੀ ਔਖੇ ਹੋ ਗਏ ਨੇ। ਉਹ ਨਾਂ ਰੱਖਣ ਵਾਸਤੇ ਵੀ ਹੁਣ ਉਹ ਪਹਿਲਾਂ ਤੇ ਇੰਡੀਆ ਦਾ ਨਾਂ ਵਿੱਚ ਹੁੰਦਾ ਸੀ ਹਰੇਕ ਐਸੋਸੀਏਸ਼ਨ ਦੇ, ਫਿਰ ਉਹ ਕੱਟ ਕੇ ਪੰਜਾਬ, ਹਰਿਆਣਾ ਤੇ ਦਿੱਲੀ ਤੇ ਮਦਰਾਸ ਤੇ ਬਹੁਤ ਸਾਰੇ ਨਾਂ ਰੱਖਣ ਲੱਗ ਗਏ, ਫਿਰ ਉਹ ਵੀ ਖਤਮ ਹੋ ਗਏ, ਤੇ ਫਿਰ ਉਸ ਤੋਂ ਬਾਅਦ ਆਪਣੇ ਸ਼ਹਿਰਾਂ ਦੇ, ਆਪਣੇ ਜ਼ਿਲ੍ਹਿਆਂ ਦੇ, ਹੁਣ ਉੱਥੋਂ ਤੱਕ ਨੌਬਤ ਆ ਗਈ ਹੈ ਕਿ ਕੱਲ ਨੂੰ ਤੁਸੀਂ ਸੁਣੋਗੇ ਕਿ ਆਪਣੇ ਪਿੰਡਾਂ ਦੇ ਨਾਂ ਤੋਂ ਹੀ ਐਸੋਸੀਏਸ਼ਨ ਬਣਨੀ ਸ਼ੁਰੂ ਹੋ ਗਈ ਹੈ। ਸੋ ਰੀਅਲੀ ਇਟ ਇਜ਼ ਏ ਫਰੈਗਮੈਂਟਡ ਐਂਡ ਡਿਵਾਈਡਡ ਕਮਿਊਨਿਟੀ ਐਟ ਦਿਸ ਪੁਆਇੰਟ ਆਫ ਟਾਈਮ। ਜੇ ਤੁਸੀਂ ਇਸ ਚੀਜ਼ ਨੂੰ ਵੇਖੋਗੇ ਕਿ ਕਿੰਨੀਆਂ ਐਸੋਸੀਏਸ਼ਨਸ ਨੇ, ਮੈਂ ਇਹ ਨਹੀਂ ਕਹਿੰਦਾ ਕਿ ਆਪਣੀ ਕਮਿਊਨਿਟੀ ਡਿਵਾਈਡਡ ਹੈ, ਬਿਲਕੁਲ ਨਹੀਂ। ਮੇਰੇ ਕੋਲ ਇਸ ਚੀਜ਼ ਦਾ ਸਬੂਤ ਹੈ ਕਿ ਪਿਛਲੇ ਸਾਲ ਜਦੋਂ ਮੈਂ ਕੌਂਸਲ ਦੇ ਇਲੈਕਸ਼ਨ ਵਿੱਚ ਖੜਾ ਹੋਇਆ, ਹਾਲਾਂਕਿ ਸਾਡੇ ਇਲਾਕੇ ਦੇ ਵਿੱਚ 36,000 ਵੋਟਰਾਂ ਦੇ ਵਿੱਚੋਂ ਕੋਈ ਤਕਰੀਬਨ 1,000 ਤੋਂ ਵੱਧ ਨਹੀਂ ਸੀ ਆਪਣੇ ਪਰਸਨਲ ਵੋਟਰ, ਰਿਗਾਰਡਲੈਸ ਕਿ ਕੋਈ ਕਿਸੇ ਲੇਬਰ ਪਾਰਟੀ ਦਾ ਸੀ, ਲਿਬਰਲ ਪਾਰਟੀ ਦਾ ਸਪੋਰਟਰ ਸੀ, ਜਾਂ ਕਿਸੇ ਗ੍ਰੀਨ ਦਾ ਸਪੋਰਟਰ ਸੀ, ਚਾਹੇ ਕਿ ਉਹ ਸਾਡੇ ਕੰਸਟੀਚੁਏਸ਼ਨ ਸੋਰੀ ਕੰਸਟੀਚੁਐਂਸੀ ਦੇ ਅੰਦਰ ਸੀ ਜਾਂ ਨਹੀਂ ਸੀ, ਮੈਨੂੰ ਗਲੋਬਲ ਸਪੋਰਟ ਮਿਲੀ। ਔਰ ਇਸੇ ਤਰ੍ਹਾਂ ਨਾਲ ਲੇਬਰ ਪਾਰਟੀ ਵੱਲੋਂ ਦੋ ਕੌਂਸਲਰ ਜੋ ਚੁਣੇ ਗਏ ਨੇ ਸਿਡਨੀ ਮੈਟਰੋਪੋਲੀਟਨ ਏਰੀਆ ਦੇ ਅੰਦਰ, ਸੂਜ਼ਰ ਬੈਂਜਮਿਨ ਬਲੈਕਟਾਊਨ ਦੇ ਵਿੱਚ ਤੇ ਆਪਣੇ ਰਾਜਬਤਾ ਸਾਹਿਬ ਸ਼ੈਟਫੀਲਡ ਦੇ ਵਿੱਚ, ਉਹ ਦੋਨੋਂ ਲੇਬਰ ਦੇ ਨੇ, ਉਹਨਾਂ ਨੂੰ ਵੀ ਪੂਰੀ ਹਿੰਦੁਸਤਾਨੀ ਕਮਿਊਨਿਟੀ ਸਪੋਰਟ ਮਿਲੀ, ਪੂਰੀ ਸਬਕੋਂਟੀਨੈਂਟਲ ਕਮਿਊਨਿਟੀ ਸਪੋਰਟ ਮਿਲੀ। ਇੱਥੋਂ ਤੱਕ ਕਿ ਮੈਨੂੰ ਮੇਰੇ ਪਾਕਿਸਤਾਨੀ ਭਰਾਵਾਂ ਨੇ, ਜਿੱਥੇ ਕਿ ਮੈਂ ਓਵਨ ਦੇ ਇਲਾਕੇ ਦੇ ਵਿੱਚ ਮੇਰੇ ਕਾਫੀ ਦੋਸਤ ਨੇ, ਕਲਾਇੰਟ ਨੇ, ਜਿਨ੍ਹਾਂ ਵਾਸਤੇ ਮੈਂ ਕੰਮ ਕਰਦਾ ਹਾਂ, ਉਹਨਾਂ ਨੇ ਮੈਨੂੰ ਸਪੋਰਟ ਕੀਤਾ, ਮੋਰਲ ਸਪੋਰਟ ਤੇ ਅਦਰਵਾਈਜ਼ ਮੈਂ ਕਾਫੀ ਸਪੋਰਟ ਕੀਤੀ, ਵਾਲੰਟੀਅਰ ਵੀ ਕੀਤਾ। ਸੋ ਮੈਂ ਨਹੀਂ ਕਹਿੰਦਾ ਕਿ ਆਪਣੀ ਕਮਿਊਨਿਟੀ ਡਿਵਾਈਡਡ ਹੈ, ਲੇਕਿਨ ਜੇ ਆਪਾਂ ਇਸ ਪਹਿਲੂ ਨੂੰ ਵੇਖੀਏ, ਇਸ ਪਹਿਲੂ ਦੇ ਪੱਖੋਂ ਵੇਖੀਏ, ਤੇ ਜ਼ਰੂਰ ਇਹ ਨਜ਼ਰ ਆਉਂਦਾ ਕਿ ਆਪਣੀ ਕਮਿਊਨਿਟੀ ਬੜੀ ਡਿਵਾਈਡਡ ਹੈ। ਹਰ ਕੋਈ ਜਦੋਂ ਪੰਜ ਬੰਦੇ ਉੱਠ ਕੇ ਤੇ $100 ਦੀ ਚੀਜ਼ ਦੇ ਕੇ ਆਪਣਾ ਇਨਕੋਰਪੋਰੇਟ ਹੋ ਜਾਂਦੇ ਨੇ, ਉਹ ਜੋ ਜੋ ਸਾਹਮਣੇ ਮੈਂ ਹੁਣ ਉਸਨੂੰ ਕਿਵੇਂ ਤੁਹਾਨੂੰ ਬਿਆਨ ਕਰਾਂ ਕਿ ਜੋ ਪਹਿਲਾਂ ਤੋਂ ਜਿਹੜੀ ਕਮਿਊਨਿਟੀ, ਵਾਈਡਰ ਕਮਿਊਨਿਟੀ, ਆਸਟ੍ਰੇਲੀਅਨ ਕਮਿਊਨਿਟੀ ਹੈ, ਜੋ ਇੱਥੋਂ ਦੀ ਸਾਡੇ ਤੋਂ ਪਹਿਲਾਂ ਆ ਕੇ ਸੈਟਲ ਹੋਏ ਨੇ, ਉਹਨਾਂ ਨੂੰ ਇਹ ਲੱਗਦਾ ਕਿ ਇਹਨਾਂ ਦੀ ਆਪਸ ਦੇ ਵਿੱਚ ਕੋਈ ਯੂਨਿਟੀ ਨਹੀਂ ਹੈਗੀ, ਬੜੇ ਡਾਇਵਰਸ ਲੋਕ ਹੈਗੇ ਨੇ। ਔਰ ਤੁਹਾਡੀ ਗੱਲ ਬਿਲਕੁਲ ਸਹੀ ਹੈ, ਉਹ ਇਹ ਸਵਾਲ ਪੁੱਛਦੇ ਨੇ ਵੀ ਅਸੀਂ ਕਿਹਦੇ ਨਾਲ ਗੱਲ ਕਰੀਏ, ਕੌਣ ਤੁਹਾਡਾ ਲੀਡਰ ਹੈ, ਕਿਹੜੀ ਕਮਿਊਨਿਟੀ ਹੈ, ਤੁਸੀਂ ਕਿਸ ਤੋਂ ਬਿਲੋਂਗ ਕਰਦੇ ਹੋ। ਤੇ ਉਹ ਮੈਂ ਇੱਕ ਹੋਰ ਵੀ ਤੁਹਾਨੂੰ ਤੁਹਾਡਾ ਧਿਆਨ ਇੱਕ ਹੋਰ ਪਾਸੇ ਵੀ ਲਿਆਉਣਾ ਚਾਹਾਂਗਾ, ਜਿੱਥੇ ਕਿ ਆਪਾਂ ਜੇ ਹਿੰਦੁਸਤਾਨ ਦੀ ਹਿਸਟਰੀ ਨੂੰ ਦੇਖੀਏ, ਪ੍ਰੀ ਇੰਡੀਪੈਂਡੈਂਸ, ਪ੍ਰੀ ਪਾਰਟੀਸ਼ਨ ਦੇ ਟਾਈਮ ਨੂੰ, ਤੇ ਇੱਕ ਫਰੇਜ਼ ਹੁੰਦਾ ਸੀ ਜਿੱਥੇ ਕਹਿੰਦੇ ਸੀ ਕਿ ਜੋ ਰੂਲਿੰਗ ਕਮਿਊਨਿਟੀ ਸੀ, ਜੋ ਗੁਰੂ ਸਨ, ਜੋ ਰੂਲ ਕਰਦੇ ਸਨ ਹਿੰਦੁਸਤਾਨ ਦੇ ਉੱਤੇ, ਜੋ ਰਾਜ ਸੀ, ਉਹਨਾਂ ਦੀ ਪੋਲਿਸੀ ਸੀ ਡਿਵਾਈਡ ਐਂਡ ਰੂਲ, ਤੇ ਉਹ ਡਿਵਾਈਡ ਕਰਦੇ ਸਨ ਤੇ ਰੂਲ ਕਰਦੇ ਸਨ। ਤੇ ਇੱਥੇ ਹੁਣ ਇਸ ਤਰ੍ਹਾਂ ਲੱਗਦਾ ਕਿ ਅਸੀਂ ਤਾਂ ਆਲਰੇਡੀ ਡਿਵਾਈਡ ਹੀ ਰਹਿ ਗਏ ਹਾਂ, ਤੇ ਸਾਨੂੰ ਤੇ ਫਰਦਰ ਡਿਵਾਈਡ ਕਰਨ ਦੀ ਲੋੜ ਹੀ ਨਹੀਂ। ਸੋ ਇਹ ਜਿਹੜੀ ਚੀਜ਼ ਹੈ, ਮੇਰੀ ਕਈ ਫੋਰਮ ਦੇ ਉੱਤੇ, ਕਈ ਪਲੇਟਫਾਰਮ ਦੇ ਉੱਤੇ ਇਹ ਗੱਲਾਂ ਹੋਈਆਂ ਨੇ, ਇੱਥੋਂ ਤੱਕ ਕਿ ਜੋ ਇੰਡੀਅਨ ਸਰਕਾਰ ਦੇ ਜੋ ਨੁਮਾਇੰਦੇ ਨੇ ਕੌਂਸਲ ਜਨਰਲ ਸਾਹਿਬ, ਉਹਨਾਂ ਦੇ ਨਾਲ ਵੀ ਪਿੱਛੇ ਜਿਹੇ ਇਸ ਬਾਰੇ ਤੇ ਗੱਲ ਹੋਈ ਹੈ। ਉਹਨਾਂ ਦਾ ਵੀ ਕਹਿਣਾ ਇਹ ਹੈ ਕਿ ਜੋ ਹਿੰਦੁਸਤਾਨ ਦੀ ਜਾਂ ਸਬਕੋਂਟੀਨੈਂਟ ਦੀ ਸਮਝੋ ਜੋ ਇਮੇਜ ਹੈ, ਜੋ ਪਿਕਚਰ ਹੈ, ਉਹ ਬੜੀ ਗਲਤ ਤਰੀਕੇ ਨਾਲ ਇਸ ਵੇਲੇ ਪੇਸ਼ ਹੋ ਰਹੀ ਹੈ ਕਿ ਸਾਡੇ ਡਾਇਸਪੋਰਾ ਜਿਹੜਾ ਹੈ, ਇੰਡੀਅਨ ਡਾਇਸਪੋਰਾ, ਉਹਦੇ ਅੰਦਰ ਕੋਈ ਕੋਈ ਏਕਤਾ ਨਹੀਂ ਹੈਗੀ, ਕੋਈ ਕੋਈ ਮੁਸ਼ਤਰਕਾ, ਜਿਵੇਂ ਰਾਜ ਸਾਹਿਬ ਜਿਵੇਂ ਕੋਈ ਮੁਸ਼ਤਰਕਾ ਗੱਲ ਨਹੀਂ ਅਸੀਂ ਕਰ ਰਹੇ ਹਾਂ, ਕੋਈ ਸਾਹਮਣੇ ਇੱਕ ਪਿਕਚਰ ਨਹੀਂ ਲਿਆ ਰਹੇ, ਅਸੀਂ ਛੋਟੀਆਂ ਛੋਟੀਆਂ ਫਰੈਗਮੈਂਟਡ ਦਾ ਜਿਗਸਾ ਪੀਸਿਸ ਦਿਖਾ ਰਹੇ ਹਾਂ ਉਹਨਾਂ ਨੂੰ। ਸੋ ਮੇਰੇ ਸਾਰੇ ਤੁਹਾਡੇ ਸੁਣਨ ਵਾਲਿਆਂ ਨੂੰ ਵੀ, ਸਾਰੇ ਜਿੰਨੀਆਂ ਜਥੇਬੰਦੀਆਂ ਨੇ, ਜੋ ਇੰਡੀਅਨ ਜਥੇਬੰਦੀਆਂ ਜਾਂ ਸਬਕੋਂਟੀਨੈਂਟਲ ਜਥੇਬੰਦੀਆਂ ਹੋਣ ਦਾ ਦਾਅਵਾ ਕਰਦੀਆਂ ਨੇ, ਅਪਾਰਟ ਫਰੋਮ ਪੋਲੀਟੀਕਲ
ਮੇਨ ਸਟ੍ਰੀਮ ਐਫੀਲੀਏਸ਼ਨ ਜੋ ਪੋਲੀਟੀਕਲ ਐਨ ਜੀ ਓ ਟਾਈਪ ਨੇ ਜੇਕਰ ਅਸੀਂ ਜਾਂ ਕਲਚਰਲ ਐਥਨਿਕਲ ਐਥਨਿਕ ਸੋਸਾਇਟੀਜ਼ ਨੇ ਜਾਂ ਐਸੋਸੀਏਸ਼ਨ ਨੇ ਉਹ ਸਾਰਿਆਂ ਨੂੰ ਬੇਨਤੀ ਹੈ ਕਿ ਸਾਨੂੰ ਕੋਈ ਇੱਕ ਅੰਬਰੇਲਾ ਜੇ ਅਸੀਂ ਆਪਣੀਆਂ ਛੋਟੀਆਂ ਛੋਟੀਆਂ ਐਸੋਸੀਏਸ਼ਨ ਰੱਖਣਾ ਚਾਹੁੰਦੇ ਹਾਂ ਬੜੇ ਸ਼ੌਕ ਨਾਲ ਰੱਖੀਏ ਪਰ ਅਸੀਂ ਅੱਗੇ ਵੱਧ ਕੇ ਕੁਛ ਜਣੇ ਆਪਣੇ ਵੱਲੋਂ ਇੱਕ ਅੰਬਰੇਲਾ ਬਾਡੀ ਜਿਵੇਂ ਕਿ ਇੱਕ ਆਲਰੇਡੀ ਐਗਜਿਸਟਿੰਗ ਹੈ ਯੂਨਾਈਟਿਡ ਇੰਡੀਅਨ ਐਸੋਸੀਏਸ਼ਨ ਜਿਹਨਾਂ ਦੇ ਕੋਈ ਮੇਰੇ ਖਿਆਲ ਨਾਲ 15 or 20 ਮੈਂਬਰ ਨੇ ਡਿਫਰੈਂਟ ਛੋਟੀਆਂ ਆਰਗਨਾਈਜੇਸ਼ਨ ਜਾਂ ਤੇ ਸਾਰੇ ਇਕੱਠੇ ਹੋ ਕੇ ਇੱਕੋ ਅੰਬਰੇਲਾ ਥੱਲੇ ਆ ਜਾਈਏ ਜਾਂ ਘੱਟੋ ਘੱਟ ਅਸੀਂ ਜੇ ਇੱਕ ਦੇ ਥੱਲੇ ਨਹੀਂ ਆ ਸਕਦੇ ਜੇ ਡਿਫਰੈਂਸਿਸ ਆਫ ਓਪੀਨੀਅਨ ਹੈਗੇ ਨੇ ਵਿਚ ਇਜ਼ ਕੁਆਇਟ ਹੈਲਥੀ ਡਿਫਰੈਂਸ ਆਫ ਓਪੀਨੀਅਨ ਹੋਣਾ ਔਰ ਵਿਚਾਰਧਾਰਾ ਨੂੰ ਅਲੱਗ ਹੋਣਾ ਇੱਕ ਬਹੁਤ ਅੱਛੀ ਗੱਲ ਹੈ ਔਰ ਉਸ ਤੋਂ ਬਗੈਰ ਕੰਪੀਟੀਸ਼ਨ ਵੀ ਨਹੀਂ ਹੁੰਦਾ ਉਸ ਤੋਂ ਬਗੈਰ ਡੈਮੋਕਰੇਟਿਕ ਪ੍ਰੋਸੈਸ ਵੀ ਕੰਪਲੀਟ ਨਹੀਂ ਹੁੰਦਾ ਸੋ ਵਿਚਾਰਧਾਰਾ ਅਲੱਗ ਹੋਣਾ ਜ਼ਰੂਰੀ ਹੈ ਔਰ ਇਹ ਮੁਮਕਿਨ ਨਹੀਂ ਬਿਲਕੁਲ ਵੀ ਕਿ ਸਾਰੀਆਂ ਦੀਆਂ ਸਾਰੀਆਂ ਛੋਟੀਆਂ ਆਰਗਨਾਈਜੇਸ਼ਨ ਕਿਸੇ ਇੱਕ ਯੂਨੀਫਾਈਡ ਅੰਬਰੇਲਾ ਬਾਡੀ ਦੇ ਥੱਲੇ ਆ ਜਾਣ ਮੁਮਕਿਨ ਵੀ ਨਹੀਂ ਤੇ ਹੋਣਾ ਵੀ ਨਹੀਂ ਚਾਹੀਦਾ ਸੋ ਬੇਨਤੀ ਹੈ ਸਾਰਿਆਂ ਨੂੰ ਮੈਂ ਇਹ ਉਤਸ਼ਾਹ ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਘੱਟੋ ਘੱਟ ਇਹ ਜਿਹੜੀਆਂ ਅੰਬਰੇਲਾ ਬਾਡੀਜ਼ ਹੈ ਇੱਕ ਦੀ ਬਜਾਏ ਦੋ ਜਾਂ ਤਿੰਨ ਜਾਂ ਚਾਰ ਹੋ ਜਾਣ ਤਾਂ ਵੀ ਠੀਕ ਹੈ ਚਲ 100 ਤੋਂ ਉੱਤੇ ਜਿਹੜੀਆਂ ਇਸ ਵੇਲੇ 110 ਤੋਂ ਉੱਤੇ ਇੰਡੀਅਨ ਐਸੋਸੀਏਸ਼ਨ ਨੇ ਜੀ ਦੇ ਅੰਦਰ ਰਜਿਸਟਰਡ ਪਾਪੂਲੇਸ਼ਨ ਜੋ ਸਾਡੇ ਤੋਂ ਪਹਿਲਾਂ ਆਈ ਹੋਈ ਹੈ ਉਹਨਾਂ ਨੂੰ ਅਸੀਂ ਇੱਕ ਏਕਤਾ ਯੂਨਿਟੀ ਔਰ ਆਪਣਾ ਇੱਕ ਮੁੱਠ ਹੋ ਕੇ ਜੋ ਅਸੀਂ ਦਿਖਾ ਸਕਦੇ ਹਾਂ ਔਰ ਜੋ ਅਸੀਂ ਉਹਨਾਂ ਨੂੰ ਆਪਣੇ ਕਾਇਲ ਕਰ ਸਕਦੇ ਹਾਂ ਉਹ ਅਸੀਂ 110 ਅਲੱਗ ਅਲੱਗ ਬੰਦੇ ਹੋ ਕੇ ਕਦੇ ਵੀ ਨਹੀਂ ਕਰ ਸਕਦੇ ਜੀ ਜੀ ਸਾਰੂ ਜੀ ਕਿਉਂਕਿ ਮੈਂ ਉਹੀ ਉਹੀ ਕਹਿਣਾ ਭਰਜਾਈਆਂ ਨੇ ਹੁਣ ਤੁਹਾਨੂੰ ਸ਼ਾਮਤ ਆ ਜਾਣੀ ਹੈ ਤੁਹਾਡਾ ਵੀ ਖਾਣਾ ਠੰਡਾ ਹੋ ਰਿਹਾ ਨਾਲ ਜਿੰਨੀ ਦੇਰ ਤੋਂ ਤੁਸੀਂ ਬੋਲ ਰਹੇ ਸੀ ਮੈਂ ਖਾਈ ਜਾ ਰਿਹਾ ਸੀ ਨਾਲ ਮੈਂ ਆਪਣਾ ਡਿਨਰ ਵੀ ਖਤਮ ਕਰ ਲਿਆ ਮੈਂ ਵੀ ਉਦੋਂ ਨਾ ਕਾਰ ਦੇ ਵਿੱਚ ਬਹਿ ਕੇ ਤੇ ਕੰਨਾਂ ਦੇ ਵਿੱਚ ਲਾ ਕੇ ਸਪੀਕਰ ਤੇ ਕਾਰ ਚਲਾ ਰਿਹਾ ਤੇ ਅਜੇ ਮੈਂ 10 ਮਿੰਟ ਪੋਲੀਟੀਸ਼ੀਅਨ ਬਣਨ ਤੋਂ ਬਾਅਦ ਨਾ ਇਹ ਇੱਕ ਗੁਰ ਸਿੱਖਿਆ ਹੈਗਾ ਕਿ ਜਿਹੜੀਆਂ ਗੱਲਾਂ ਬਾਤਾਂ ਦਾ ਕੰਮ ਹੈ ਉਹ ਗੱਡੀ ਚਲਾਉਣ ਵੇਲੇ ਕਰੀਦਾ ਹੁੰਦਾ ਪਰ ਉਹਦੇ ਵਿੱਚ ਭਾਜੀ ਇੱਕ ਹੋਰ ਵੀ ਹੈ ਨਾ ਕਿ ਤੁਸੀਂ ਹੁਣ ਜਿੰਨੇ ਆਰਗੂਮੈਂਟਸ ਕੀਤੇ ਨੇ ਇਹਦੇ ਵਿੱਚ ਤੁਸੀਂ ਕੋਈ ਕੰਕਲੂਡ ਨਹੀਂ ਕੀਤਾ ਤੁਸੀਂ ਕਦੀ ਉਹਦੇ ਅਗੇਂਸਟ ਹੋ ਜਾਂਦੇ ਹੋ ਕਦੀ ਉਹਦੀ ਫੇਵਰ ਚ ਹੋ ਜਾਂਦੇ ਹੋ ਕਿ ਕਮਿਊਨਿਟੀ ਹੋਣੀ ਚਾਹੀਦੀ ਹੈ ਐਸੋਸੀਏਸ਼ਨ ਹੋਣੀਆਂ ਚਾਹੀਦੀਆਂ ਨੇ ਨਹੀਂ ਹੋਣੀਆਂ ਚਾਹੀਦੀਆਂ ਇੱਕ ਤੇ ਇਹ ਗੱਲ ਮੈਨੂੰ ਟੋਟਲ ਤੁਹਾਡੀ ਤੁਹਾਡਾ ਪੁਆਇੰਟ ਆਫ ਵਿਊ ਦੀ ਸਮਝ ਨਹੀਂ ਆਈ ਨੰਬਰ 1 ਹੁਣ ਫਿਰ ਮੈਂ ਅਗਲੀ ਗੱਲ ਕਰਾਂ ਨਾ ਹੁਣ ਫਿਰ ਮੌਕਾ ਮੈਨੂੰ ਦੇ ਦਿਓ ਨਾ ਹੁਣ ਧੰਨਵਾਦ ਉਹ ਤੁਹਾਡਾ ਪਹਿਲਾ ਸਵਾਲ ਇਹ ਸੀਗਾ ਕਿ ਤੁਸੀਂ ਇਹ ਸਮਝ ਸਕੋ ਜੀ ਉਹ ਤੁਹਾਡਾ ਕੁਐਸਚਨ ਇਹ ਸੀ ਕਿ ਜਿਹੜੀ ਗ੍ਰਾਂਟ ਮਿਲਦੀ ਹੈ ਗੁਰਦੁਆਰੇ ਨੂੰ ਜਾਂ ਕਮਿਊਨਿਟੀ ਨੂੰ ਉਹ ਇਲੈਕਸ਼ਨ ਤੋਂ ਫੌਰਨ ਪਹਿਲੇ ਹੀ ਕਿਉਂ ਜੀ ਨੰਬਰ 1 ਮੈਂ ਤੁਹਾਡੇ ਸਾਰੇ ਲਿਸਨਰਸ ਨੂੰ ਇਹ ਦੱਸਣਾ ਚਾਹੁੰਦਾ ਕਿ ਵੀ ਇੱਕ ਜਿਹੜੀ ਗ੍ਰਾਂਟ ਦਾ ਸਿਸਟਮ ਹੁੰਦਾ ਹੈ ਇਹ ਬਹੁਤ ਹੀ ਸਟ੍ਰਿੰਜੈਂਟ ਕਿਸਮ ਦਾ ਇੱਕ ਸਿਸਟਮ ਹੁੰਦਾ ਕਿ ਤੁਸੀਂ ਪਹਿਲੇ ਐਪਲੀਕੇਸ਼ਨਾਂ ਤੁਹਾਡੇ ਕੋਲ ਇਨਵਾਈਟ ਕੀਤੀਆਂ ਜਾਂਦੀਆਂ ਨੇ ਤੁਸੀਂ ਐਪਲੀਕੇਸ਼ਨਾਂ ਭਰਦੇ ਹੋ ਫਿਰ ਤੁਸੀਂ ਆਪਣੇ ਪ੍ਰੋਜੈਕਟਸ ਦੇ ਬਾਰੇ ਜਿਹੜਾ ਗ੍ਰਾਂਟ ਡਿਪਾਰਟਮੈਂਟ ਹੈ ਕਮਿਊਨਿਟੀ ਸੈਟਲਮੈਂਟ ਵਾਲੇ ਉਹ ਪ੍ਰੋਜੈਕਟਸ ਕੱਢਦੇ ਨੇ ਇਹਦੀ ਕਮਿਊਨਿਟੀ ਵੇਰੀਅਸ ਕਮਿਊਨਿਟੀਜ਼ ਵਿੱਚ ਇਹ ਪ੍ਰੋਜੈਕਟਸ ਜਿਹੜੇ ਨੇ ਇਹ ਹੋਣੇ ਚਾਹੀਦੇ ਨੇ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ ਕਿ ਅਫਗਾਨੀ ਕਮਿਊਨਿਟੀ ਦੇ ਵਿੱਚ ਕੰਪਿਊਟਰ ਲਿਟਰੇਸੀ ਦੇ ਬਾਰੇ ਦੇ ਵਿੱਚ ਉਹਨਾਂ ਨੇ ਸਰਵੇ ਕੀਤਾ ਕਿ ਜਿਹੜੇ ਲੋਕ ਨੇ ਜੋਬ ਨਹੀਂ ਕਰ ਰਹੇ ਜਾਂ ਓਲਡ ਏਜ ਨੇ ਉਹਨਾਂ ਨੂੰ ਕੰਪਿਊਟਰ ਦੀ ਅਵੇਅਰਨੈਸ ਹੋਣੀ ਚਾਹੀਦੀ ਹੈ ਉਹਨਾਂ ਵਾਸਤੇ ਉਹਨਾਂ ਨੇ ਇੱਕ ਪ੍ਰੋਜੈਕਟ ਕੱਢਿਆ ਜਿਹੜੀ ਕਿ ਅਫਗਾਨੀ ਕਮਿਊਨਿਟੀ ਨੇ ਉਹਦੇ ਵਾਸਤੇ ਅਪਲਾਈ ਕੀਤਾ ਔਰ ਉਹਨਾਂ ਦੀ $150,000 ਗ੍ਰਾਂਟ ਹੁਣ ਅਪਲਾਈ ਅਪਰੂਵ ਹੋਈ ਯੂ ਸੀ ਦੈਟ ਕਿ ਇੱਕ ਪ੍ਰੋਸੈਸ ਹੈਗਾ ਇਟਸ ਨੋਟ ਦੈਟ ਕਿ ਵੀ ਸਵੇਰੇ ਉੱਠ ਕੇ ਗੁਰਦੁਆਰੇ ਵਾਲੇ ਜਿਹੜੇ ਨੇ ਉਹ ਕਹਿੰਦੇ ਜੀ ਸਾਨੂੰ 7 ਲੱਖ ਦੇ ਦਿਓ ਤੇ ਉਹ ਦੇ ਦੇਣਗੇ ਇਟ ਡਜ਼ਨਟ ਵਰਕ ਦਿਸ ਵੇ ਇਟਸ ਅ ਸਟ੍ਰਿੰਜੈਂਟ ਪ੍ਰੋਸੈਸ ਇੱਕ ਲੈਂਥੀ ਪ੍ਰੋਸੈਸ ਹੈ ਜਿਹਦੇ ਵਿੱਚ ਤੁਹਾਨੂੰ ਐਪਲੀਕੇਸ਼ਨ ਦੇਣੀ ਪੈਂਦੀ ਐਪਲੀਕੇਸ਼ਨ ਦੇ ਨਾਲ ਆਪਣੇ ਪ੍ਰੋਜੈਕਟ ਦੀ ਐਕਸਪਲੇਨੇਸ਼ਨ ਕਰਨੀ ਪੈਂਦੀ ਫਿਰ ਪ੍ਰੋਜੈਕਟ ਨੂੰ ਅਗਰ ਉਹ ਉਹਨਾਂ ਦੇ ਉਹਨਾਂ ਦੀ ਕੰਡੀਸ਼ਨ ਦੇ ਨਾਲ ਕੰਪਲਾਈ ਨਾ ਕਰਦਾ ਹੋਵੇ ਫਿਰ ਉਹ ਤੁਹਾਨੂੰ ਐਪਲੀਕੇਸ਼ਨ ਵਾਪਸ ਕਰਦੇ ਨੇ ਤੁਹਾਨੂੰ ਫਰਦਰ ਐਵੀਡੈਂਸ ਮੰਗਦੇ ਨੇ ਇਟ ਇਜ਼ ਅ ਕਾਇੰਡ ਆਫ
ਆਨ ਗੋਇੰਗ ਪ੍ਰੋਸੈਸ ਫੋਰ ਸਮ ਟਾਈਮ ਕਿ ਇਹ ਹੁਣ ਅਗਰ ਤੁਸੀਂ ਜਾਂ ਮੇਰੇ ਗੁਰਦੀਪ ਸਾਹਿਬ ਜਿਹੜੇ ਨੇ ਉਹ ਇਹ ਕਹਿਣਾ ਚਾਹੁਣ ਕਿ ਲੇਬਰ ਪਾਰਟੀ ਨੇ ਜਾਣ ਕੇ ਇਲੈਕਸ਼ਨ ਤੋਂ ਪਹਿਲਾਂ ਦਿੱਤੀ ਹੈ ਤੇ ਮੈਂ ਇਹਨਾਂ ਨੂੰ ਰਿਮਾਇੰਡ ਕਰਾਉਣਾ ਚਾਹਾਂਗਾ ਕਿ ਹਾਵਰਡ ਟਾਈਮ ਦੇ ਉੱਤੇ ਵੀ 3,000 ਲੋਕਾਂ ਦੇ ਘਰਾਂ ਦੇ ਵਿੱਚ ਪਹੁੰਚਿਆ ਸੀਗਾ ਕਿ ਵੀ $3,000 ਜਿਹੜਾ ਉਹ ਸਾਰਿਆਂ ਨੂੰ ਦਿੱਤਾ ਗਿਆ ਸੀ ਸੋ ਇਹ ਇਹ ਇੱਕ ਪ੍ਰੋਸੈਸ ਹੈਗਾ ਪੋਲੀਟੀਕਲ ਪ੍ਰੋਸੈਸ ਜਿਹਦੇ ਵਿੱਚ ਮਤਲਬ ਸਾਰੀਆਂ ਪਾਰਟੀਆਂ ਇਸ ਤਰ੍ਹਾਂ ਕਰਦੀਆਂ ਨੇ ਇਹ ਸਾਡਾ ਇੱਕ ਸਟੈਂਡਰਡ ਨਹੀਂ ਹੋਣਾ ਚਾਹੀਦਾ ਸੋਚਣ ਦਾ ਕਿ ਇਹਦੀ ਹੁਣ ਸਾਨੂੰ ਉਹਨਾਂ ਨੇ ਜਾਣ ਬੁੱਝ ਕੇ ਲਾਲਚ ਦਿੱਤਾ ਹੈ ਤਾਂ ਕਿ ਵੋਟ ਖਰੀਦੇ ਜਾਣ ਮੇਰਾ ਖਿਆਲ ਹੈ ਕਿ ਸਾਨੂੰ ਵੀ ਸ਼ੁੱਡ ਥਿੰਕ ਅਬਾਊਟ ਐਂਡ ਬਿਯੋਂਡ ਦੈਟ ਓਕੇ ਦੂਸਰਾ ਕੁਐਸਚਨ ਜਿਹੜਾ ਹੁਣ ਆਪਣਾ ਗੁਰਦੀਪ ਜੀ ਆਰਗੂਮੈਂਟ ਕਰ ਰਹੇ ਸਨ ਉਹ ਇਹ ਕਰ ਰਹੇ ਸਨ ਕਿ ਜੀ ਐਸੋਸੀਏਸ਼ਨਾਂ ਜਿਹੜੀਆਂ ਨੇ ਉਹ ਜ਼ਿਆਦਾ ਨਹੀਂ ਹੋਣੀਆਂ ਚਾਹੀਦੀਆਂ ਸਾਨੂੰ ਇਹ ਆਪਣੀ ਏਕਤਾ ਸ਼ੋਅ ਕਰਨੀ ਚਾਹੀਦੀ ਯੂਨਿਟੀ ਸ਼ੋਅ ਕਰਨੀ ਚਾਹੀਦੀ ਮੈਂ ਇਹਦੇ ਤੋਂ ਬਾਹਰ ਨਿਕਲ ਕੇ ਅਬਵ ਹੋ ਕੇ ਸੋਚਦਾ ਵਾਂ ਔਰ ਮੈਂ ਤੁਹਾਨੂੰ ਆਪਣਾ ਪੁਆਇੰਟ ਆਫ ਵਿਊ ਦੱਸਣਾ ਚਾਹਾਂਗਾ ਮੈਂ ਸਮਝਦਾ ਕਿ ਅਸੀਂ ਸਾਰੇ ਜਿਹੜੇ ਆ ਉਹ ਆਸਟ੍ਰੇਲੀਅਨ ਆ ਪਹਿਲਾਂ ਸਰ ਆਸਟ੍ਰੇਲੀਅਨ ਕਮਿਊਨਿਟੀ ਵੀ ਆਰ ਪਾਰਟ ਆਫ ਦੀ ਫੈਬਰਿਕ ਜਿਹੜੀ ਕਿ ਨੈਸ਼ਨਲ ਆਸਟ੍ਰੇਲੀਅਨ ਕਮਿਊਨਿਟੀ ਜਿਹੜੀ ਹੈ ਆਸਟ੍ਰੇਲੀਅਨ ਕਮਿਊਨਿਟੀ ਵੀ ਆਰ ਆਸਟ੍ਰੇਲੀਅਨ ਉਹਦੇ ਤੋਂ ਬਾਅਦ ਅਸੀਂ ਅਗਰ ਸੋਸ਼ਲਾਈਜੇਸ਼ਨ ਆਪਣੀ ਕਰਨਾ ਚਾਹੁੰਦੇ ਹਾਂ ਜਾਂ ਆਪਣੇ ਆਪਣੇ ਆਪ ਨੂੰ ਆਪਣੇ ਦੋਸਤਾਂ ਦੇ ਵਿੱਚ ਮੂਵ ਕਰਨਾ ਚਾਹੁੰਦੇ ਹਾਂ ਤੇ ਉਹ ਇੱਕ ਅਲੱਗ ਗੱਲ ਹੈ ਉਹਦੇ ਵਾਸਤੇ ਤੁਹਾਡੇ ਕੋਲ 10,000 ਐਸੋਸੀਏਸ਼ਨ ਹੋਣਾ ਮਤਲਬ ਮੇਨ ਸਟ੍ਰੀਮ ਕਮਿਊਨਿਟੀ ਨੂੰ ਅਸੀਂ ਮੇਨ ਸਟ੍ਰੀਮ ਕਮਿਊਨਿਟੀ ਹੈ ਸਾਡੇ ਚ ਪ੍ਰੋਬਲਮ ਇਹ ਕਿ ਗੁਰਦੀਪ ਜੀ ਦੇ ਆਰਗੂਮੈਂਟ ਇਹ ਸਨ ਕਿ ਜਿਵੇਂ ਅਸੀਂ ਮੇਨ ਸਟ੍ਰੀਮ ਕਮਿਊਨਿਟੀ ਨਹੀਂ ਹੈਗੇ ਅਸੀਂ ਸਿਰਫ 4 lakh ਜਾਂ 5 lakh ਹਾਂ ਤੇ ਸਾਨੂੰ ਡਿਫਰੈਂਟਲੀ ਬਿਹੇਵ ਕਰਨਾ ਚਾਹੀਦਾ ਵਟ ਫੋਰ ਉਹ ਕਿਉਂ ਮਤਲਬ ਅਸੀਂ ਆਸਟ੍ਰੇਲੀਅਨ ਹੈ ਔਰ ਸਾਨੂੰ ਬਿਲਕੁਲ ਆਸਟ੍ਰੇਲੀਅਨ ਤਰ੍ਹਾਂ ਬਿਹੇਵ ਕਰਨਾ ਚਾਹੀਦਾ ਔਰ ਜਿਸ ਤਰ੍ਹਾਂ ਵੀ ਆਸਟ੍ਰੇਲੀਅਨ ਬਿਹੇਵ ਕਰਦੇ ਨੇ ਉਹ ਸਾਡਾ ਬਿਹੇਵ ਹੋਣਾ ਚਾਹੀਦਾ ਅਸੀਂ ਆਪਣੇ ਆਪ ਨੂੰ ਇਹ ਬਿਲਕੁਲ ਨਾ ਸਮਝੀਏ ਕਿ ਮੈਂ ਪਾਕਿਸਤਾਨੀ ਮੈਂ ਇੰਡੀਅਨ ਹਾਂ ਮੈਂ ਅਫਗਾਨੀ ਹਾਂ ਤੇ ਮੈਨੂੰ ਆਪਣੀ ਯੂਨਿਟੀ ਸ਼ੋਅ ਕਰਨੀ ਚਾਹੀਦੀ ਵਟ ਫੋਰ ਕਿਉਂਕਿ ਸਾਡੇ ਕੋਲ ਵੀ ਉਹੀ ਨੀਲਾ ਪਾਸਪੋਰਟ ਹੈ ਜਿਹੜਾ ਆਸਟ੍ਰੇਲੀਅਨ ਕੋਲ ਪਾਸਪੋਰਟ ਹੈਗਾ ਅਸੀਂ ਵੀ ਉਨੀ ਆਸਟ੍ਰੇਲੀਅਨ ਜਿੰਨੇ ਉਹ ਆਸਟ੍ਰੇਲੀਅਨ ਸਾਨੂੰ ਬਿਹੇਵ ਇਹ ਕਰਨਾ ਚਾਹੀਦਾ ਕਿ ਵੀ ਆਰ ਆਸਟ੍ਰੇਲੀਅਨ ਐਂਡ ਵੀ ਸ਼ੁੱਡ ਅਬਾਈਡ ਬਾਈ ਦ ਲੋ ਉਹਦੇ ਤੋਂ ਬਾਅਦ ਸੋਸ਼ਲੀ ਤੁਸੀਂ ਅਗਰ ਆਪਣੇ ਆਪ ਨੂੰ ਇੰਡੀਅਨ ਨਾਲ ਮਿਲਣਾ ਚਾਹੁੰਦੇ ਹੋ ਪਾਕਿਸਤਾਨੀ ਨਾਲ ਮਿਲਣਾ ਚਾਹੁੰਦੇ ਹੋ ਲੈਬਨੀਜ਼ ਨਾਲ ਮਿਲਣਾ ਚਾਹੁੰਦੇ ਹੋ ਇਟਾਲੀਅਨ ਨਾਲ ਮਿਲਣਾ ਚਾਹੁੰਦੇ ਹੋ ਤੁਸੀਂ ਜਿਹਦੇ ਨਾਲ ਮਿਲਣਾ ਚਾਹੁੰਦੇ ਮਿਲੋ ਨੋਬਡੀ ਇਜ਼ ਸਟੋਪਿੰਗ ਯੂ ਬਿਕੋਜ਼ ਆਲ ਐਵਰੀਬਾਡੀ ਇਜ਼ ਪਾਰਟ ਆਫ ਦੀ ਆਸਟ੍ਰੇਲੀਅਨ ਕਮਿਊਨਿਟੀ ਸੋ ਮੈਂ ਇਸ ਗੱਲ ਦੇ ਬਿਲਕੁਲ ਸਖਤ ਖਿਲਾਫ ਹਾਂ ਕਿ ਇੱਕ ਕਮਿਊਨਿਟੀ ਦੇ ਉੱਤੇ ਇਲਜ਼ਾਮ ਲਾਉਣਾ ਕਿ ਜੀ ਇਹ ਯੂਨਿਟੀ ਨਹੀਂ ਹੈਗੀ ਇਹਦੇ ਵਿੱਚ ਜਾਂ ਕੌਂਸਲ ਜਨਰਲ ਦਾ ਜਿਵੇਂ ਇਹਨਾਂ ਨੇ ਹਵਾਲਾ ਦਿੱਤਾ ਕਿ ਜਿਸ ਇੰਡੀਅਨ ਕੌਂਸਲ ਜਨਰਲ ਇਹ ਕਹਿੰਦਾ ਕਿ ਸਾਡੀ ਕਮਿਊਨਿਟੀ ਏਕਤਾ ਨਹੀਂ ਸ਼ੋਅ ਕਰਦੀ ਵਟ ਫੋਰ ਦੇ ਆਰ ਨੋਟ ਇੰਡੀਅਨ ਕਮਿਊਨਿਟੀ ਐਨੀ ਮੋਰ ਦੇ ਆਰ ਆਸਟ੍ਰੇਲੀਅਨ ਸੋ ਵੀ ਸ਼ੁੱਡ ਬਿਹੇਵ ਲਾਈਕ ਆਸਟ੍ਰੇਲੀਅਨ ਕਮਿਊਨਿਟੀ ਐਂਡ ਵੀ ਸ਼ੁੱਡ ਟ੍ਰੀਟ ਅਦਰ ਪੀਪਲ ਔਨ ਅ ਇਕੁਅਲ ਫੁਟਿੰਗ ਐਂਡ ਬਾਅਦ ਵਿੱਚ ਠੀਕ ਹੈ ਸਾਡੀ ਜਿਹੜੀ ਰੂਟਸ ਨੇ ਸਾਡੇ ਕੰਟਰੀ ਦੇ ਨਾਲ ਨੇ ਸਾਡਾ ਰਾਜ ਹੈ ਸਾਡੀ ਮਤਲਬ ਲੈਂਗੁਏਜ ਜਿਹੜੀ ਉਹ ਸਾਂਝੀ ਹੈ ਔਰ ਉਹਦੇ ਫਸਟ ਆਫ ਆਲ ਸਾਨੂੰ ਆਪਣੀ ਕਮਿਊਨਿਟੀ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ ਕਿ ਤੁਸੀਂ ਯੂ ਆਰ ਨੋਟ ਅ ਸੈਕਿੰਡ ਕਲਾਸ ਸਿਟੀਜ਼ਨ ਯੂ ਆਰ ਐਜ਼ ਆਸਟ੍ਰੇਲੀਅਨ ਐਜ਼ ਕੈਵਨ ਰੱਡ ਓਕੇ ਸੋ ਪਹਿਲੀ ਤਾਂ ਇਹ ਗੱਲ ਤਾਂ ਹੋਣੀ ਚਾਹੀਦੀ ਹੈ ਫਿਰ ਉਹਦੇ ਤੋਂ ਬਾਅਦ ਇਹ ਹੋਣਾ ਚਾਹੀਦਾ ਕਿ ਠੀਕ ਹੈ ਸੋਸ਼ਲਾਈਜੇਸ਼ਨ ਵਾਸਤੇ ਤੁਸੀਂ 100 ਐਸੋਸੀਏਸ਼ਨਾਂ ਬਣਾਈਆਂ ਨੇ 50 ਐਸੋਸੀਏਸ਼ਨਾਂ ਬਣਾਈਆਂ ਨੇ ਇੱਕ ਪਿੰਡ ਦੇ ਬੰਦੇ 10 ਰਾਤ ਨੂੰ ਇਕੱਠੇ ਹੋ ਕੇ ਚਾਹ ਪੀ ਰਹੇ ਨੇ ਗੱਪਸ਼ਪ ਲਾ ਰਹੇ ਨੇ ਨਥਿੰਗ ਰੋਂਗ ਵਿਦ ਦੈਟ ਜੀ ਅਗਰ ਅਸੀਂ ਮੇਨ ਸਟ੍ਰੀਮ ਕਮਿਊਨਿਟੀ ਦੇ ਪਾਰਟ ਬਣੀਏ ਤੇ ਸਾਨੂੰ ਆ ਏਕਤਾ ਉਕਤਾ ਵਾਲੀਆਂ ਗੱਲਾਂ ਜਿਹੜੀਆਂ ਨੇ ਇਹ ਸੋਚਣ ਦੀ ਜਾਂ ਕਰਨ ਦੀ ਲੋੜ ਹੀ ਨਹੀਂ ਪੈਂਦੀ ਅਸੀਂ ਤੇ ਕਹਿੰਦੇ ਕਿ ਵੀ ਆਰ ਆਲ ਆਸਟ੍ਰੇਲੀਅਨ ਐਂਡ ਟ੍ਰੀਟ ਅਸ ਲਾਈਕ ਯੂ ਆਰ ਟ੍ਰੀਟਿੰਗ ਵਿਦ ਅਦਰ ਪੀਪਲ ਅੱਛਾ ਸਾਡੇ ਆਪਣਾ ਜਿਹੜਾ ਕੰਪਲੈਕਸ ਹੈ ਅੰਦਰ ਦਾ ਉਹ ਸਾਨੂੰ ਇੱਕ ਛੋਟੇ ਜਿਹੇ ਖੁੱਡੇ ਚ ਵਾੜਨ ਡਿਆ ਖੁੱਡਾ ਜਿਹੜਾ ਜੀ ਇੰਡੀਅਨ ਖੁੱਡਾ ਹੈ ਪਾਕਿਸਤਾਨੀ ਖੁੱਡਾ ਹੈ ਅਫਗਾਨੀ ਖੁੱਡਾ ਵਟ ਫੋਰ ਮੇਰਾ ਖਿਆਲ ਹੈ ਕਿ ਅਸੀਂ ਆਏ ਹੁਣ ਖੁੱਡਿਆਂ ਚੋਂ ਆ ਠੀਕ ਹੈ ਸਾਡੀ ਰੂਟਸ ਉੱਥੇ ਹੈਗੀਆਂ ਨੇ ਬਟ ਨਾਓ ਵੀ ਆਰ ਆਸਟ੍ਰੇਲੀਅਨ ਵੀ ਸ਼ੁੱਡ ਬਿਹੇਵ ਟ੍ਰੀਟ ਐਂਡ ਵਰਕ ਔਨ ਇਕੁਅਲ ਫੁਟਿੰਗ ਐਂਡ ਬਿਲਕੁਲ ਉਸੇ ਤਰ੍ਹਾਂ ਕਰਨਾ ਚਾਹੀਦਾ ਸਾਡੇ ਜ਼ਿਹਨ ਚ ਕੋਈ ਕੰਪਲੈਕਸ ਨਹੀਂ ਹੋਣਾ ਚਾਹੀਦਾ ਜੀ ਓਕੇ ਉਸ ਤੋਂ ਬਾਅਦ ਐਸੋਸੀਏਸ਼ਨਾਂ ਜਿਹੜੀਆਂ ਨੇ ਉਹ ਜਿੰਨੀਆਂ ਵੀ ਬਣਦੀਆਂ ਨੇ ਔਰ ਜੋ ਵੀ ਉਹ ਕੰਮ ਕਰਦੇ ਨੇ ਉਹਦੇ ਬਾਰੇ ਚ ਮੇਰਾ ਇਹ ਕਹਿਣਾ ਇਹ ਹੈ ਕਿ ਐਸੋਸੀਏਸ਼ਨਾਂ ਬਣਦੀਆਂ ਕਿਉਂ ਨੇ ਉਹ ਬਣਦੀਆਂ ਇਸ ਵਾਸਤੇ ਨੇ ਕਿ ਬਹੁਤ ਸਾਰੇ ਬੰਦੇ ਜਿਹੜੇ ਨੇ ਬਹੁਤ ਸਾਰੇ ਸਾਡੇ ਦੋਸਤ ਸਾਡੇ ਭਰਾ ਜਿਹੜੇ ਨੇ ਉਹਨਾਂ ਨੂੰ ਇਹ ਇੱਕ ਜਿਵੇਂ ਕੰਪਲੈਕਸ ਤੁਸੀਂ ਇਹਨੂੰ ਕਹਿ ਸਕਦੇ ਹੋ ਕੰਪਲੈਕਸ ਸ਼ਾਇਦ ਇਹਦਾ ਕੋਈ ਹਾਰਸ਼ ਵਰਡ ਹੋਏਗਾ ਉਹ ਆਪਣੇ ਆਪ ਨੂੰ ਰੈਕਗਨਾਈਜ਼ ਕਰਾਉਣਾ ਚਾਹੁੰਦੇ ਨੇ ਕਿ ਜੀ ਆਈ ਐਮ ਦਾ ਪਰਸਨ ਰੈਕਗਨਾਈਜ਼ ਮੀ ਮੇਰੀ ਮਿਨਿਸਟਰ ਨਾਲ ਫੋਟੋ ਹੋਣੀ ਚਾਹੀਦੀ ਹੈ ਮੇਰੀ ਜਿਹੜੀ ਹੈ ਉਹ ਹਰ ਜਗ੍ਹਾ ਤੇ ਬੱਲੇ ਬੱਲੇ ਹੋਣੀ ਚਾਹੀਦੀ ਇਹ ਸਾਡੇ ਮਤਲਬ ਦੈਟਸ ਅ ਹਿਊਮਨ ਨੇਚਰ ਉਹਦੇ ਨਾਲ ਇਹ ਹੁੰਦਾ ਕਿ ਫਿਰ ਉਹਦੇ ਨਾਲ ਹਰ ਬੰਦੇ ਆਪਣੀ ਆਪਣੀ ਐਸੋਸੀਏਸ਼ਨ ਬਣਾ ਕੇ ਪੈਂਦਾ ਸਾਨੂੰ ਇਹ ਸੋਚਣਾ ਇਹ ਚਾਹੀਦਾ ਕਿ ਅਸੀਂ ਆਪਣੀ ਆਪਣੀ ਐਸੋਸੀਏਸ਼ਨ ਬਣਾਉਣ ਦੀ ਬਜਾਏ ਆਪਣਾ ਆਪਣਾ ਕੰਮ ਆਪਣਾ ਆਪਣਾ ਕਿਰਦਾਰ ਔਰ ਆਪਣਾ ਆਪਣਾ ਬਿਜ਼ਨਸ ਆਪਣੇ ਉਹਨੂੰ ਸੈਂਟਰਲ ਲੈਵਲ ਤੇ
ਆਸਟ੍ਰੇਲੀਅਨ ਲੈਵਲ ਦੇ ਉੱਤੇ ਉਹਨੂੰ ਮਨਾਈਏ। ਇਫ ਯੂ ਆਰ ਅ ਗੁੱਡ ਬਿਜ਼ਨਸਮੈਨ ਵੀ ਸ਼ੁੱਡ ਵਰਕ ਹਾਰਡ ਐਂਡ ਬੀ ਅ ਗ੍ਰੇਟ ਬਿਜ਼ਨਸਮੈਨ ਤਾਂ ਕਿ ਕੱਲ ਨੂੰ ਜਿਹੜੀ ਆਸਟ੍ਰੇਲੀਅਨ ਕੋਪਰੇਸ਼ਨਸ ਜਿਹੜੀਆਂ ਨੇ ਉਹ ਸਾਡੇ ਨਾਲ ਬੈਠ ਕੇ ਉਹ ਕੰਮ ਕਰਨ। ਸੋ ਮੇਰਾ ਪੁਆਇੰਟ ਇਹ ਕਿ ਮੈਂ ਇਹ ਚਾਹੁੰਦਾ ਕਿ ਸਾਰੀ ਸਾਡੀ ਜਿਹੜੀ ਕਮਿਊਨਿਟੀ ਐਵਰੀਵਨ ਜਿੰਨੇ ਵੀ ਅਸੀਂ ਇੱਥੋਂ ਸਬ ਕੰਟੀਨੈਂਟ ਤੋਂ ਆਏ, ਫਸਟ ਆਫ ਆਲ ਆਪਣੇ ਦਿਨ 'ਚ ਇਹ ਅੱਜ ਗੱਲ ਬਿਠਾ ਲਓ ਕਿ ਅਸੀਂ ਆਸਟ੍ਰੇਲੀਅਨ ਹਾਂ, ਕਿਉਂਕਿ ਇੱਥੇ ਆਉਣ ਲੱਗੇ ਜੋ ਜੋ ਅਸੀਂ ਕਰਕੇ ਆਏ ਹਾਂ ਉਹ ਵੀ ਸਾਰਿਆਂ ਨੂੰ ਪਤਾ, ਮੈਨੂੰ ਉਹ ਦੱਸਣ ਦੀ ਜ਼ਰੂਰਤ ਨਹੀਂ। ਹੁਣ ਇੱਥੇ ਆ ਕੇ ਵੀ ਉਹ ਪਿਛਲੀ ਰੋਈ ਪਿੱਟੀ ਜਾਣਾ ਤੇ ਮੇਰਾ ਖਿਆਲ ਉਹਦਾ ਕੁਛ ਤੁੱਕ ਨਹੀਂ ਮਿਲਦਾ। ਸੋ ਮਾਈ ਪੁਆਇੰਟ ਇਜ਼ ਦੈਟ ਕਿ ਵੀ ਆਰ ਆਸਟ੍ਰੇਲੀਅਨ, ਵੀ ਸ਼ੁੱਡ ਬਿਹੇਵ ਟ੍ਰੀਟ ਔਨ ਇਕੁਅਲ ਫੁਟਿੰਗ ਵਿਦ ਆਲ ਆਸਟ੍ਰੇਲੀਅਨ। ਐਂਡ ਥੱਲੇ ਆ ਜਿਹੜੀ ਏਕਤਾ ਉਕਤਾ ਵਾਲੀ ਗੱਲ ਹੈ ਕਿ ਜੀ ਸਾਡੀਆਂ ਕਮਿਊਨਿਟੀ ਯੂਨਾਈਟ ਹੋਣੀਆਂ ਚਾਹੀਦੀਆਂ ਨੇ, ਇਹ ਵੱਖੋ ਵੱਖ ਨਹੀਂ ਹੋਣੀ ਚਾਹੀਦੀ, ਮੈਂ ਇਸ ਗੱਲ ਤੇ ਬਿਲੀਵ ਨਹੀਂ ਕਰਦਾ। ਜੀ ਬਿਲਕੁਲ ਜੀ, ਬੜਾ ਕੁਇਕ ਰਿਐਕਸ਼ਨ ਆਇਆ ਜੀ। ਊਧਮ ਸਿੰਘ ਨੇ ਬ੍ਰਿਸਬਨ ਤੋਂ ਰਾਬਤਾ ਬਣਾਇਆ ਹੋਇਆ ਆਪਣੇ ਨਾਲ, ਔਰ ਕਲੈਪਿੰਗ ਉਹਨਾਂ ਨੇ ਕਿਹਾ, ਕਲੈਪਿੰਗ ਬਾਈ ਜੀ, ਵੈਰੀ ਗੁੱਡ ਆਨਸਰ। ਪ੍ਰੋਗਰਾਮ ਦਾ ਜਿਹੜਾ ਬੇਲਾ, ਇਜਾਜ਼ ਖਾਨ ਜੀ ਐਂਡ ਗੁਰਮੀਤ ਸਿੰਘ ਜੀ ਆਲਮੋਸਟ ਪੀਕ ਦੇ ਉੱਪਰ ਆਪਾਂ ਪਹੁੰਚ ਗਏ ਹਾਂ, ਔਰ ਜਾਂਦੇ ਜਾਂਦੇ ਮੈਂ ਇੱਕ ਸਵਾਲ ਪੁੱਛੂਗਾ ਔਰ ਸਵਾਲ ਦੇ ਨਾਲ ਇਹ ਵੀ ਪੁੱਛੂਗਾ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿੱਦਾਂ ਲੱਗਿਆ, ਕਿੰਨਾ ਕੁ ਤੁਸੀਂ ਖੁਦ ਇੰਜੋਏ ਕੀਤਾ ਅੱਜ ਦੇ ਪ੍ਰੋਗਰਾਮ ਨੂੰ। ਸਵਾਲ ਇਹ ਹੋਊਗਾ, ਸਭ ਤੋਂ ਪਹਿਲਾਂ ਗੁਰਦੀਪ ਸਿੰਘ ਜੀ ਨੂੰ ਪੁੱਛੂਗਾ ਇਜਾਜ਼ਤ ਲੈਣ ਤੋਂ ਪਹਿਲਾਂ, ਲਿਬਰਲ ਪਾਰਟੀ ਨੂੰ ਬਿਲੋਂਗ ਕਰਦੇ ਨੇ, ਲਿਬਰਲ ਪਾਰਟੀ ਨੂੰ ਵੋਟ ਕਿਉਂ ਪਾਈਏ? ਬਹੁਤ ਵਧੀਆ ਸਵਾਲ ਹੈ ਜੀ। ਲਿਬਰਲ ਪਾਰਟੀ ਨੂੰ ਵੋਟ ਕਿਉਂ ਪਾਈਏ? ਕਿਉਂਕਿ ਲਿਬਰਲ ਪਾਰਟੀ ਜਿਹੜੀ ਹੈ ਉਸਨੇ ਹਮੇਸ਼ਾ ਜੋ ਇਕਨੋਮਿਕ ਔਰ ਫਾਈਨੈਂਸ਼ੀਅਲ ਮੈਨੇਜਮੈਂਟ ਜੋ ਇਸ ਮੁਲਕ ਦੀ ਹੈ, ਜੋ ਸੋਸ਼ਲ ਵੈਲਬੀਇੰਗ ਇਸ ਮੁਲਕ ਦਾ ਹੈ, ਆਸਟ੍ਰੇਲੀਆ ਦਾ, ਆਸਟ੍ਰੇਲੀਅਨ ਸਿਟੀਜ਼ਨ ਦਾ, ਉਹ ਹਮੇਸ਼ਾ ਸਾਹਮਣੇ ਰੱਖਿਆ। ਔਰ ਆਸਟ੍ਰੇਲੀਆ ਦੀ ਜਿਹੜੀ ਹਿਸਟੋਰੀਕਲੀ ਵੇਖ ਲਓ ਤੇ ਲਿਬਰਲ ਪਾਰਟੀ ਦੀਆਂ ਜਦੋਂ ਵੀ ਸਰਕਾਰਾਂ ਰਹੀਆਂ ਨੇ ਤੇ ਆਸਟ੍ਰੇਲੀਆ ਦੀ ਸਾਖ ਜਿਹੜੀ ਹੈ ਇੰਟਰਨੈਸ਼ਨਲ ਲੈਵਲ ਦੇ ਉੱਤੇ ਬਹੁਤ ਉੱਚੇ ਲੈਵਲ ਦੀ ਰਹੀ ਹੈ। ਜਿਹੜਾ ਕਿ ਜਦੋਂ ਵੀ ਲੇਬਰ ਦੀਆਂ ਸਰਕਾਰਾਂ ਬਣੀਆਂ ਨੇ ਔਰ ਜਦੋਂ ਵੀ ਲੇਬਰ ਸਰਕਾਰਾਂ ਆਈਆਂ ਨੇ ਉਹ ਹਮੇਸ਼ਾ ਬਜਟ ਡੈਫੀਸਿਟ ਦੇ ਵਿੱਚ ਰਹੇ ਨੇ। ਸੋਸ਼ਲ ਵੈਲਫੇਅਰ ਜਿਹੜਾ ਹੈ ਉਹ ਬਿਲਕੁਲ ਲੈਕਿੰਗ ਰਿਹਾ ਹੈਗਾ। ਜੋ ਰੈਡ ਟੇਪ ਹੈ, ਜੋ ਟੈਕਸ ਲੈਵਲ ਨੇ, ਟੋਟਲੀ ਡਿਸਪ੍ਰੋਪੋਰਸ਼ਨੇਟ ਰਹੇ ਨੇ। ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਨਇੰਪਲੋਇਮੈਂਟ ਰੇਟਸ ਬੜੇ ਹਾਈ ਰਹੇ ਨੇ। ਸੋ ਇਹ ਸਾਰੀਆਂ ਗੱਲਾਂ ਅਸੀਂ ਪਿਛਲੇ 6 ਸਾਲਾਂ ਤੋਂ ਜੋ ਦੇਖ ਰਹੇ ਹਾਂ, ਬਿਲਕੁਲ ਕੋਈ ਸਟੈਬਿਲਿਟੀ ਨਹੀਂ ਹੈ ਸਰਕਾਰ ਦੇ ਅੰਦਰ। ਪਿਛਲੇ 3 ਸਾਲਾਂ ਦੇ ਵਿੱਚ 3 ਪ੍ਰਾਈਮ ਮਿਨਿਸਟਰ ਬਦਲ ਗਏ ਨੇ ਇੱਕੋ ਪਾਰਟੀ ਦੇ। ਔਰ ਜੋ ਹਾਰਡ ਦੇ ਜੋਨ ਹਾਰਡ ਸਾਹਿਬ ਦੇ ਜੋ ਐਗਜ਼ਿਟ ਦੇ ਟਾਈਮ ਦੇ ਉੱਤੇ ਉਸ ਸਾਲ ਦਾ ਹੀ ਜੇ ਦੇਖਿਆ ਜਾਵੇ ਤਾਂ ਬਜਟ ਸਰਪਲਸ $50 billion ਦੇ ਨੇੜੇ ਸੀ, ਜਿਹੜਾ ਕਿ ਆਉਂਦੇ ਸਾਲ ਦੇ ਵਿੱਚ $47 billion ਦੇ ਡੈਫੀਸਿਟ ਦੇ ਵਿੱਚ ਚਲਾ ਗਿਆ। ਤੇ ਜੇ ਅੱਜ ਦੇ ਡੇਟ ਦੇ ਵਿੱਚ ਅਸੀਂ ਕਿਊਮੂਲੇਟਿਵ ਡੈਫੀਸਿਟ ਨੂੰ ਵੇਖੀਏ ਤੇ $200 billion 6 ਸਾਲਾਂ ਦੇ ਅੰਦਰ ਆਸਟ੍ਰੇਲੀਆ ਸਰਕਾਰ ਦੇ ਉੱਤੇ ਕਰਜ਼ਾ ਚੜ ਗਿਆ। ਜੋ ਸਰਕਾਰ ਦਾ ਕਰਜ਼ਾ ਨਹੀਂ ਹੈ ਉਹ ਸਾਡਾ ਸਾਰਿਆਂ ਦਾ ਸਾਂਝਾ ਕਰਜ਼ਾ ਹੈ। ਤੇ ਉਹ ਜਿਵੇਂ ਜਿੰਦੀ ਦੇ ਵਿੱਚ ਆਪਾਂ ਗੱਲ ਕੀਤੀ ਹੈ ਇਸ ਅੱਜ ਦੀ ਰੇਡੀਓ ਜੋ ਖੁਦ ਚਰਚਾ ਦੇ ਟਾਈਮ ਦੇ ਉੱਤੇ ਉਹਦੀ ਡੇਟ ਦੇ ਵਿੱਚ ਤਕਰੀਬਨ $200 million ਇੰਟਰਸਟ ਪੇਮੈਂਟ ਆਸਟ੍ਰੇਲੀਅਨ ਸਿਟੀਜ਼ਨਸ ਨੇ ਉਹ ਕਰਜ਼ਾ ਲੈਣ ਪਿੱਛੇ ਕੀਤੀ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਮੇਰੀ ਸਭ ਨੂੰ ਇਹ ਪੁਰਜ਼ੋਰ ਅਪੀਲ ਹੈ ਕਿ ਜਦੋਂ ਲਿਬਰਲ ਸਰਕਾਰ ਬਣੇਗੀ ਉਹ ਸਾਰੇ ਰੈਡ ਟੇਪ ਨੂੰ ਕੱਟੇਗੀ, ਸਾਰੇ ਜੋ ਅਨਨੈਸੈਸਰੀ ਵੇਸਟਫੁਲ ਐਕਸਪੈਂਡੀਚਰ ਹੈ ਉਸ ਨੂੰ ਖਤਮ ਕਰੇਗੀ। ਔਰ ਜੋ ਮਾਈਗ੍ਰੈਂਟਸ ਵਾਸਤੇ, ਨਵੇਂ ਮਾਈਗ੍ਰੈਂਟਸ ਵਾਸਤੇ ਸਕਿੱਲਡ ਮਾਈਗ੍ਰੇਸ਼ਨ ਦਾ ਜੋ ਲੈਵਲ ਹੋਵੇ ਸਰਕਾਰ ਦੇ ਟਾਈਮ ਦੇ ਉੱਤੇ ਬਣ ਗਿਆ ਸੀ ਉਹ ਸਾਰਿਆਂ ਨੂੰ ਫਿਰ ਲਿਆ ਕੇ ਔਰ ਉਸ ਤੋਂ ਵੀ ਅੱਗੇ ਵਧਾਏਗੀ। ਤੇ ਅੱਜ ਦਾ ਪ੍ਰੋਗਰਾਮ ਦੇ ਬਾਰੇ ਚ ਕੀ ਕਹੋਗੇ ਤੁਸੀਂ? ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਰਿਹਾ ਜੀ। ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਤੁਸੀਂ ਮੌਕਾ ਦਿੱਤਾ। ਜੋ ਕੁਛ ਵੀ ਮੈਂ ਗੱਲਾਂ ਕੀਤੀਆਂ ਨੇ ਆਪ ਨੂੰ ਔਰ ਇਜਾਜ਼ ਸਾਹਿਬ ਨੂੰ ਜੋ ਐਡਰੈਸ ਕੀਤਾ, ਸੰਬੋਧਨ ਕੀਤਾ ਆਪ ਜੀ ਨੂੰ ਕੀਤਾ ਔਰ ਆਪਦੇ ਸਰੋਤਿਆਂ ਨੂੰ ਕੀਤਾ ਉਹ ਸਾਰਾ, ਹਾਲਾਂਕਿ ਮੈਂ ਲਿਬਰਲ ਪਾਰਟੀ ਦਾ ਇੱਕ ਮੈਂਬਰ ਹੈਗਾ ਔਰ ਲਿਬਰਲ ਪਾਰਟੀ ਵੱਲੋਂ ਇੱਕ ਚੁਣਿਆ ਹੋਇਆ ਜਨਤਾ ਦਾ ਨੁਮਾਇੰਦਾ ਵੀ ਹੈਗਾ, ਫਿਰ ਵੀ ਉਹ ਸਾਰੀਆਂ ਜੋ ਗੱਲਾਂ ਮੈਂ ਕੀਤੀਆਂ ਨੇ ਉਹ ਸਾਰੇ ਮੇਰੇ ਪਰਸਨਲ ਵਿਊ ਪੁਆਇੰਟ ਨੇ। ਜੋ ਕੋਈ ਵੀ ਲਿਬਰਲ ਪਾਰਟੀ ਦੀਆਂ ਪੋਲਿਸੀਜ਼ ਨੇ ਉਹ ਤੁਸੀਂ ਸਮੇਂ ਸਮੇਂ ਤੋਂ ਅਖਬਾਰਾਂ ਦੇ ਵਿੱਚ, ਰੇਡੀਓ ਤੇ, ਟੈਲੀਵਿਜ਼ਨ ਤੇ
सुनते देखते रहते हो पढ़ते रहते हो। मेरे पर्सनल विचार उसमें तो कोई बहुत डिफरेंट नहीं है, बिल्कुल ही डिफरेंट नहीं है, पर फिर भी जो कुछ भी मैं किया वो लिबरल पार्टी की मेरे वालों पॉलिसी नहीं है, मैं लिबरल पार्टी का सपोर्टर हाँ। तो इस करके आपने जो मैं अज वक्त दिता और आपके स्रोतों ने मैं सुनिया मैं आप सब का बहुत बहुत शुक्रगुजार जी। शुक्रिया जी, बहुत चंगा लगा प्रोग्राम दे विच राबता बनाया, फिर कदे जरूर आवाज मारा गे, उम्मीद करते हैं साडी आवाज ते साडे सद्दे ते जरूर हाजरी लवाओगे। बहुत बहुत शुक्रिया, शुक्रिया जी। इजाज खान जी, ਉਹੀ ਸਵਾਲ ਕਿ ਲੇਬਰ ਪਾਰਟੀ ਦੇ ਨਾਲ ਜਿਹੜੇ ਸਾਡੇ ਸਰੋਤੇ ਨੇ ਜਦੋਂ ਵੋਟ ਪਾਉਣ ਜਾਣ ਕਿਉਂ ਰਾਬਤਾ ਬਣਾਉਣ? ਦੋ ਤਿੰਨ ਗੱਲਾਂ ਮੈਂ ਕਰਾਂਗਾ, ਫਿਰ ਉਹਦੇ ਤੋਂ ਬਾਅਦ ਮੈਨੂੰ ਪਤਾ ਟਾਈਮ ਬੜਾ ਸ਼ਾਰਟ ਹੈ। ਨੰਬਰ 1 ਇਕਨੋਮੀ ਹੈ, ਜਿਵੇਂ ਗੁਰਦੀਪ ਸਾਹਿਬ ਨੇ ਜ਼ਿਕਰ ਕੀਤਾ ਨਾ ਜੀ, ਇਕਨੋਮੀ ਬੜੀ ਬਿਹਤਰ ਹੁੰਦੀ ਹੈ। ਤੁਸੀਂ ਇਹ ਮੈਨੂੰ ਦੱਸੋ ਕਿ ਵੀ ਤੁਹਾਡੇ ਸੁਣਨ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਇਸ ਵਕਤ ਆਸਟ੍ਰੇਲੀਅਨ ਇਕਨੋਮੀ ਜਿਹੜੀ ਹੈ ਉਹ ਟ੍ਰਿਪਲ ਏ ਕ੍ਰੈਡਿਟ ਰੇਟਿੰਗ ਉਹਨੂੰ ਮਿਲੀ ਹੋਈ ਹੈ। ਦੁਨੀਆਂ ਦੀਆਂ 8 ਕ੍ਰੈਡਿਟ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੇ ਆਸਟ੍ਰੇਲੀਅਨ ਇਕਨੋਮੀ ਨੂੰ ਟ੍ਰਿਪਲ ਏ ਦਿੱਤਾ ਹੈ, ਔਰ ਇਹ ਸਿਰਫ ਟ੍ਰਿਪਲ ਏ ਹੁਣ ਉਸ ਇਕਾਨਮੀਆਂ ਨੂੰ ਮਿਲਦਾ। ਦੁਨੀਆਂ ਦੇ ਵਿੱਚ ਸਿਰਫ 8 ਮੁਲਕਾਂ ਦੇ ਕੋਲ ਟ੍ਰਿਪਲ ਏ ਹੈ ਜੀ। ਓਕੇ, ਇਹ ਉਹ ਪਾਗਲ ਨਹੀਂ ਜਿਹੜਾ ਜੇ ਇਕਨੋਮਿਕ ਮੈਨੇਜਮੈਂਟ ਲੇਬਰ ਪਾਰਟੀ ਦੀ ਏਡੀ ਬੁਰੀ ਹੁੰਦੀ ਤੇ ਅਸੀਂ ਦੁਨੀਆਂ ਦੀਆਂ ਟਾਪ 8 ਇਕਾਨਮੀਆਂ ਦੇ ਵਿੱਚ ਨਾ ਖੜੇ ਹੁੰਦੇ। ਨੰਬਰ 1 ਓਕੇ, ਲੈਟਸ ਟਾਕ ਅਬਾਊਟ ਕਿ ਜੀ ਜੌਨ ਆਵਰ ਨੇ ਕੀ ਕੀਤਾ। ਜੌਨ ਆਵਰ ਨੇ $50 million ਛੱਡਿਆ, 50 billion ਜਿੰਨੀ ਵੀ ਉਹ ਕਹਿੰਦੇ ਨੇ ਕਿ ਜੀ ਉਹ ਛੱਡਿਆ, ਲੇਕਿਨ ਉਹਨੇ ਪੈਸੇ ਕਿੱਥੋਂ ਕੱਢੇ, ਕਿੱਥੋਂ ਕੱਢੇ ਨੇ? ਉਸ ਵੇਲੇ ਉਹਦੇ ਦੌਰ ਦੇ ਵਿੱਚ ਇਕਨੋਮਿਕ ਬੂਮ ਆਇਆ ਮਾਈਨਿੰਗ ਦੇ ਵਿੱਚੋਂ, ਮਾਈਨਿੰਗ ਚ ਮਿੱਟੀ ਪੁੱਟ ਪੁੱਟ ਕੇ ਲੋਹਾ ਵੇਚ ਕੇ ਅਸੀਂ ਉਹ ਸਾਰਾ ਪੈਸਾ ਕੱਢ ਕਰ ਲਿਆ। ਉਹ ਜੌਨ ਆਵਰਡ ਦੀ ਕੋਈ ਬਹੁਤ ਵੱਡੀ ਐਕਸਟਰਾ ਆਰਡਨਰੀ ਹਿੰਮਤ ਨਹੀਂ ਸੀ ਕਿ ਉਹਨੇ ਇਕੱਠਾ ਕੀਤਾ ਜਾਂ ਉਹਨੇ ਕੁਛ ਕੀਤਾ। ਔਰ ਉਸੇ ਦੌਰ ਦੇ ਵਿੱਚ ਯੂਨੀਵਰਸਿਟੀ ਦੀ ਐਜੂਕੇਸ਼ਨ ਜਿਹੜੀ ਉਹ ਪ੍ਰਾਈਵੇਟਾਈਜ਼ ਹੋਈ, ਔਰ ਪੂਰੀ ਯੂਨੀਵਰਸਿਟੀਆਂ ਜਿਹੜੀਆਂ ਨੇ ਔਰ ਪੂਰੀ ਆਸਟ੍ਰੇਲੀਅਨ ਕਮਿਊਨਿਟੀ ਦੇ ਜਿਹੜੇ ਬੱਚੇ ਸਨ ਉਹ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਬੱਚੇ ਅਫੈਕਟ ਹੋਏ ਕਿ ਜਿਹਨਾਂ ਦੇ ਮਾਂ ਬਾਪ ਯੂਨੀਵਰਸਿਟੀ ਦੀਆਂ ਫੀਸਾਂ ਨਹੀਂ ਸੀ ਦੇ ਪਾ ਰਹੇ, ਉਹ ਉਹਨਾਂ ਨੂੰ ਯੂਨੀਵਰਸਿਟੀ ਨਾਲ ਭੇਜ ਸਕੇ ਜੀ। ਉਹ ਪੈਸੇ ਨੂੰ ਅਸੀਂ ਕੀ ਕਰਨਾ, ਅੱਗ ਲਾਉਣੀ ਹੈ ਜਿਹੜਾ ਉਹ ਪੈਸਾ ਪਿਆ ਤਾਂ ਕਿ ਆਪਣੇ ਆਪਣੇ ਘਰ ਵਾਲਿਆਂ ਦੇ ਕੰਮ ਨਾ ਆਵੇ। ਉਸ ਤੋਂ ਬਾਅਦ ਉਹਨੇ ਕੀ ਕੀਤਾ ਕਿ ਜੀ ਇੱਕ ਸਰਟਨ 35,000 ਤੋਂ ਲੈ ਕੇ ਜਿਹੜੀ ਉੱਤੇ ਉੱਤੇ ਇਨਕਮ ਹੈ ਉਹਨਾਂ ਨੂੰ ਕਿਹਾ ਕਿ ਤੁਸੀਂ ਨਾਲ ਪ੍ਰਾਈਵੇਟ ਇੰਸ਼ੋਰੈਂਸ ਵੀ ਕਰਾਓ ਆਪਣੀ। ਮੈਡੀਕੇਅਰ ਤਾਂ ਠੀਕ ਹੈ ਤੁਹਾਨੂੰ ਮਿਲੇਗਾ, ਲੇਕਿਨ ਜੇ ਤੁਹਾਡੀ ਤਨਖਾਹ ਜਿਹੜੀ ਹੈ ਉਹ ਇੱਕ ਸਰਟਨ ਲੈਵਲ ਤੋਂ ਉੱਤੇ ਹੈ ਤਾਂ ਤੁਸੀਂ ਪ੍ਰਾਈਵੇਟ ਇੰਸ਼ੋਰੈਂਸ ਵੀ ਕਰਵਾਓ। ਮੇਰੀ ਵੀ ਉਹ ਇੰਸ਼ੋਰੈਂਸ ਹੋਈ ਹੋਈ ਹੈ, ਉਹ ਮੈਂ ਉਹਦਾ ਵਿਕਟਿਮ ਬੈਠਾ ਹੈ। ਮੈਂ $400 ਪਰ ਮਹੀਨਾ ਉਹ ਐਕਸਟਰਾ ਨਾਲ ਮੈਡੀਕੇਅਰ ਦੇ ਪੇ ਕਰਨਾ। ਤੁਸੀਂ ਇਹ ਮੈਨੂੰ ਦੱਸੋ ਕਿ ਮੈਨੂੰ ਫੈਸਿਲਿਟੀ ਹੋਈ ਕਿ ਮੇਰੀ ਸਰਵਿਸ ਕੱਟੀ ਗਈ? ਲੈਟਸ ਟਾਕ ਅਬਾਊਟ ਦ ਲੋਐਸਟ ਇੰਟਰਸਟ ਰੇਟ। ਹੁਣ ਇਹ ਤੁਸੀਂ ਦੱਸੋ ਕਿ ਜਿਹੜਾ ਇੰਟਰਸਟ ਰੇਟ ਹੁਣ ਚੱਲ ਰਿਹਾ ਉਹ ਲੋਐਸਟ ਐਵਰ ਇਨ ਦ ਲਾਸਟ ਮਤਲਬ 10 years ਦੇ ਵਿੱਚ ਤੁਸੀਂ ਦੇਖੋ ਉਹ ਚੱਲ ਰਿਹਾ। ਹੁਣ ਇਕਾਨਮੀ ਦੇ ਉੱਤੇ ਤੇ ਫੈਕਟਸ ਨੇ ਜਿਹੜੇ ਮੈਂ ਤੁਹਾਨੂੰ ਦੱਸ ਰਿਹਾ, ਹੁਣ ਗੁਰਦੀਪ ਸਾਹਿਬ ਅਗਰ ਸੁਣ ਰਹੇ ਨੇ ਤੇ ਉਹ ਇਹਦਾ ਜਵਾਬ ਪਾਵਾਂ ਲਿਖ ਕੇ ਮੈਨੂੰ ਦੇ ਦੇਣ ਬਾਅਦ ਵਿੱਚ, ਲੇਕਿਨ ਇਕਾਨਮੀ ਦੇ ਉੱਤੇ ਸਾਡੇ ਕੋਲੋਂ ਜਿੱਤ ਨਹੀਂ ਸਕਦੇ। ਇਕਾਨਮੀ ਦੇ ਉੱਤੇ ਲੇਬਰ ਪਾਰਟੀ ਨੇ ਉਹ $50 million ਜਿਹੜੀ ਰੌਲਾ ਪਾਉਂਦੇ ਨੇ ਉਹ ਦੁਬਾਰਾ ਕਮਿਊਨਿਟੀ ਦੇ ਵਿੱਚ ਭੇਜੇ, ਫੈਮਲੀਆਂ ਨੂੰ ਦਿੱਤੇ ਪੈਸੇ ਕਿ ਜਾਓ ਜਾ ਕੇ ਖਰਚਾ ਕਰੋ ਤਾਂ ਕਿ ਦੁਕਾਨਾਂ ਚੱਲਣ, ਦੁਕਾਨਾਂ ਚੱਲਣ, ਲੋਕਾਂ ਦੀਆਂ ਉਹਨਾਂ ਦੀਆਂ ਜੋਬਾਂ ਬਚਣ ਤੇ ਟੈਕਸ ਉਹ ਪੇ ਕਰਾਂ ਤਾਂ ਕਿ ਅਸੀਂ ਰਿਸੈਸ਼ਨ ਚ ਨਾ ਜਾਈਏ। ਤੁਸੀਂ ਅਗਰ ਉਹ ਦੇਖ ਲਓ ਗਲੋਬਲ ਫਾਈਨੈਂਸ਼ੀਅਲ ਰਿਸੈਸ਼ਨ ਜਿਹੜਾ ਅਮਰੀਕਾ ਚ ਆਇਆ, ਅਮਰੀਕਾ ਤਬਾਹ ਹੋ ਗਿਆ ਉਹ, ਲੇਕਿਨ ਆਸਟ੍ਰੇਲੀਆ ਦੇ ਉੱਤੇ ਇਫੈਕਟ ਇਸ ਵਾਸਤੇ ਨਹੀਂ ਪਿਆ ਕਿ ਉਹ ਪੈਸੇ ਅਸੀਂ ਜਿਹੜੇ ਨੇ ਉਹ ਵਾਇਜ਼ਲੀ ਖਰਚ ਕੀਤੇ ਨੇ। ਤਾਂ ਜੀ ਇਹ ਤੇ ਮੇਰਾ ਇਕਾਨਮੀ ਦੇ ਉੱਤੇ ਕਾਮੈਂਟਸ ਹਨ। ਹੁਣ ਅਗਲੀ ਗੱਲ ਜਿਹੜੀ ਇਹ ਕਰਦੇ ਨੇ ਕਿ ਜੀ ਕਮਿਊਨਿਟੀ ਐਂਡ ਸੋਸ਼ਲ ਵੈਲਫੇਅਰ ਦੀ ਗੱਲ ਕੀਤੀ ਜੀ, ਲੇਬਰ ਪਾਰਟੀ ਤੇ ਬਦਨਾਮ ਆ ਲੋਕਾਂ ਨੂੰ ਸੈਂਟਰ ਲਿੰਕ ਦੇ ਪੈਸੇ ਦੇਣ ਵਾਸਤੇ ਜਾਂ ਡੋਲ ਦੇ ਉੱਤੇ, ਇਹ ਕਿਵੇਂ ਗੱਲ ਕਰ ਸਕਦੇ ਨੇ ਕਿ ਜੀ ਸੋਸ਼ਲ ਵੈਲਫੇਅਰ ਨਹੀਂ ਹੋਈ? ਵੈਲਫੇਅਰ ਤੇ ਸੈਂਟਰ ਲਿੰਕ ਦੇ ਥਰੂ ਜਿੰਨੀ ਵੀ ਜਦੋਂ ਵੀ ਲੇਬਰ ਪਾਰਟੀ ਹੁੰਦੀ ਹੈ ਤੇ ਸਭ ਤੋਂ ਜ਼ਿਆਦਾ ਕਮਿਊਨਿਟੀ ਦੀ ਵੈਲਫੇਅਰ ਹੁੰਦੀ ਹੈ। ਸੋ ਇਹ ਉਹਨਾਂ ਦੇ ਆਰਗੂਮੈਂਟ ਦਾ ਜਵਾਬ ਹੈ। ਔਰ ਤੀਸਰੀ ਉਹਨਾਂ ਨੇ ਗੱਲ ਇਹ ਕੀਤੀ ਕਿ ਜੀ ਮਾਈਗ੍ਰੇਸ਼ਨ, ਮਾਈਗ੍ਰੇਸ਼ਨ ਅਸੀਂ ਇਹ ਚਾਹੁੰਦੇ ਹਾਂ ਲੇਬਰ ਪਾਰਟੀ ਇੱਕ ਕੰਪਰੀਹੈਂਸਿਵ ਐਂਡ ਜੈਨੂਇਨ ਪ੍ਰੋਗਰਾਮ ਜਿਹੜਾ ਉਹਨੂੰ ਕੰਟੀਨਿਊ ਕਰਨਾ ਚਾਹੁੰਦੀ ਮਾਈਗ੍ਰੇਸ਼ਨ ਦਾ, ਨੋਟ ਲਾਇਕ ਜਿਹੜਾ ਜੌਨ ਹਾਵਰਡ ਨੇ ਕੀਤਾ। ਜੌਨ ਹਾਵਰਡ ਨੇ ਕੀ ਕੀਤਾ, ਸਾਰਾ ਪੰਜਾਬ ਚ ਜਿੱਥੇ ਸਾਡਾ ਰਿਲੀਜਨ ਇਹ ਕਹਿੰਦਾ ਕਿ ਅਸੀਂ ਆਪਣੇ ਵਾਲ ਨਹੀਂ ਕੱਟਣੇ, ਕੈਂਚੀ ਨਹੀਂ ਲਾਉਣੀ, ਉਹ ਉਹ ਉੱਥੇ ਦੇ ਬੱਚਿਆਂ ਨੂੰ ਹੇਅਰ ਡਰੈਸਰ ਦੇ ਕੋਰਸ ਦੇ ਵਿੱਚ ਇੱਥੇ ਲੈ ਆਏ। ਕੈਨ ਯੂ ਟੈਲ ਮੀ ਦੈਟ ਕਿ ਉਹ ਜੈਨੂਇਨ ਸੀਗਾ ਕਿ ਨਹੀਂ ਸੀ? ਉਹ ਤੋਂ ਬਾਅਦ ਇੱਥੇ ਆ ਕੇ ਬੱਚਿਆਂ ਨਾਲ ਕੀ ਹੋਇਆ, ਉਹਨਾਂ ਦੇ ਕਾਲਜ ਬੰਦ ਹੋ ਗਏ, ਉਹਨਾਂ ਦੀਆਂ ਫੀਸਾਂ ਖਾ ਗਏ, ਕਿਹਦੇ ਕੀਤੇ ਹੋਏ ਬੂਟੇ ਲਾਏ ਹੋਏ ਸਨ ਜਿਹੜੇ ਅਸੀਂ ਮੁੜ ਕੇ ਆ ਕੇ ਇੱਥੇ ਫਿਕਸ ਕੀਤੇ ਨੇ? ਔਰ ਹੁਣ ਤੁਸੀਂ ਦੇਖ ਲਓ ਕਿ ਜਦੋਂ ਤੱਕ ਇਹ ਜਦੋਂ ਦਾ ਸਟੂਡੈਂਟਸ ਦਾ ਮਸਲਾ ਕੰਟਰੋਲ ਹੋਇਆ ਉਦੋਂ ਤੋਂ ਸਟੂਡੈਂਟ ਜਿਹੜੇ ਜੈਨੂਇਨ ਪੜ੍ਹਨ ਵਾਲੇ ਨੇ ਉਹ ਸੁਖੀ ਹੋ ਗਏ ਨੇ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਅਪਾਰਟ ਫਰੋਮ ਦ ਵੀਜ਼ਾ ਪ੍ਰੋਬਲਮ। ਮਤਲਬ ਇਹ ਪ੍ਰੋਬਲਮ ਨਹੀਂ ਕਿ ਉਹਨਾਂ ਦਾ ਕਾਲਜ ਬੰਦ ਹੋ ਰਿਹਾ,
और जो ने सवेरे रोड से आ जाएंगे। सो यह मेरा जवाब है वह माइग्रेशन वास्ते भी होर पता नहीं उन्होंने की गल की थी, लेकिन मैं चाहवागा सुन वाले यह रिक्वेस्ट करा कि लेबर पार्टी जी प्रो कम्यूनिटी प्रॉब्लम पार्टी है, प्रो कम्यूनिटी जिनी भी साड़ी कम्यूनिटी है वो लुक आफ्टर कर रहे हैं और आस्ट्रेलियन कम्यूनिटी भी लुक आफ्टर कर रहे हैं। इस मुल्क मतलब माइग्रेंट्स का आना मुमकिन किया लेबर पार्टी ने जदों के बॉब हॉक के दौर तो पहला उन्होंने वाइट आस्ट्रेलिया पॉलिसी खत्म की थी। उसके बाद असी साडे जिहड़े लोग ने सब कॉन्टीनेंट तो या दूसरे कंट्रियां तो इस कंट्रीज दे विच आउणा शुरू होए। उसके बाद लेबर पार्टी ने मेडिकेयर का सिस्टम इंट्रोड्यूस करवाया इस कंट्री दे विच। लेबर पार्टी ने मैं वो गल्लां दस रहा जिहड़ियां कि फैक्ट्स ने जिन्हों लिबरल पार्टी के विच उठाने सकदी, मैं मतलब उन्होंने कोई बहुत वड्डी तारीफ नहीं कर रहा। आई एग्री दैट के वी देयर वाज एन इनस्टेबिलिटी इन विद इन द लेबर पार्टी, लेकिन वो इनस्टेबिलिटी जी हम खत्म हो गई। हूं एक बंदा आ गया उन्हें आके आइंदा आने वाली इनस्टेबिलिटी वास्ते लॉ बनाता कि आइंदा किसी भी प्राइम मिनिस्टर जो इलेक्ट होगा उन्हें कोई बंदा हिला नहीं सकता। दैट इज वाई आई वुड आस्क फ्रॉम योर लिसनर्स एंड रिस्पेक्टिवली कि जी कंसिडर लेबर, लेबर इज द पार्टी हू एक्चुअली इज अ प्रो कम्यूनिटी एंड जिन्हें भी कम्यूनिटी के प्रोजेक्ट ने वो लेबर ने ही किए ने। लिबरल इज अ प्रो बिजनेस कम्युनिटी पार्टी और उन्होंने जितने भी रिच ने या कैपिटलिस्ट ने या बिजनेस ने उन्होंने उन्होंने सपोर्ट करना है। उन्होंने एग्जाम्पल न्यूज न्यू साउथ वेल्स की गवर्नमेंट है वेख लो और उस तो बाद उन्होंने एग्जाम्पल क्वींसलैंड की गवर्नमेंट है जिसे उन्होंने 12,000 जॉब जड़िया ने सरकारी जॉबा कटिया ने, 12,000 बंदे अनएम्पलॉयड हुए हैं। इतने भी जॉब जड़ियां ने स्लैश करते पे ने सिर्फ पैसा बचाने वास्ते, लेकिन अनइंप्लॉयमेंट इन्हों के दौर डबल डिजिट से ਹੋਈ ਇੱਕ ਦਫਾ, ਲੇਕਿਨ ਇਸ ਦੌਰ ਦੇ ਵਿੱਚ ਲੇਬਰ ਦੇ ਲਾਸਟ 6 ਸਾਲਾਂ ਦੇ ਵਿੱਚ ਜਿਹੜੀ ਅਨਇੰਪਲੋਇਮੈਂਟ ਉਹ ਤੁਸੀਂ ਦੇਖ ਲਓ 4 ਤੋਂ ਲੈ ਕੇ 5 ਐਂਡ 6 ਦੇ ਦਰਮਿਆਨ ਚ ਰਹੀ ਹੈ, ਉਹ ਇੰਨੀ ਵਧੀ ਨਹੀਂ ਜੀ। ਉਹ ਦੈਟ ਇਜ਼ ਦਾ ਰਿਜ਼ਲਟ ਆਫ ਦ ਪ੍ਰੋਪਰ ਮੈਨੇਜਮੈਂਟ, ਇਕਨੋਮਿਕ ਮੈਨੇਜਮੈਂਟ। ਥੈਂਕ ਯੂ ਵੈਰੀ ਮਚ ਵਾਂਸ ਅਗੇਨ ਫਾਰ ਇਨਵਾਈਟਿੰਗ ਮੀ। ਸ਼ੁਕਰੀਆ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਥੈਂਕ ਜੀ ਦੋਸਤੋ, ਸਾਡੇ ਨਾਲ ਰਾਬਤਾ ਬਣਾਇਆ ਹੋਇਆ ਸੀਗਾ इजाज खान जी ने जेडे के मैं बोला रॉबी जी जी तुसी बोलो जी जी बिल्कुल जी साडे नाल राबता बनाया हुआ सी जी इजाज खान जी ने जो कि लेबर पार्टी दे रिप्रेजेंटेटिव ने ते नाल गुरदीप सिंह जी ने जो लिबरल पार्टी नू रिप्रेजेंट कर रहे सीगे ते इन्हां दीआं जिहड़ियां गल्लां बातां अज होईआं वखरे वखरे टॉपिक्स ते होईआं। तुसी साडे नाल सारे जुड़ के जिहड़ा सवाल जवाब दा एक सिलसिला उहनू जारी रख्या उहदे लई बहुत बहुत मेहरबानी जी। तुहाडे फीडबैक सानू कॉन्सटेंटली मिलती रही है ते शाबाशी भी मिली है जी, ते नाल जड़े कुछ गिले शिकवे सी वी ओह भी लिखती तौर ते तुसी साडे नाल जड़े सांझे कीते उहदे लई बहुत बहुत शुक्रिया जी। ओवरऑल जे मैनू हुण इस तों पहला रॉबी जी पुछण के मैनू प्रोग्राम किदां दा लग्या, तां टेकिंग इट टूवर्ड्स लाइटर साइड मैं दसदी हां जी कि प्रोग्राम मैनू बहुत वधिया लग्या। पूरी जड़ा शुरुआत हुई है उहदियां जिहड़े पहले 10 मिनट ने उह मेरे जहर दे विच हजे भी हैं जी। जिहड़े साडे दोनों रिप्रेजेंटेटिव सीगे नो डाउट ओह डिफरेंट डिफरेंट पार्ट ऑफ कह लो इंडिया ते पाकिस्तान तो सीगे जी, सब कॉन्टीनेंट कहिंदे आ जी उहनू ते मैनू जिहड़ी सब तो वधिया गल लगी और जो मेरे इस टाइम दिमाग दे विच घर कर गई उह गल आ जी वी दोनों जिहड़े साडे इस टाइम रिप्रेजेंटेटिव है या लीडरशिप पोस्ट दे उत्ते ने जी, इह छोटे हुंदे स्कूल दे विच मोनीटर हुंदे सीगे क्लासिस दे विच ते इहनां दी लीडरशिप क्वालिटीज उत्थों ही आईआं। मैं सारिआं नूं दसदा कि मैं वी जी क्लास दी मोनीटर बनन दे विच कोई कसर नहीं छड्डदी हुंदी सी, ईवन के बर्थडे पार्टीज ते जाके अपने फ्रेंड्स दे बर्थडे पार्टीज ते जाके उहनां दा केक कट्टण तक दी वी लीडरशिप मेरे कोल हुंदी सी, ता मेरा फ्यूचर ब्राइट है जी। क्या बात है जी बिल्कुल और अज दे शो दे बारे च रिएक्शन जिहड़े आए ने वो सांझे कर लिए जी। हरप्रीत जी ने ऑकलैंड तो राबता बनाया और उन्होंने गुरदीप सिंह जी की जिहड़ी गलबात सी कि उस दे उपर रिएक्शन कीता गा और सरोते भी अपना रिएक्शन सानू दे सकदे ने, वो कहिंदे जी वो बहुत लंबा खिंच रहे ने और उन्हां दी इन्नी लंबी स्टोरी दे विचों जिहड़ी मेन थीम हैगी जिहड़ी वह कितें लॉस्ट हो जाती हैगी, तां उन्हां दा जिहड़े वे ऑफ डिलीवरी सीगा उस दे उपर एक जिहड़ा सवालिया चिन्ह उन्होंने खड़ा किया और कहिंदे जी तुसीं होनैसटली सानू दसो रॉबी जी तुहानू कोई गल पल्ले पई ਤਾਂ ਬਕਾਇਦਾ ਤੁਸੀਂ ਰਿਐਕਸ਼ਨ ਕਰ ਸਕਦੇ ਹੋ ਜੀ, ਕਿਉਂਕਿ ਖੁੰਡ ਚਰਚਾ ਦੇ ਵਿੱਚ ਅਸੀਂ
ਦੱਸ ਸਕਦੇ ਹਾਂ। ਔਰ ਸਭ ਤੋਂ ਵੱਡੀ ਗੱਲ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਦੋ ਸ਼ਖਸੀਅਤਾਂ ਨੂੰ ਲੈ ਕੇ ਆਉਣਾ ਕਿਤੇ ਨਾ ਕਿਤੇ ਸਾਡੇ ਲਈ ਮਾਣ ਵਾਲੀ ਗੱਲ ਤਾਂ ਹੈ ਕਿ ਸਾਡੇ ਭਾਈਚਾਰੇ ਦੇ ਲੋਕ ਨੇ ਜਿਹੜੇ ਉਹ ਇਸ ਪਾਸੇ ਵੀ ਅਪਰੋਚ ਕਰਨ ਲੱਗੇ। ਨਹੀਂ ਤਾਂ ਕਈ ਵਾਰੀ ਕਿਸੇ ਨੂੰ ਪੁੱਛੀਦਾ ਕਿ ਵੀ ਹਾਂ ਯਾਰ ਪੋਲੀਟਿਕਸ ਦੇ ਵਿੱਚ, ਕਹਿੰਦੇ ਜੀ ਪੈਸਾ ਪੂਸਾ ਤਾਂ ਹੈ ਨਹੀਂ, ਕੀ ਫਾਇਦਾ ਇੱਥੇ ਪੋਲੀਟਿਕਸ 'ਚ ਜਾਣ ਦਾ। ਤਾਂ ਜੀ ਬਿਲਕੁਲ, ਐਟਲੀਸਟ ਇੱਦਾਂ ਦੀਆਂ ਜਿਹੜੀਆਂ ਲੋਕ ਨੇ ਕਿ ਉਹ ਸਾਡੇ ਸਮਾਜ ਦੇ ਵਿੱਚ ਉਹਨਾਂ ਨੇ ਸ਼ੁਰੂਆਤ ਕੀਤੀ ਹੈ। ਅਤੇ ਦੂਸਰੇ ਪਾਸੇ ਜਸਪ੍ਰੀਤ ਧਾਲੀਵਾਲ ਜੀ ਉਹਨਾਂ ਨੇ ਵੀ ਜਿਹੜੀ ਆਪਣੇ ਵੱਲੋਂ ਕੁਛ ਕਮੈਂਟਸ ਕੀਤੇ ਨੇ ਕਿ ਜਿਹੜੇ ਵਕੈਦਾ ਜੀ ਸਲੂਟ ਕਰਦੇ ਹਾਂ ਤੁਹਾਡੀ ਸੋਚ ਨੂੰ, ਔਰ ਜਿਹੜੀ ਗੱਲਬਾਤ ਹੋਈ ਹੈ। ਔਰ ਸਰੋਤਿਆਂ ਨੇ, ਊਧਮ ਸਿੰਘ ਜੀ ਨੇ ਵੀ ਆਪਣੇ ਵੱਲੋਂ ਕਮੈਂਟਸ ਕੀਤੇ ਨੇ ਪ੍ਰੋਗਰਾਮ, ਜਿਨ੍ਹਾਂ ਜਿਨ੍ਹਾਂ ਨੇ ਵੀ ਸੁਣਿਆ, ਔਰ ਸਾਰਿਆਂ ਨੇ ਉਸ ਦੇ ਵਿੱਚ ਹਾਮੀ ਵੀ ਭਰੀ ਹੈ। ਔਰ ਹਰਪ੍ਰੀਤ ਔਕਲੈਂਡ ਵਾਲੀ ਜਿਹੜੀ ਗੱਲ ਸੀ ਉਸ ਦੇ ਉੱਪਰ ਵੀ ਊਧਮ ਸਿੰਘ ਜੀ ਹੋਰਾਂ ਨੇ ਹਾਂ ਮਿਲਾਈ ਹੈਗੀ। ਮੁੱਕਦੀ ਗੱਲ ਇਹ ਹੈ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਰੂ ਜੀ, ਮੈਨੂੰ ਕਾਫੀ ਗੱਲਾਂ ਜਿਹੜੀਆਂ ਕਲੀਅਰ ਹੋ ਗਈਆਂ ਪਾਰਟੀਜ਼ ਦੇ ਬਾਰੇ ਚ, ਔਰ ਦੂਸਰੀ ਗੱਲ ਮੈਨੂੰ ਇਹ ਵੀ ਕਲੀਅਰ ਹੋ ਗਈ ਕਿ ਸਾਡੇ ਭਾਈਚਾਰੇ ਦੇ ਲੋਕ ਨੇ, ਚਾਹੇ ਉਹ ਪੰਜਾਬ ਇੰਡੀਆ ਵਾਲੇ ਪਾਸਿਓਂ, ਚਾਹੇ ਉਹ ਪਾਕਿਸਤਾਨ ਵਾਲੇ ਪਾਸਿਓਂ ਖੜੇ ਹੁੰਦੇ ਨੇ, ਤਾਂ ਉਹ ਸਿਰਫ ਇਹ ਹੀ ਨਹੀਂ ਕਿ ਹਾਂ ਮਤਲਬ ਲੀਡਰ ਬਣਨ ਦੇ ਮਾਰੇ, ਉਹ ਉਹਨਾਂ ਦੇ ਕੋਲ ਤੱਥ ਹੈਗੇ ਨੇਗੇ, ਔਰ ਬਕਾਇਦਾ ਉਹ ਉਹਨਾਂ ਦੇ ਬੇਸ ਤੇ ਗੱਲ ਕਰ ਰਹੇ ਨੇ ਕਿਤੇ ਨਾ ਕਿਤੇ। ਠੀਕ ਆ, ਕਈ ਗੱਲਾਂ ਜਿੱਦਾਂ ਹੁਣ ਮੇਰੇ ਵਰਗਾ ਪੋਲੀਟਿਕਸ ਤੋਂ ਬਹੁਤ ਦੂਰ ਹੈਗਾ, ਉਹਨੂੰ ਛੇਤੀ ਸਮਝ ਵੀ ਨਹੀਂ ਆਉਂਦੀ, ਤਾਂ ਉਦਾਂ ਦੀ ਵੀ ਕਹਾਣੀ ਹੁੰਦੀ ਹੈ ਕਈ ਵਾਰੀ ਪ੍ਰੋਗਰਾਮ ਸੁਣਦੇ ਸੁਣਦੇ ਅਸੀਂ ਨਹੀਂ ਉਸ ਚੀਜ਼ ਨੂੰ ਕੈਚ ਕਰ ਪਾਉਂਦੇ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਸਾਰੂ ਜੀ ਦੋ ਮੁੱਖ ਸ਼ਖਸੀਅਤਾਂ ਜਿਹੜੀਆਂ ਪਾਰਟੀਆਂ ਦੀਆਂ, ਔਰ ਕੱਲ੍ਹ ਦੇ ਜਿਹੜਾ ਪ੍ਰੋਗਰਾਮ ਆ ਸਾਰੂ ਜੀ ਉਹ 'ਚ ਥੋੜ੍ਹੀ ਜਿਹੀ ਬਹਿਸ ਵੀ ਹੋਊਗੀ। ਰੀਲੀ? ਹਾਂਜੀ, ਕੱਲ੍ਹ ਨੂੰ ਵੀ ਇਲੈਕਸ਼ਨ ਸਪੈਸ਼ਲ ਆ ਜੀ, ਔਰ ਸਾਰੂ ਜੀ ਤੁਸੀਂ ਵੀ ਮੇਰੇ ਨਾਲ ਹੀ ਹੋਵੋਗੇ, ਔਰ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਦੋ ਡਿਫਰੈਂਟ ਪਾਰਟੀਜ਼ ਹੋਣਗੀਆਂ ਜਿਨ੍ਹਾਂ ਦੇ ਨੁਮਾਇੰਦੇ ਹੋਣਗੇ, ਔਰ ਉਹਨਾਂ ਦੇ ਆਪਸ 'ਚ ਆਰਗੂਮੈਂਟ ਹੋਊਗਾ, ਔਰ ਦੇਖਦੇ ਹਾਂ ਜੀ ਕਿੰਨਾ ਕੁ ਰੋਮਾਂਚਕ ਹੋਊਗਾ ਉਹ ਜਿਹੜਾ ਪੂਰਾ ਮਾਹੌਲ ਕੱਲ੍ਹ ਦਾ ਦੋ ਘੰਟੇ। ਔਰ ਉਮੀਦ ਕਰਦੇ ਹਾਂ ਸਰੋਤੇ ਵੀ ਆਪਣੇ ਜਿਹੜੇ ਸਵਾਲ ਆ, ਔਰ ਕੋਸ਼ਿਸ਼ ਕਰਿਆ ਕਰੋ ਜਿਹੜਾ ਪ੍ਰੋਗਰਾਮ ਇੱਦਾਂ ਦਾ ਪ੍ਰੋਗਰਾਮ ਹੁੰਦਾ ਉਸ ਦੇ ਵਿੱਚ ਸਵਾਲ ਆ, ਜਿਹੜਾ ਜਿੱਦਾਂ ਬਲਵਿੰਦਰ ਰੂਬੀ ਜੀ ਔਰ ਬਲਵਿੰਦਰ ਧਾਲੀਵਾਲ ਜੀ ਦੇ ਅਸੀਂ ਸਪੈਸ਼ਲੀ ਧੰਨਵਾਦੀ ਹਾਂ ਅੱਜ ਦੇ ਪ੍ਰੋਗਰਾਮ ਦੇ ਮੁਤਲਕ, ਉਹਨਾਂ ਦਾ ਔਰਗੇਨਾਈਜ਼ ਕੀਤਾ ਗਿਆ ਪੂਰਾ ਇੱਕ ਸ਼ੋਅ ਸੀਗਾ, ਉਹਨਾਂ ਨੇ ਸਵਾਲ ਵੀ ਸਾਡੇ ਨਾਲ ਬਹੁਤ ਸਾਂਝੇ ਕੀਤੇ ਕਿ ਲਿਖਤੀ ਰੂਪ ਦੇ ਵਿੱਚ ਸਵਾਲ ਤੁਸੀਂ ਸਾਨੂੰ ਭੇਜ ਦਿਆ ਕਰੋ ਛੋਟੇ ਛੋਟੇ। ਤਾਂ ਉਹ ਕੀ ਹੁੰਦਾ ਹੈਗਾ ਕਿ ਕਈ ਵਾਰੀ ਸਵਾਲ ਦਾ ਜਿਹੜਾ ਟਾਈਮ ਹੁੰਦਾ ਗਾ ਉਹ ਬਾਅਦ ਦੇ ਵਿੱਚ ਜਾ ਕੇ ਹੁੰਦਾ, ਤਾਂ ਉੱਥੇ ਅਸੀਂ ਐਡ ਆਨ ਕਰ ਲਿਆ ਜਾਂਦਾ ਗਾ। ਕੁਛ ਸਵਾਲ ਇੱਦਾਂ ਦੇ ਸੀਗੇ ਜਿਹੜੇ ਸ਼ੁਰੂ ਦੇ ਵਿੱਚ ਸਾਡੇ ਤੱਕ ਸਾਡੇ ਸਰੋਤਿਆਂ ਨੇ ਪਹੁੰਚਾਇਆ, ਪਰ ਅਸੀਂ ਐਂਡ ਦੇ ਵਿੱਚ ਉਹਨਾਂ ਨੂੰ ਪੁੱਛਿਆ ਕਿਉਂਕਿ ਉਹਨਾਂ ਦੀ ਜਿਹੜੀ ਸਹੀ ਜਗ੍ਹਾ ਬਣਦੀ ਸੀ ਉੱਥੇ ਪੁੱਛਣ ਦੀ ਬਣਦੀ ਸੀਗੀ। ਤਾਂ ਜਦੋਂ ਕੋਈ ਇੱਦਾਂ ਦੀ ਡਿਬੇਟ ਹੋਵੇ ਉਦੋਂ ਕੋਸ਼ਿਸ਼ ਕਰਿਆ ਕਰੋ ਕਿ ਲਿਖਤੀ ਰੂਪ ਦੇ ਵਿੱਚ ਸਾਡੇ ਨਾਲ ਸਵਾਲ ਸਾਂਝਾ ਕਰੋ। ਬਹੁਤ ਚੰਗਾ ਲੱਗਿਆ ਜੀ ਸਰੋਤਿਆਂ ਦਾ ਜਿਹੜਾ ਭਰਮਾ ਹੰਗਾਰਾ ਰਿਹਾ ਅੱਜ ਦੇ ਪ੍ਰੋਗਰਾਮ ਦੇ ਵਿੱਚ। ਔਰ ਸਾਰੂ ਜੀ ਤੁਸੀਂ ਵੀ ਦੋ ਕੱਪ ਚਾਹ ਦੇ ਪੀ ਗਏ ਹੋ ਜਿਹੜੇ ਬੈਠੇ ਬੈਠੇ, ਉਹ ਵੀ ਬਹੁਤ ਚੰਗਾ ਲੱਗਿਆ ਦੇਖਦੇ ਤੁਹਾਨੂੰ ਵੀ ਇੰਨੀ ਚਾਹ ਤੁਸੀਂ। ਇਹ ਤਾਂ ਸ਼ੁਕਰ ਕਰੋ ਹਲੇ ਜਿਹੜੀ ਆਪਣੀ ਇੱਕ ਟ੍ਰੇ ਆਉਂਦੀ ਹੁੰਦੀ ਆ ਉਹ ਨਹੀਂ ਆਈ ਨਾਲ ਬਿਸਕਿਟ ਵਗੈਰਾ ਦੀ, ਨਹੀਂ ਤਾਂ ਸਾਰੇ ਕੁਕੀਜ਼ ਵਗੈਰਾ ਮੈਂ ਖਾ ਜਾਣੀਆਂ ਸੀਗੀਆਂ। ਕਿਉਂਕਿ ਜਦੋਂ ਤੁਸੀਂ ਮਾਈਕ ਫੜ ਲੈਂਦੇ ਹੋ ਤੇ ਕਿਸੇ ਹੋਰ ਨੂੰ ਬੋਲਣ ਦਾ ਮੌਕਾ ਨਹੀਂ ਦਿੰਦੇ, ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਟਾਈਮ ਪਾਸ ਤਾਂ ਕਰਨਾ ਹੁੰਦਾ। ਹਲੇ ਮੈਂ ਮੈਸੇਜ ਭੇਜ ਰਹੀ ਸੀ ਜੀ ਆਪਣੇ ਫਰੈਂਡਸ ਨੂੰ ਕਿ ਇੱਥੇ ਰੌਬੀ ਜੀ ਬੋਲ ਰਹੇ, ਅੱਜ ਮੈਨੂੰ ਤਾਂ ਬੋਲਣ ਦੇ ਨਹੀਂ ਰਹੇ, ਪੇੜੇ ਆ ਜੀ ਸ਼ੋਪਿੰਗ ਕਰਨ ਚੱਲਦੇ ਆ। ਓਕੇ ਜੀ ਦੋਸਤੋ, ਲਈਏ ਫਿਰ ਆਪਾਂ ਸਾਰੂ ਜੀ ਇਜਾਜ਼ਤ, ਸਮਾਂ ਹੋ ਗਿਆ ਜੀ। ਅਗਲਾ ਪ੍ਰੋਗਰਾਮ ਮਣਕੇ ਲੈ ਕੇ ਨੇਹਾ ਜੀ ਸਟੂਡੀਓ ਦੇ ਵਿੱਚ ਬੈਠੇ ਨੇ ਜੀ, ਔਰ ਮਣਕੇ ਦੀ ਤਰ੍ਹਾਂ ਚਮਕਦੇ ਚਮਕਦੇ ਬੈਠੇ ਨੇ, ਤੇ ਹੁਣ ਦੇਖਦੇ ਹਾਂ ਕਿੰਨੀਆਂ ਕਾਲਸ ਆਉਂਦੀਆਂ, ਕਿੰਨੀਆਂ ਕੁ ਗੱਲਾਂ ਬਾਤਾਂ ਕਰਦੇ ਹਾਂ। ਸਾਨੂੰ ਦਿਓ ਇਜਾਜ਼ਤ ਦੋਸਤੋ, ਤੁਸੀਂ ਇਸੇ ਤਰ੍ਹਾਂ ਰਾਬਤਾ ਦੇ ਮੰਚ ਦੇ ਉੱਪਰ ਬਣਾਈ ਰੱਖੋ ਰਾਬਤਾ, ਸੁਣੋ ਸੁਣਾਓ ਰਾਬਤਾ ਬਣਾਓ। जनाब नमस्कार, मेरा नाम शमी बत्रा है, मैं चार्टर्ड अकाउंटेंट हूँ और मेरा ऑफिस क्वींसटाउन पोर्ट एडिलेड में है, एंड वी हेल्प अ लॉट ऑफ पीपल विद देयर टैक्स मैटर्स, जीएसटी मैटर्स, बिजनेस स्ट्रक्चरिंग एंड लॉट ऑफ अदर थिंग्स। वी प्रोवाइड सर्विसेज एट वेरी अफोर्डेबल प्राइजेस, और मेरा जो रेफरेंस है आप उन लोगों से ले सकते हैं जिन्होंने मेरे साथ डील किया है। We also help people with business loans, home loans, truck loans and all other sort of loans as well. We do superannuation structuring as well, जिसमें आप लोगों की हम life insurance, disability insurance आपके superannuation से कराते हैं, जिसमें आपको कोई पैसा upfront नहीं देना होता, and we do a lot of other things as well. I believe we service a lot of desi market at desi rates, and that is one of the strengths of our business. Thank you.